ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਮਿਲ ਯੂਐਸਏ ਟੀਵੀ ਪੰਜਾਬ ਫੋਕਸ ਦੇ ਵਿੱਚ ਸਵਾਗਤ ਮੈਂ ਹਸਨਜੀਵ ਯਸ਼ ਖੰਨਾ ਅਮਰੀਕਾ ਵੱਲੋਂ ਹਮਲੇ ਸ਼ੁਰੂ ਹੋ ਗਏ ਨੇ ਕਿਹੜੇ ਕਿਹੜੇ ਇਲਾਕੇ ਨੇ ਜਿਹੜੇ ਸੀਰੀਆ ਦੇ ਨੇ ਕਿਹੜੇ ਕਿਹੜੇ ਇਲਾਕੇ ਨੇ ਜਿਹੜੇ ਇਰਾਕ ਦੇ ਨੇ ਪਰ ਉਹਦੇ ਵਿੱਚ ਇਲਾਕੇ ਕਿਹੜੇ ਨੇ ਜਿਨ੍ਹਾਂ ਨੂੰ ਈਰਾਨ ਦੀ ਸਪੋਰਟ ਹੈ ਜਿਹੜੇ ਇੰਸਟੀਚਿਊਟਸ ਨੂੰ ਈਰਾਨ ਦੀ ਸਪੋਰਟ ਹੈ ਈਰਾਨ ਨੂੰ ਕਿਹਾ ਗਿਆ ਕਿ ਤੁਸੀਂ ਇਸ ਯੁੱਧ ਤੋਂ ਦੂਰ ਰਹੋ ਪਰ ਹਾਲਾਤ ਐਸੇ ਪੈਦਾ ਹੁੰਦੇ ਜਾ ਰਹੇ ਨੇ ਕਿ ਯੁੱਧ ਹੋਰ ਜ਼ਿਆਦਾ ਪਖਦਾ ਜਾ ਰਿਹਾ ਹੈ ਔਰ ਲੋਕਾਂ ਦੀਆਂ ਆਮ ਲੋਕਾਂ ਦੀਆਂ ਜ਼ਿੰਦਗੀਆਂ ਚੱਲ ਰਹੀਆਂ ਨੇ ਯਾਨੀ ਕਿ ਅਮਰੀਕਾ ਵੀ ਇਹਦੇ ਵਿੱਚ ਇਨਵੋਲਵ ਹੋ ਚੁੱਕਾ ਹੈ ਔਰ ਹੋ ਸਕਦਾ ਹੈ ਕਿ ਹੋਰ ਡੀਪ ਜਾਵੇ ਔਰ ਜੇ ਇਹ ਮਾਮਲਾ ਹੋਰ ਜ਼ਿਆਦਾ ਲੰਬਾ ਖਿੱਚਿਆ ਤਾਂ ਇਸ ਮਾਮਲੇ ਦੇ ਵਿੱਚ ਜ਼ਿਆਦਾ ਗਹਿਰਾਈ ਤੱਕ ਜੁੜ ਸਕਦਾ ਹੈ ਅਮਰੀਕਾ ਔਰ ਜੋ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੇ ਉਹ ਆਪਣੇ ਰਾਜਨੀਤਿਕ ਲਾਭ ਦੇ ਵਾਸਤੇ ਜੋ ਬਾਈਡਨ ਸਾਹਿਬ ਨੂੰ ਵੀ ਆਪਣੇ ਨਾਲ ਗਹਿਰਾਈ ਤੱਕ ਜੋੜ ਸਕਦੇ ਨੇ ਸੋ ਹਮੇਸ਼ਾ ਤੋਂ ਇਹ ਕਹਿੰਦਾ ਰਿਹਾ ਹੈ ਇਜ਼ਰਾਈਲ ਕਿ ਅਸੀਂ ਨਸਤੇ ਨਾਬੂਤ ਕਰਨਾ ਹੈ ਐਸੀ ਮਾਰ ਦੇਣਾ ਹੈ ਖਤਮ ਕਰ ਦੇਣਾ ਹੈ ਸਫਾਇਆ ਕਰ ਦੇਣਾ ਹੈ ਹਮਾਸ ਦਾ ਤਾਂ ਕਿ ਇਹ ਕਿਸੇ ਹੋਰ ਦੇਸ਼ ਦੇ ਉੱਤੇ ਕਿਸੇ ਹੋਰ ਇਲਾਕੇ ਦੇ ਉੱਤੇ ਕਦੀ ਹਮਲਾ ਨਾ ਕਰ ਸਕੇ ਸੋ ਇਹ ਘਟਨਾਵਾਂ ਲਗਾਤਾਰ ਵਧੀਆਂ ਜਾ ਰਹੀਆਂ ਨੇ ਔਰ ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਸਾਥ ਦੇਣ ਵਾਸਤੇ ਮੌਜੂਦ ਨੇ ਬਲਕਾਰ ਸਿੰਘ ਹਾਂਜੀ ਸੰਜੀਪ ਖਹਿਰਾ ਜੀ ਜਿਸ ਤਰ੍ਹਾਂ ਤੁਸੀਂ ਹੁਣੇ-ਹੁਣੇ ਭਿਆਨਕ جنگ ਦੀ ਗੱਲ ਕੀਤੀ ਹੈ ਜਿਹੜੀ ਇਸ ਵੇਲੇ ਬਹੁਤ ਵੱਡੀ جنگ ਦਾ ਰੂਪ اختیار ਕਰ ਰਹੀ ਹੈ ਜ ਜਿਹਦੇ ਵਿੱਚ ਅਮਰੀਕਾ ਨੇ ਵੀ ਹਮਲੇ ਹਵਾਈ ਕਰ ਦਿੱਤੇ ਆ ਔਰ ਈਰਾਨ ਵੀ ਉਧਰੋਂ انਵੋਲਵ ਹੋ ਗਿਆ ਔਰ ਇਹ ਮੇਰਾ ਖਿਆਲ ਹੈ ਕਿ ਜਿਸ ਤਰ੍ਹਾਂ ਪਿਛਲੇ ਪ੍ਰੋਗਰਾਮ 'ਚ ਗੱਲ ਕਰਦੇ ਸੀ ਕਿ ਇਹਦੇ ਨਾਲ ਇਸ ਜੰਗ ਵਿੱਚ ਇਹ ਵਿਸ਼ਵ ਯੁੱਧ ਬਣਦੇ ਵਾਲੇ ਪਾਸੇ ਨੂੰ ਤੁਰ ਰਹੀ ਆ ਕਿਉਂਕਿ ਇਹਦੇ ਵਿੱਚ ਸੁਪਰ ਪਾਵਰ ਆ ਗਈਆਂ ਯੂਨੋ ਨੇ ਵੀ ਕਹਿਤਾ ਕਿ ਅਸੀਂ ਰਾਸ ਸਮਗਰੀ ਜਿਹੜੀ ਦੇਣੀ ਬੰਦ ਕਰ ਦਾਂਗੇ ਫਲਸਤੀਨ ਔਰ ਉਧਰ ਜਿਹੜੀ ਇਜ਼ਰਾਈਲ ਨੂੰ ਜਾ ਰਹੀ ਸੀ ਔਰ ਉਹਦੇ ਵਿੱਚ ਹਮਾਸ ਜਿਹੜਾ ਹੈਗਾ ਅਜੇ ਸਰਗਰਮਾ ਉਸੇ ਤਰ੍ਹਾਂ ਹਮਲਾ ਕਰਨ ਦੇ ਵਿੱਚ ਜਮੀਨੀ ਲੜਾਈ ਦੇ ਵਿੱਚ ਉਸੇ ਤਰ੍ਹਾਂ ਔਰ ਅਮਰੀਕਾ ਦੇ ਜੰਗੀ ਜਹਾੜੇ ਵੀ ਉੱਥੇ ਪਹੁੰਚ ਗਏ 18 ਵੀ ਆ ਗਏ ਮਜ਼ਾਇਲਾ ਵੀ ਆ ਗਿਆਂ ਔਰ ਜੇ ਅਮਰੀਕਾ ਇਨਵੋਲ ਹੋ ਗਿਆ ਤਾਂ ਤੇ ਨਾਲ ਹੋਰ 25 ਦੇਸ਼ ਆ ਜਾਣੇ ਬਹੁਤ ਜ਼ਿਆਦਾ ਜ਼ਿਆਦਾ ਦੇਸ਼ ਆ ਜਾਣਗੇ ਤੇ ਨਾਲ ਯੂਕਰੇਨ ਦੀ ਤਾਂ ਜੇ ਰਸ਼ੀਆ ਦੀ ਜੰਗ ਜਿਹੜੀ ਅਜੇ ਰੁਕੀ ਨਹੀਂ ਔਰ ਹੋ ਸਕਦਾ ਇਨਵੋਲਮੈਂਟ ਹੋ ਵੀ ਇਹਨਾਂ ਦੀ ਅਜੇ ਜਿਹਦੇ ਵਿੱਚ ਸ਼ੈਨ ਕੰਟਰੀਆਂ ਨੇ ਜਿਹੜੇ ਵੈਸਟਰਨ ਕੰਟਰੀਆਂ ਆ ਗਈਆਂ ਜਿਹਦੇ ਵਿੱਚ ਬਾਕੀ ਆ ਯੂ ਐਸ ਏ ਦੇ ਨਾਲ ਸਾਥੀ ਨੇ ਔਰ ਮੇਰਾ ਖਿਆਲ ਹੈ ਕਿ ਸਾਡੇ ਜਿੰਨੇ ਵੀ ਆ ਆਰਮੀ ਦੇ ਮਾਹਰ ਨੇ ਉਹ ਸਾਰੇ ਕਹਿ ਰਹੇ ਆ ਕਿ ਇਹਦੇ ਵਿੱਚ ਜਿਹੜੀ ਸੁਰੱਖਿਆ ਲੈਣੀ ਹੈ ਉਹਨਾਂ ਇੰਡੀਆ ਨੂੰ ਵੀ ਤੁਮ ਥੋੜਾ ਜਿਹਾ ਬਚ ਕੇ ਰਹਿਣਾ ਚਾਹੀਦਾ ਧਿਆਨ ਨਾ ਰਹਿਣਾ ਚਾਹੀਦਾ ਤਾਂ ਕਿ ਇਹ ਵੀ ਕਿਸੇ ਲੌਬੀ ਵਿੱਚ ਸ਼ਾਮਲ ਨਾ ਹੋ ਜੇ ਕਿਉਂਕਿ ਹੁਣ ਗਰੁੱਪ ਬਣ ਗਿਆ ਗਰੁੱਪ ਬਣਨ ਨਾਲ ਹੁਣ ਜਿਹੜਾ ਟੈਕ ਵੀ ਹੋ ਰਿਹਾ ਔਰ ਉਹਦੇ ਵਿੱਚ ਅਮਰੀਕਾ ਨੇ ਵਾਈ ਹਮਲੇ ਸ਼ੁਰੂ ਕਰ ਦਿੱਤੇ ਆ ਤੇ ਹੁਣ ਮੇਰਾ ਖਿਆਲ ਹੈ ਕਿ ਬਾਕੀ ਇਨਵਾਲਵਮੈਂਟ ਬਾਕੀ ਦੇਸ਼ਾਂ ਦੀ ਵੀ ਹੋਣੀ ਜਿਹੜੇ ਜਿਹੜਾ ਗਰੁੱਪ ਜੇ ਅਮਰੀਕਾ ਨੂੰ ਜਿਹੜੇ ਚਾਹੁੰਦੇ ਹਮਾਇਤ ਕਰਦੇ ਉਹ ਵੀ ਆ ਜਾਣਗੇ ਔਰ ਯੂਨੋ ਨੇ ਵੀ ਆਸਰੇ ਆਪਣਾ ਪੂਰੇ ਦਾ ਪੂਰਾ ਜਲਵਾ ਦਿਖਾਉਣਾ ਸ਼ੁਰੂ ਕਰ ਦਿੱਤਾ ਵਾ ਜੇ ਤਾਂ ਸੀਜ਼ਫਾਇਰ ਕਰਵਾ ਗਿਆ ਜਿੱਤੇ ਝੰਡੇ ਚੜਾ ਦਿੱਤੇ ਫਿਰ ਜੰਗ ਰੁਕ ਜਾਊਗੀ ਜੇਕਰ ਉਹਨੇ ਰਾਤ ਸਮਗਰੀ ਰੋਕੀ ਤਾਂ ਇਹਨਾਂ ਨੇ ਬਾਜ ਨਹੀਂ ਆਉਣਾ ਲੜਾਈ ਜ਼ਰੂਰੀ ਜਿਹੜੀ ਹੈਗੀ ਭਿਆਨਕ ਰੂਪਕ ਤਿਆਰ ਕਰ ਰਹੀ ਆ ਔਰ ਮੇਰਾ ਖਿਆਲ ਹੈ ਕਿ ਸਾਡੀ ਇੰਡੀਅਨ ਆਰਮੀ ਜਿਹੜੀ ਪੀਸਕੀਪਿੰਗ ਫੋਰਸ ਹੈਗੀ ਆ ਉਹ ਵੀ ਅਲਰਟ ਹੋ ਗਈ ਹੈ ਜਿਸ ਤਰ੍ਹਾਂ ਅੱਗੇ ਅਸੀਂ ਬੰਗਲਾਦੇਸ਼ ਵੀ ਭੇਜੀ ਸੀ ਔਰ ਸ਼੍ਰੀਲੰਕਾ ਵਿੱਚ ਵੀ ਆਰਮੀ ਕਿਉਂਕਿ ਆਪਾਂ ਨੂੰ ਹੁਣ 71 ਤੋਂ ਬਾਅਦ ਜਾਂ ਜਦੋਂਕ ਜੰਗ ਜਿਹੜੀਆਂ ਹੋਈਆਂ ਵਾ ਕਾਰਗਿਲ ਦੀ ਜੰਗ ਤੋਂ ਬਾਅਦ ਨਹੀਂ ਕੋਈ ਜੰਗ ਹੋਈ ਸ਼ਾਂਤੀ ਨਾਲ ਹੀ ਰਹੇ ਆ ਔਰ ਪਾਕਿਸਤਾਨ ਤੇ ਚਾਨਣਾ ਚੋਟੀ ਮੋਟੀ ਜਿਹੜੀ ਸਾਡੀ ਲੜਾਈ ਲੱਗਦੀ ਰਹਿੰਦੀ ਆ ਉਹ ਸਰਦਾਂ ਤੇ ਉਹ ਇੰਨਾ ਕੁ ਨੁਕਸਾਨ ਹੁੰਦਾ ਜਿਆਦਾ ਨਹੀਂ ਪਰ ਵੱਡੀ جنگ ਤੋਂ ਅਸੀਂ ਬਚ ਕੇ ਰਹੇ ਆਂ ਇੰਡੀਆ ਹੁਣ ਦੇਖੋ ਅੱਗੇ ਜਿਹੜੀ ਹੈਗਾ ਕੀ ਜਿਹੜਾ ਭਿਆਨਕ ਰੂਪ ਜਿਹੜਾ ਹੈਗਾ ਕਿਸ ਪਾਸੇ ਨੂੰ ਮੁੜਦਾ ਇਸ جنگ ਦਾ ਤੇ ਤੁਸੀਂ ਅਗਲਾ ਮਸਲਾ ਦੇਖੋ ਕੀ ਆ ਅਗਲਾ ਮਸਲਾ ਤਾਂ ਇਹ ਹੈ ਕਿ ਹੁਣ ਕੈਨੇਡਾ ਦੇ ਨਾਲ ਸਾਡੇ ਸਬੰਧ ਵੀਜ਼ੇ ਦੇ ਸੰਬੰਧ ਜਿਹੜੇ ਨੇ ਸੁਧਰ ਰਹੇ ਨੇ ਸੁਧਰ ਰਹੇ ਨੇ ਜੀ 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 ਸੋ ਇਹ ਵਧੀਆ ਗੱਲ ਹੈ ਕਿਉਂਕਿ ਫੈਸਟੀਵਲ ਸੀਜ਼ਨ ਹੈ ਪੰਜਾਬੀ ਇੱਥੇ ਆਉਣਾ ਚਾਹੁੰਦੇ ਨੇ ਇੱਥੇ ਆਣ ਕੇ ਵੀ ਕੁਝ ਨੇ ਕੋਦਰ ਜਾਣਾ ਚਾਹੁੰਦੇ ਨੇ ਉਧਰ ਵੀ ਜਾਣਗੇ ਔਰ ਜਿਹੜਾ ਪੈਸਾ ਰਿਸਕ ਤੇ ਸੀਗਾ ਕਿਉਂਕਿ ਕਾਫੀ ਪੈਸਾ ਰਿਸਕ ਤੇ ਸੀ ਪਤਾ ਨਹੀਂ ਲੱਗਦਾ ਸੀ ਸਟੂਡੈਂਟਸ ਨੂੰ ਜਾਂ ਹੋਰ ਇਨਵੈਸਟਮੈਂਟ ਸੀ ਗਿਆ ਪੀ ਇਹਦਾ ਕੀ ਬਣੇਗਾ ਚਲੋ ਉਹ ਵੀ ਇੱਕ ਚੰਗੇ ਪਾਸੇ ਲੱਗੀ ਗੱਲ ਕਿ ਉਹਦਾ ਵੀ ਇੱਕ ਵੇਸਟ ਹੋਣ ਤੋਂ ਬਚ ਗਿਆ ਆਪਾਂ ਕਵਾਂਗੇ ਬਾਕੀ ਜਿਹੜੀਆਂ ਕੰਪਨੀਆਂ ਇਨਵੈਸਟਮੈਂਟ ਕਰਨੀਆਂ ਚਾਹੁੰਦੀਆਂ ਸੀ ਜਾਂ ਪ੍ਰੋਜੈਕਟ ਰੋਕ ਕੇ ਬੈਠੀਆਂ ਹੋਈਆਂ ਸੀ ਕਿ ਹੋਲਡ ਅਪ ਕਰਕੇ ਰੱਖਦੇ ਪਤਾ ਨਹੀਂ ਕੀ ਪੜਨਾ ਉਹ ਵੀ ਹੁਣ ਆਈ ਸੋ ਇਹ ਪਰ ਮਾਮਲਾ ਹਜੇ ਸੁਲਝਿਆ ਨਹੀਂ ਕਿ ਕੌਣ ਕਸੂਰਵਾਰ ਹੈ ਹਾਂ ਉਹ ਮਾਮਲਾ ਤਾਂ ਜਿਉਂtheta ਉੱਥੇ ਪਰ ਹੁਣ ਜਿਹੜਾ ਇਹਨਾਂ ਨੇ ਜਿਹੜੀ ਸਾਡੀ ਐਮਬੈਸੀ ਆ ਵਿਦੇਸ਼ ਮੰਤਰੀ ਨੇ ਔਰ ਉਹਦੇ ਜੀ ਕੇਂਦਰੀ ਮੰਤਰੀ ਨੇ ਉਹਨਾਂ ਨੇ ਸਲਾਹ ਕਰਕੇ ਇਹ ਕਰ ਦਿੱਤਾ ਕਿ ਜਿਹੜੇ ਵੀ ਸਾਡੇ ਕੋਲ ਹੁਣ ਰੋਕ ਲਈ ਸੀ ਇਹਨਾਂ ਨੇ ਬੈਨ ਲਾਇਆ ਸੀਗਾ ਉਹਦੇ ਵੀਜ਼ਾ ਜਿਹੜੇ ਜਿਹੜੇ ਉਥੇ ਦੇ ਮੂਲ ਭਾਰਤੀ ਜਿਹੜੇ ਉੱਥੇ ਰਹੇ ਜਿਸ ਐਨ ਆਰ ਆਈ ਉਹਨਾਂ ਨੂੰ ਆਨਲੀ ਆ ਗਿਆ ਦੇ ਸਕਦੇ ਆ ਦੇ ਵੀ ਰਹੇ ਆ ਔਰ ਆ ਹੁਣ ਇਹਨਾਂ ਚਾਰ ਕੈਟਾਗਰੀ ਜਿਹੜੀ ਹੈਗੀ ਆ ਨਾ ਉਹ ਉਹਨੂੰ ਖੁੱਲ ਦੇ ਦਿਤੀ ਆ ਜਿਹਦੇ ਵਿੱਚ ਅ ਬਿਜ਼ਨਸ ਸੀਗਾ ਜਿਹਦੇ ਵਿੱਚ ਮੈਡੀਕਲ ਸੀਗਾ ਜਿਹਦੇ ਵਿੱਚ ਸਟੂਡੈਂਟਸ ਦੇ ਸੀਗਾ ਈ ਵੀਜ਼ਾ ਸੀਗਾ ਇਹਨਾਂ ਚਾਰ ਕੈਟਾਗਰੀਆਂ ਜਿਹੜੀਆਂ ਉਹ ਓਪਨ ਕਰ ਦਿੱਤੀਆਂ ਇਹਦੇ ਤੇ ਕੈਨੇਡਾ ਦੀ ਜਿਹੜੀ ਐਮਬੈਸੀ ਆ ਖੁਸ਼ ਹੋਈ ਆ ਉਹਨਾਂ ਨੇ ਸਵਾਗਤ ਕੀਤਾ ਕਿ ਬਹੁਤ ਅੱਛਾ ਹੋ ਗਿਆ ਕਿਉਂਕਿ ਨਾਲ ਸਾਡੇ ਬਿਜ਼ਨਸ ਵੀ ਖੁੱਲਣਗੇ ਜਿਸ ਤਰ੍ਹਾਂ ਤੁਸੀਂ ਕੰਪਨੀ ਦੀ ਗੱਲ ਕੀਤੀ ਆ ਕੁਝ ਕੰਪਨੀਆਂ ਜਿਹੜੀਆਂ ਰੁਕੀਆਂ ਪਈਆਂ ਸੀ ਆਪਣੇ ਕੰਮ ਕਰਨ ਤੋਂ ਉਹ ਉਹਨਾਂ ਨੇ ਓਪਨ ਕਰ ਦਿੱਤੇ ਵੀਜ਼ੇ ਔਰ ਉਹਦੇ ਚ ਐਗਰੀਕਲਚਰ ਨਾਲ ਰਿਲੇਟਡ ਵੀ ਜਿਹੜੇ ਹੈਗੇ ਉਹ ਵੀ ਕਰ ਦਿੱਤੇ ਕੋਈ ਕਿਹੜਾ ਕੋਈ ਬੰਦਾ ਵੀ ਜਾ ਕੇ ਉੱਥੇ ਐਗਰੀਕਲਚਰ ਲੈਂਡ ਲੈ ਕੇ ਖੇਤੀਬਾੜੀ ਸ਼ੁਰੂ ਕਰ ਸਕਦਾ ਬਾਗ ਲਗਾ ਸਕਦਾ ਫੁੱਲ ਬੂਟੇ ਲਾ ਸਕਦਾ ਇਹ ਹੁਣ ਐਤਕੀ ਓਪਨ ਕਰਤਾ ਇਹ ਕੈਟਾਗਰੀ ਇਹਨਾਂ ਨੇ ਰੋਕੀਆਂ ਸੀਗੀਆਂ ਹੁਣ ਇਹ ਖੁੱਲੀਆਂ ਕਰ ਦਿੱਤੀਆਂ ਔਰ ਸਟੂਡੈਂਟ ਵੀਜ਼ੇ ਤੇ ਸਾਡੇ ਆਮ ਲੱਗ ਹੀ ਰਹੇ ਆ ਬੱਚਿਆਂ ਦੇ ਕਿਉਂਕਿ ਹੁਣ ਮਈ ਦਾ ਜਿਹੜਾ ਸੈਸ਼ਨ ਆ ਰਿਹਾ ਉਹਦੇ ਚ ਆਫਰ ਲੈਟਰ ਵੀ ਆਉਣਗੀਆਂ ਲੋਕ ਜਿਹੜੇ ਸਕੂਲਜਸ ਯੂਨੀਵਰਸਿਟੀ ਹਿੰਦੀਆਂ ਉਹ ਤੋਂ ਆਉਣਗੇ ਔਰ ਉਹਦੇ ਸਾਡੇ ਸਟੂਡੈਂਟ ਜਾਣਗੇ ਔਰ ਪੰਜਾਬ ਹਮੇਸ਼ਾ ਇਹ ਮੋਰੀ ਰਹਿੰਦਾ ਪੜਨ ਦੇ ਵਿੱਚ ਵੀ ਅੱਗੇ ਆ ਰਹੇ ਆ ਬਿਜ਼ਨਸ ਵਿੱਚ ਵੀ ਆ ਰਹੇ ਆ ਔਰ ਬਹੁਤ ਜਿਹੜੇ ਕਾਰਪੋਰੇਟਾ ਜਿਨ੍ਹਾਂ ਕੋਲ ਜਿਆਦਾ ਪੈਸਾ ਜਿਹੜੇ ਤਨਾੜ ਲੋਕ ਨੇ ਰਿਚਸਟ ਲੋਕ ਨੇ ਉਹ ਵੀ ਆਪਣਾ ਇਸ ਪਾਸੇ ਰੋ ਕਰ ਰਿਹਾ ਉਹ ਵੀ ਆਪਣਾ ਮੂੰਹ ਮੋੜ ਰਿਹਾ ਕਿ ਅਸੀਂ ਦੁਬਾਰਾ ਇਹ ਸਾਰਾ ਕੁਝ ਸ਼ੁਰੂ ਕਰ ਦਈਏ ਕਿਉਂਕਿ ਚਾਰ ਕੈਟਾਗਰੀ ਓਪਨ ਕਰ ਦਿੱਤੀਆਂ ਅੱਗੇ ਰੋਕੀਆਂ ਪਈਆਂ ਇਹਨਾਂ ਨੇ ਫਿਰ ਜਿਹੜੇ ਮੂਲ ਨਵਾਸੀ ਸਾਡੇ ਆ ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਉਹਨਾਂ ਨੇ ਆਉਣਾ ਵਿਆਹ ਸ਼ਾਦੀਆਂ ਕਰਨੀਆਂ ਹੈਗੀਆਂ ਮੇਲੇ ਵੇਖਣੇ ਸੀ ਹੈਨਾ ਦੀਵਾਲੀ ਆ ਰਹੀ ਹੈ ਔਰ ਦੁਸ਼ਹਿਰਾ ਤਾਂ ਹੁਣ ਚਲੇ ਗਿਆ ਤੇ ਦੀਵਾਲੀ ਆ ਰਹੀ ਹੈ ਉਸ ਤੋਂ ਬਾਅਦ ਹੋਰ ਜਿਹੜੇ ਰਵਾਇਤਾਂ ਜਾਂ ਬੋਲੀਆਂ ਨੇ ਉਹਨਾਂ ਬਾਅਦ ਫਿਰ ਸਾਡੇ ਤਿਉਹਾਰ ਆ ਰਹੇ ਨੇ ਸਾਰੇ ਤਿਉਹਾਰ ਆ ਰਹੇ ਇਥੇ ਤਿਉਹਾਰਾਂ ਦਾ ਮਹੀਨਾ ਸ਼ੁਰੂ ਹੋ ਜਾਂਦਾ ਚਲੋ ਇੱਕ ਗੁਰੂ ਅਰਣਕ ਦੇਵ ਜੀ ਦਾ ਜਨਮ ਦਿਵਸ ਵੀ ਮਨਾ ਰਹੇ ਆ ਉਹਦੇ ਤੇ ਵੀ ਲੋਕ ਸਾਡੇ ਬਹੁਤ ਜਿਹੜੇ ਐਨਆਰਆਈ ਵੀਰ ਆਉਂਦੇ ਆ ਕੋਈ ਤਾਂ ਉੱਥੇ ਸੈਲੀਬ੍ਰੇਸ਼ਨ ਹੁੰਦੀ ਆ ਕੋਈ ਛੰਡਿਆ ਆਜ ਵਿੱਚ ਵੀ ਆ ਕੇ ਹੁੰਦੀ ਆ ਤੇ ਪਾਕਿਸਤਾਨ ਵਿੱਚ ਵੀ ਆ ਜੋ ਸੁਖ ਛੱਜੂ ਦੇ ਚਬਾਰੇ ਬਲਕਣਾ ਬੁਖਾਰੇ ਜੋ ਸਵਾਦ ਪੰਜਾਬ ਵਿੱਚ ਮਨਾ ਕੇ ਆਉਣਾ ਹੁਣ ਉਹ ਵਿਦੇਸ਼ਾਂ ਚ ਤਾਂ ਨਹੀਂ ਨਾ ਆਉਣ ਲੱਗਾ ਵੈਸੇ ਜਿਹੜਾ ਬਲ ਬੁਖਾਰਾ ਕਿਹਾ ਨਾ ਤੁਸੀਂ ਸ਼ਹਿਰ ਹੈਗਾ ਇਹ ਲਾਹੌਰ ਦੇ ਨਜ਼ਦੀਕ ਹੈਗਾ ਇਨੂੰ ਇੱਕ ਅਧਾਰਨ ਦੇ ਵਿੱਚ ਮੁਹਾਵਰੇ ਚ ਲੈ ਲਿਆ ਕਿਉਂਕਿ ਆਂਦੇ ਵੀ ਉਹ ਬਹੁਤ ਖੂਬਸੂਰਤ ਆ ਉਹ ਵੇਖਣ ਯੋਗ ਹੀ ਹੈਗਾ ਬਿਲਕੁਲ ਔਰ ਮੈਂ ਸੋਸ਼ਲ ਮੀਡੀਆ ਤੇ ਵੀ ਦੇਖਿਆ ਸੀ ਜੀ 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 ਛੱਜੂ ਦਾ ਚਿਬਾਰਾ ਵੀ ਹੈਗਾ ਲਗਾ ਹੈਗਾ ਉਸ ਤੇ ਸਰਚ ਕਰੋ ਤਾਂ ਛੱਜੂ ਦਾ ਚਿਬਾਰਾ ਮਿਲੇਗਾ ਉੱਥੇ ਲੋਕਾਂ ਦੀ ਮਹਿਫਿਲ ਲੱਗਦੀ ਹੁੰਦੀ ਸੀ ਔਰ ਤਾਂ ਹੀ ਕਹਿੰਦੇ ਨੇ ਉੱਥੇ ਜਿਹੜਾ ਸੁੱਖ ਮਿਲਦਾ ਸੀਦਾ ਗੱਪਬਾਜ਼ੀਆਂ ਕਹਾਣੀਆਂ ਕਿਸੇ ਸੱਥਾਂ ਲੱਗਦੀ ਸੀ ਸੱਥਾਂ ਇੱਕ ਦੂਜੇ ਨੂੰ ਕਵਿਤਾਵਾਂ ਸੁਣਾਣੀਆਂ ਗੀਤ ਸੁਣਾਉਣੇ ਉੱਤੇ ਪੂਰੀ ਮਹਿਫਿਲ ਰੰਗ ਜਾ ਬੰਦਾ ਹੁੰਦਾ ਸੀ ਬੜਾ ਤਣਾੜ ਬੰਦਾ ਸੀਗਾ ਉਹ ਸੱਜੂ ਸੱਜੂ ਬੜਾ ਤਣਾੜ ਸੀਗਾ ਹਾਂ ਸੱਜੂ ਦੇ ਬਾਰਤ ਇਹ ਤਾਂ ਹਿਸਟੋਰਿਕਲ ਸਾਈਟ ਬਣੀ ਹੋਈ ਹੈ ਕਿ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਇਹ ਕੱਲਾ ਮਹਾਵਰਾ ਨਹੀਂ ਹੈਗਾ ਇਹ ਜਗ੍ਹਾ ਹੈਗੀ ਆ ਉਸਥੇ ਤੱਪਾਕਿਸਤਾਨ ਚ ਐਂਡਰੌਇਡਡ ਪੰਜਾਬ ਚ ਤਾਂ ਆਪਣਾ ਸਾਂਝੀ ਤੇ ਮਹਾਵਰਾ ਵੀ ਸਾਂਝਾ ਹੋ ਗਿਆ ਅਸਮੀ ਮਹਾਵਰਾ ਲੈਨੇ ਉਹਨਾਂ ਜਿਹਨੇ ਜਿਹੜੇ ਲਾਹੌਰ ਦੇ ਸ਼ਕੀਨ ਹਨ ਨਾ ਲਾਹੌਰ ਜਿਹਨਾਂ ਨੇ ਦੇਖਿਆ ਉਹਨਾਂ ਕੁਝ ਨਹੀਂ ਦੇਖਿਆ ਨਹੀਂ ਮੈਂ ਦੇਖਿਆ ਮੈਂ ਵੈਸੇ ਇੰਟਰਨੈਟ ਤੇ ਦੇਖਿਆ ਵੈਸੇ ਕਹਿੰਦੇ ਨੇ ਕਿ ਜਿਹਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਨਹੀਂ ਪਰ ਮੈਂ ਜੰਮ ਪਿਆ ਕਿਉਂਕਿ ਮੈਂ ਲਾਹੌਰ ਦੇਖ ਲਿਆ ਹਾਂ ਸੋ ਆਪਾਂ ਅੱਗੇ ਤੁਰਿਏ ਹਾਂ ਚਲੋ ਤਾਂ ਹੁਣ ਗੱਲ ਹੋਈ ਰਹੀ ਹੈ ਕਿ ਗਾਜ਼ਾ ਦੇ ਉੱਤੇ ਇਜ਼ਰਾਈਲ ਨੇ ਕਾਫੀ ਹਮਲੇ ਸ਼ੁਰੂ ਕਰ ਦਿੱਤੇ ਨੇ ਲਗਾਤਾਰ ਤੇਜ਼ੌਰ UNO ਦੀ ਕੋਈ ਸੁਣਦਾ ਨਹੀਂ ਕੋਈ ਮੰਨਦਾ ਨਹੀਂ ਉਹ ਰਾਉਂਡ ਟੇਬਲ ਕਾਨਫਰੰਸ ਹੁੰਦੀ ਰਹਿੰਦੀ ਆ ਉਹ ਮਤੇ ਪਾਸ ਹੁੰਦੇ ਰਹਿੰਦੇ ਨੇ ਪਰ ਕਰਨੀ ਸਭ ਨੇ ਆਪਣੀ ਮਨਮਰਜ਼ੀ ਹੈ ਹੁਣ UNB ਕੀ ਕਰੇ ਕਿੰਨੀ ਕਿ ਸਹਾਇਤਾ ਦੇਗੀ ਉੱਥੇ ਵੀ ਕਟੌਤੀਆਂ ਹੋਣੇ ਸ਼ੁਰੂ ਹੋ ਗਈਆਂ ਨੇ ਕਿਉਂਕਿ ਸਹਾਇਤਾ ਵਾਸਤੇ ਫੰਡ ਚਾਹੀਦੇ ਨੇ ਉਹ ਫੰਡ ਕਿੱਥੋਂ ਆਣ ਕਿਉਂਕਿ ਇੱਧਰ ਤਾਂ ਪੈਸਾ ਲੱਗਦਾ ਪਿਆ ਬੰਬ ਬਣਾਉਣ ਦੇ ਵਿੱਚ ਚੰਗਾ ਦੇ ਵਿੱਚ ਤੇ ਸਹਾਇਤਾ ਵਾਸਤੇ ਫੰਡ ਕਿੱਥੋਂ ਆਣੇ ਨੇ ਔਰ ਬਾਕੀ ਜਿਹੜੀ ਰਾਹਤ ਸਮਗਰੀ ਗਾਜ਼ਾ ਪਹੁੰਚਾਉਣੀ ਹੈ ਉਹ ਦਵਾਰ 'ਤੇ ਖੜੀ ਹੈ ਗਾਜ਼ਾ ਦੇ ਦਰਵਾਜ਼ੇ 'ਤੇ ਖੜੀ ਹੈ ਕਿਉਂਕਿ ਅੰਦਰ ਬੰਬਾਰਡਮੈਂਟ ਹੋ ਰਹੀ ਹੈ ਅੰਦਰ ਜਾ ਨਹੀਂ ਸਕਦੇ ਸੜਕਾਂ 'ਤੇ ਟੁੱਟੀਆਂ ਪਈਆਂ ਨੇ ਸੋ ਇਹ ਤਬਾਹੀ ਦਾ ਮਾਹੌਲ ਹੈ ਬੜੇ ਲੋਕ ਫਟੜ ਹੋਏ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦੇ ਇਲਾਜ ਲਈ ਬੇ ਔਰ ਹਸਪੀਟਲ ਬੰਦ ਕਰ ਦਿੱਤੇ ਗਏ ਕੋਈ ਮੁੱਢਲੀ ਸਹਾਇਤਾ ਨਹੀਂ ਕੋਈ ਫਸਟ ਏਡ ਨਹੀਂ ਗਈ ਵਿਚਾਰੇ ਸੜਕਾਂ ਤੇ ਮਾਰੇ ਡੜੇ ਹਗੇ ਰੋ ਰਏ ਆ ਚੀ ਹਸਪੀਟਲ ਬੰਦ ਹੋ ਰਹੇ ਨੇ ਹਸਪੀਟਲ ਬੰਦ ਹੋ ਗਿਆ ਉਹਨਾਂ ਹਸਪਤਾਲਾਂ ਤੇ ਹਮਲਾ ਵੀ ਕੀਤਾ ਪਹਿਲਾਂ ਬਿਲਕੁਲ ਹੈ ਔਰ ਇਹ ਸਭ ਗੱਲਾਂ ਨੇ ਜਿਹੜੀਆਂ ਇਹ ਬੜੀਆਂ ਗਲਤ ਨੇ ਇਹਦੇ ਚ ਜਿਹੜੀ ਆ ਮਨੁੱਖਤਾ ਦਾ ਕਾਹਨ ਹੋ ਗਿਆ ਲੋਕਾਂ ਨੂੰ ਵਿਚਾਰਿਆਂ ਨੂੰ ਇੰਨਾ ਭਿਆਨਕ ਸਥਿਤੀ ਚੋਂ ਗੁਜ਼ਰਨਾ ਪੈ ਰਿਹਾ ਜਿਹਦੇ ਚ ਲੋਕ ਇਸ ਵੇਲੇ ਨਾ ਰੋਟੀ ਮਿਲਦੀ ਐ ਨਾ ਪਾਣੀ ਮਿਲਦਾ ਨਾ ਕੋ ਕਪੜਾ ਮਿਲਦਾ ਨਾ ਰਹਿਣ ਲਈ ਕੋਈ ਜਗ੍ਹਾ ਹੈਗੀ ਆ ਉੱਜੜ ਗਏ ਲੋਕ ਸਾਰੇ ਇਹਦੇ ਵਿੱਚ ਇੱਕ ਗੱਲ ਮਾਹਿਰ ਕਹਿ ਰਹੇ ਨੇ ਐਕਸਪਰਟਸ ਦੀ ਰਾਏ ਹੈ ਕਿ ਜਿਹੜੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੇ ਉਹਨਾਂ ਦੇ ਉੱਤੇ ਚਾਰਜਸ ਲੱਗਦੇ ਪਏ ਸੀ ਕ腐ਸ਼ਨ ਦੇ ਹੂੰ ਕਿ ਉਹ ਬਹੁਤ ਕ腐ਸ਼ਨ ਦੀ ਗੱਲ ਹੋ ਰਹੀ ਸੀ ਤੇ ਉਹ ਇਸ ਕਰਕੇ ਆਪਣੀ ਜੁਡੀਸ਼ਰੀ ਨੂੰ ਵੀ ਚੇਂਜ ਕਰਨਾ ਚਾਹੁੰਦੇ ਸੀ ਪਰ ਇਨ ਦ ਮੀਨ ਵਾਈਲ ਇਹ ਹਮਲਾ ਹੋ ਗਿਆ ਔਰ ਉਹ ਸਾਰਾ ਕਵਰ ਅਪ ਹੋ ਗਿਆ ਜੇ ਉਹ ਕਿਤੇ ਚੱਲਦਾ ਰਹਿੰਦਾ ਮਤਲਬ ਟਰਾਇਲ ਚੱਲਦਾ ਰਹਿੰਦਾ ਤਾਂ ਹੋ ਸਕਦਾ ਸੀ ਉਹ ਪ੍ਰਾਈਮ ਮਿਨਿਸਟਰਸ਼ਿਪ ਤਾਂ ਵੀ ਹੱਥ ਤੋਂ ਬੰਦੇ ਪਰ ਅਜੋ ਚੀਜ਼ ਨਹੀਂ ਹੈ ਕਿਉਂਕਿ ਆ ਸਾਰਾ ਮਾਹੌਲ ਹੀ ਸ਼ਿਫਟ ਹੋ ਚੁੱਕਾ ਹੈ ਅਮਰੀਕਾ ਦੀ ਪੂਰੀ ਸਪੋਰਟ ਹੈ ਉਹਨਾਂ ਨੂੰ ਤਾਂ ਇਹ ਸਾਰਾ ਧਿਆਨ ਇੱਧਰ ਲੱਗਾ ਹੋਇਆ ਉਹ ਭੁੱਲੀ ਗਏ ਨੇ ਲੋਕ ਕਿ ਉਹਨਾਂ ਉੱਤੇ ਕਰਪਸ਼ਨ ਚਾਰजेस ਨੇ ਉਹਨਾਂ ਦੇ ਉੱਤੇ ਬੇਈਮਾਨੀ ਦੇ ਚਾਰजेस ਲੱਗੇ ਹੋਏ ਨੇ ਸੋ ਇਹ ਰਾਜਨੀਤੀ ਹੈ ਇਹ ਦੇ ਅੰਦਰੂਨੀ ਗੜਬੜ ਹੋ ਜਾਣੀ ਸੀ ਲੋਕਾਂ ਨੇ ਸੜਕਾਂ ਤੇ ਆ ਜਾਣਾ ਹੈ ਆ ਚੁੱਕੀ ਸੀ ਗੁਜ਼ਾਰੇ ਹੋ ਰਹੇ ਸੀ ਤਾਂ ਉਹਦਾ ਧਿਆਨ ਦੂਜੇ ਪਾਸੇ ਲਾਤਾ ਜੰਗ ਜਦੋਂ جنگ ਹੋ ਗਈ ਫਿਰ ਲੋਕ ਹੁਣ ਉਧਰ ਧਿਆਨ ਹੋ ਗਿਆ ਔਰ ਆਮ ਲੋਕ ਜਿਹੜੀਆਂ ਜ਼ਿੰਦਗੀਆਂ ਜਾ ਰਹੀਆਂ ਨੇ ਲਾ ਉਹਦਾ ਕੋਈ ਦੇਖ ਲੋ ਮਤਲਬ ਕਈ ਵਾਰ ਐਕਸਪਰਟਸ ਜਿਹੜੋ ਦੁਖੀ ਹੁੰਦੇ ਨੇ ਉਹ ਕਹਿੰਦੇ ਨੇ ਕਿ ਦੇਖੋ ਇੱਕ ਬੰਦੇ ਨੂੰ ਕਾਮਯਾਬ ਕਰਨ ਵਾਸਤੇ ਕਿੰਨੇ ਬੰਦਿਆਂ ਦੀ ਬਲੀ ਲੀਤੀ ਜਾਂਦੀ ਆ ਇੱਕ ਬੰਦੇ ਨੂੰ ਅਮੀਰ ਬਣਾਉਣ ਵਾਸਤੇ ਕਿੰਨੇ ਲੋਕਾਂ ਨੂੰ ਭੁੱਖ ਮਰੀ ਦਿੱਤੀ ਜਾਂਦੀ ਮਤਲਬ ਇਹ ਕੀ جنੂਨ ਹੈ ਇਦਾਂ ਦੁਨੀਆ ਚੱਲਦੀ ਪਈ ਆ ਇੱਕ ਬੰਦੇ ਦੀ ਕਾਮਯਾਬੀ ਵਾਸਤੇ ਹਜ਼ਾਰਾਂ ਲੋਕ ਆਪਣੀ ਜਾਨ ਦੇ ਦਿੰਦੇ ਨੇ ਇਦਾਂ ਦੁਨੀਆ ਚੱਲਦੀ ਆ ਸੋ ਅਫਸੋਸ ਵੀ ਹੁੰਦਾ ਪਰ ਕੀ ਕੀਤਾ ਜਾਵੇ ਅਸੀਂ ਕੀ ਕਰ ਸਕਦੇ ਹਾਂ ਕੋਈ ਵੀ ਕੁਝ ਨਹੀਂ ਕਰ ਸਕਦਾ ਕਿਉਂਕਿ ਸਾਡੇ ਹੱਥ ਵਾਸ ਕੋਈ ਪਾਵਰ ਨਹੀਂ ਹੈ ਹਾਂ ਇੰਡੀਆ ਨੇ ਹਮਾਇਤ ਲਈ ਤਾਂ ਵੈਸੇ ਇੱਕ ਵਾਰੀ ਐਲਾਨ ਕਰ ਦਿੱਤਾ ਮੋਦੀ ਸਾਹਿਬ ਨੇ ਕਿ ਅਸੀਂ ਇਜ਼ਰਾਈਲ ਦੇ ਨਾਲ ਹੈਗੇ ਹਾਂ ਔਰ ਜੰਗਬੰਦੀ ਲਈ ਅਸੀਂ ਪੂਰਾ ਯਤਨ ਕਰਾਂਗੇ ਔਰ ਬਾਹਰਲੇ ਦੇਸ਼ ਜਿਹੜੇ ਜੰਗਬੰਦੀ ਕਰਵਾ ਰਹੇ ਹੋ ਉਹਨਾਂ ਦੇ ਨਾਲ ਅਸੀਂ ਪਰ ਉਹ ਸਿਰਫ ਐਲਾਨ ਹੀ ਰਹਿ ਜਾਂਦੇ ਆ ਬਾਕੀ ਕੁਝ ਨਹੀਂ ਗੱਲ ਰਹਿੰਦੀ ਹੁਣ ਇੱਕ ਵੱਡੀ ਗੱਲ ਸਹੀ ਕੀ ਕਰਨਗੇ ਜਾ ਕੇ ਕੁਝ ਨਹੀਂ ਇੱਕ ਦੂਜੇ ਨੂੰ ਕਿਦਾਂ ਇਸਤੇਮਾਲ ਕਰਨਾ ਇੱਕ ਦੂਜੇ ਦਾ ਪ੍ਰਯੋਗ ਕਿਵੇਂ ਕਰਨਾ ਆਪਣੀ ਕਾਮਯਾਬੀ ਵਾਸਤੇ ਆ ਹੈ ਤੇ ਯੂਐਨਓ ਉਦੋਂ ਆਜਾਗੀ ਜਦ ਜਦੋਂ ਸਭ ਲੜਮੜ ਲੈਣਗੇ ਅਜਨੋਂ ਖਾਲੀ ਹੋ ਗਿਆ ਮੈਦਾਨ ਜਦੋਂ ਮਰਗੇ ਲੋਕ ਜਦੋਂ ਨੰਨ ਲੈਂਗੇ ਮਰ ਲੈਣਗੇ ਉਦੋਂ ਫਿਰ ਯੂਨੋ ਦੇ ਬਾਦ ਚ ਜਾ ਕੇ ਬਹਿ ਜਾਣਗੇ ਆਪ ਜੀ ਸਮਝੋ ਤਾਂ ਕਰੀਏ ਉਹ ਜਿਹੜੀਆਂ ਜ਼ਿੰਦਗੀਆਂ ਚਲੀਆਂ ਗਈਆਂ ਜਿਹੜੇ ਲੋਕ ਚਲੇ ਗਏ ਉਹਨਾਂ ਨੇ ਵਾਪਸ ਤੋੜਾ ਹੋਣਾ 600 ਦਿਨ ਤੋਂ ਜ਼ਿਆਦਾ ਹੋ ਗਏ ਯੂਕਰੇਨ ਤੇ ਰਸ਼ੀਆ ਵਿੱਚ ਉੱਥੇ ਕਿਹੜੀ ਜੰਗਬੰਦੀ ਹੋਈ ਹੈ ਨਹੀਂ ਸੋ ਇਹ ਵੀ ਕਹਿੰਦੇ ਨੇ ਕਿ ਜੰਗ ਵੀ ਇੱਕ ਬਿਜ਼ਨਸ ਹੈ ਜੰਗਬੰਦੀ ਉਦੋਂ ਹੋਏਗੀ ਜਦੋਂ ਪ੍ਰੋਫਿਟ ਦੇਣਾ ਬੰਦ ਕਰ ਦਿੰਦੇ ਜਦੋਂ ਤੱਕ ਪ੍ਰੋਫਿਟ ਹੁੰਦਾ ਹੈ ਉਦੋਂ ਹਥਿਆਰ ਵੇਚ ਕੇ ਜਾਂ ਜਿੱਦਾਂ ਵੀ ਪ੍ਰੋਫਿਟ ਹੁੰਦਾ ਹੈ ਉਹ ਤੱਕ ਜੰਗਾਂ ਚੱਲਦੀਆਂ ਰਹਿੰਦੀਆਂ ਨੇ ਇਹ ਅਲੱਗ ਤਰ੍ਹਾਂ ਦੀਆਂ ਗੇਮਸ ਨੇ ਇ ਆਪ ਆਪਨੇ ਡਿਸਕਸ਼ਨ ਕਰ ਰਹੇ ਆ। ਕਈ ਵਾਰੀ ਕਿਸਾਨ ਲੜਦੇ ਆ ਨਾ ਇੱਕ ਵੱਟ ਤੋਂ ਜਾਂ ਇੱਕ ਕਿਾਰੇ ਤੋਂ, ਦੋ ਮਰਲੇ ਜ਼ਮੀਨ ਤੋਂ ਹਨਾ ਗੋਲੀਆਂ ਚੱਲਦੀਆਂ। ਕਿੰਨੇ ਲੋਕ ਮਾਰੇ ਜਾਂਦੇ ਆ ਉਹਦੇ ਵਿੱਚ। ਹੁਣ ਮਾਰੇਗੇ ਤੇ ਜਦੋਂ ਮਰ ਜਾਂਦਾ ਬੰਦਾ ਤੇ ਫਿਰ ਥਾਂ ਜਗਾ ਕਿੰਨੇ ਕਰਨ ਕੀ ਕਰਨੀ ਉਹਦੇ ਚ? ਫਿਰ ਤੁਹਾਨੂੰ ਜਿਹੜਾਗਾ ਜਿੱਥੇ ਉਹਨਾਂ ਪਾ ਕੇ ਉਹਨਾਂ ਸਨਸਕਾਰ ਕਰਨਾ ਉਨੀ ਜਗਾ ਹੀ ਆ। ਉਹ ਵੀ ਇੱਥੇ ਰਹਿ ਜਾਣੀ। ਔਰ ਕਾਹਦੇ ਨਹੀਂ ਲੜਦੇ ਲੋਕ, ਥਾਂ ਲਈ ਲੜਦੇ ਆ ਇਹ ਨਹੀਂ ਕਹਿੰਦੇ ਕਿ ਅਸੀਂ ਆਪਣੀ ਜਾਨ ਬਚਾ ਲਈਏ। ਜੇ ਜਾਨ ਹੈਗੇ ਤੇ ਜਹਾਨ ਹੈਗਾ। ਜੇ ਜਾਨ ਨਹੀਂ ਹੈਗੀ ਤੇ ਫਿਰ ਕੀ ਹੋਣਾ? ਜੇ ਮਤਲਬ ਬੰਦਾ ਹੀ ਮਰ ਗਿਆ ਫਿਰ ਉਹਨਾਂ ਦੀ ਜਗਾ ਕੀ ਕਰਨੀ ਹੈ ਇਹ ਵੀ ਲੜਾਈ ਹੈ ਜੇ ਜਗਾ ਦੀ ਹੈਗੀ ਆ ਜਿੱਤੇ ਕਬਜ਼ਾ ਕੀਤਾ ਪਿਆ ਸੀ ਹਮਾਸ ਨੂੰ ਜਿਹੜੇ ਚੜਾ ਰਹੇ ਸੀਗੇ ਉਹਨਾਂ ਨੂੰ ਉੱਥੋਂ ਉਜਾੜਿਆ ਗਿਆ ਉਹਨਾਂ ਨੂੰ ਮਾਰਿਆ ਗਿਆ ਔਰ ਜ਼ਮੀਨ ਜਾਇਦਾਦ ਦੀ ਲੜਾਈ ਹੋ ਤੇ ਇਹ ਜੋ ਸਾਡੇ ਮਨੀਪੁਰ ਚ ਹੋ ਰਿਹਾ ਉਹ ਹੀ ਸੇਮ ਜਿਹੜੀ ਆਧਾਰਨ ਉਲਤੇ ਹੋ ਰਹੀ ਹੈ ਸਾਰਾ ਕੁਝ ਉਹੀ ਹੈ ਬੰਦਾ ਆਪਣੀ ਜਾਨ ਦਾ ਜਿਹੜਾ ਹੈਗਾ ਨਾ ਨੁਕਸਾਨ ਉਠਾ ਲੈਂਦਾ ਹੈ ਨਾ ਫਿਰ ਆਪਣਾ ਸਾਰਾ ਪਰਿਵਾਰ ਆ ਜਾਲ ਲੈਂਦਾ ਜਗਾ ਲਈ ਪਰ ਉਹਨੂੰ ਇਹ ਨਹੀਂ ਪਤਾ ਕਿ ਜਦੋਂ ਅਸੀਂ ਮਰ ਗਏ ਫਿਰ ਜਗਾ ਕਿੱਥੇ ਰਣੀ ਜਗਾ ਤੇ ਇੱਥੇ ਦੀ ਇੱਥੇ ਰਹਿਣੀ ਬੰਦਾ ਨਹੀਂ ਲੱਭਣਾ ਇਹ ਹਾਲਤ ਹੈ ਇਹੀ ਹਾਲਤ ਹੈ ਜੀ ਸੋ ਆਪਾਂ ਅੱਗੇ ਤੁਰਦੇ ਹਾਂ ਜੀ ਅੱਗੇ ਇਹ ਹੈ ਜੀ ਕਿ ਕਤਰ ਦੀ ਅਦਾਲਤ ਨੇ ਪਾਰਦਰਸ਼ ਸਾਬਕਾ ਨੇਵੀ ਤੇ 8 ਅਫਸਰਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ ਹਾਂ ਉੱਥੇ ਕੀ ਹੋ ਗਿਆ ਇਹ ਕੁਝ ਕਰਨਲ ਸੀਗੇ ਕੁਝ ਬ੍ਰਿਗੇਡੀਅਰ ਆ ਕੋਈ ਬੜੇ ਹਾਈ ਰੈਂਕ ਦੇ ਜਿਹੜੇ ਅਫਸਰ ਆ ਨੇਵੀ ਚੋਂ ਗਏ ਹਾਂ ਜੀ ਔਰ ਉੱਤੇ ਇੱਕ ਕੰਪਨੀ ਹੈ ਪ੍ਰਾਈਵੇਟ ਜਿਹਦੇ ਚ ਜੌਬ ਕਰਦੇ ਸੀ ਸਾਬਕਾ ਨੇਵੀ ਅਫਸਰ ਆ 8 ਔਰ ਇਹਨਾਂ ਤੇ ਮੁਕੱਦਮਾ ਚੱਲ ਰਿਹਾ ਸੀਗਾ ਔਰ ਉਹਨੂੰ ਜਨਤਕ ਨਹੀਂ ਕੀਤਾ ਨਾ ਜਿਹੜੀ ਉੱਥਾਂ ਦੀ ਕੋਰਟ ਆ ਉਹਨਾਂ ਨੇ ਹੁਣ ਪਤਾ ਲੱਗਾ ਉਹਦੀ ਟਵੀਟ ਹੋਈ ਆ ਕਿ ਇਹ ਦੇ ਵਿੱਚ ਅੱਠ ਜਿਹੜੇ ਇਹਨਾਂ ਨੂੰ ਫਾਂਸੀ ਦੀ ਮੌਤ ਦੇ ਜਿਹੜੀ ਸਜ਼ਾ ਹੋ ਗਈ ਆ ਇੱਕ ਅਫੀਸਰ ਸੀ ਉਹਦੀ ਭੈਣ ਆ ਉਹਨਾਂ ਉਹਨੇ ਟਵੀਟ ਕੀਤਾ ਤੇ ਫੇਸਬੁੱਕ ਤੇ ਵੀ ਮੇਰੇ ਭਰਾ ਨੂੰ ਬਚਾਓ ਮੇਰੇ ਭਰਾ ਆ ਤੇ ਆ ਫੇਸਬੁੱਕ ਤੇ ਪਾਇਆ ਉਹਨੇ ਪੋਸਟ ਫਿਰ ਮੋਦੀ ਸਾਹਿਬ ਨੂੰ ਉਹਨੇ ਲੈਟਰ ਲਿਖੀ ਆ ਔਰ ਮੋਦੀ ਸਾਹਿਬ ਨੇ ਜਿਹੜਾ ਉਹਨਾਂ ਨੂੰ ਆਪਣੇ ਮੰਤਰੀ ਨਹਿਮਤ ਸ਼ਾਹ ਜੀ ਤੇ ਰਾਜਨਾਥ ਜੀ ਉਹਨਾਂ ਨੇ ਬੁਲਾਇਆ ਮੀਟਿੰਗ ਕੀਤੀ ਆ ਇਹਨਾਂ ਦਾ ਕੀ ਕਰੀਏ ਸਰਕਾਰ ਇਸ ਵੇਲੇ ਜਤਨ ਕਰ ਰਹੀ ਹੈ ਔਰ ਵਿਦੇਸ਼ ਮੰਤਰੀ ਜਿਹੜੇ ਹੈ ਉਹਨਾਂ ਨੇ ਫੋਰੀ ਮੀਟਿੰਗ ਲਈ ਆ ਐਸ ਜੈ ਸ਼ੰਕਰ ਜੀ ਨੇ ਔਰ ਉਹਨਾਂ ਨੇ ਕੀ ਤਬ ਦੇ ਸਖਤਰ ਜੀ ਨਾਲ ਨੇ ਡੋਡਵਾਲ ਨਾਲ ਨੇ ਔਰ ਉਹਦੇ ਚ ਹੋਰ ਵੀ ਸਾਰੇ ਇਕੱਠੇ ਕੀਤੇ ਗਏ ਔਰ ਉਹ ਐਕਸ਼ਨ ਤਾਂ ਲੈ ਰਹੇ ਪਰ ਹੁਣ ਕੋਰਟ ਨੇ ਤਾਂ ਕਰ ਦਿੱਤਾ ਉੱਥੇ ਜਾਂਦਾ ਪੈਸਾ ਦੇਣਾ ਪਊਗਾ ਉੱਥੇ ਹੁੰਦਾ ਜਿੱਦਾਂ ਬਰਾਏ ਸਾਹਿਬ ਐਸ ਸਰਪ੍ਰਾਈਜ਼ ਜੀ ਨੇ ਬਹੁਤ ਬੜੀ ਮੁੰਡੇ ਬਚਾਏ ਆ ਦबई ਤੋਂ ਕਤਰ ਤੋਂ ਉਹ ਸਾਰਾ ਅਰਬਨ ਕੰਟਰੀ ਤੋਂ ਔਰ ਉਹ ਪੈਸਾ ਹੁੰਦਾ ਉਦੋਂ ਜੇ ਬਹੁਤ ਆ ਪੈਸਾ ਦਿੱਤਾ ਜਾਂਦਾ ਵਾ ਫਿਰ ਉਹਨਾਂ ਦੀ ਜਾਨ ਬਖਸ਼ੀ ਜਾਂਦੀ ਹੈ ਇਹਦੇ ਚ ਵੀ ਹੈਗਾ ਕਿ ਜੇ ਪੈਸਾ ਦਿੱਤਾ ਜਾਵੇ ਕਿ ਤੂੰ ਆ ਸਕਦੇ ਆ ਨਹੀਂ ਤਾਂ ਉਹਨਾਂ ਦੀ ਮੌਤ ਲਾਜ਼ਮੀ ਹੈ ਕਿਉਂਕਿ ਕੋਰਟ ਨੇ ਤਾਂ ਡਿਕਲੇਅਰ ਕਰਤਾ ਹੁਣ ਉਹ ਸਾਡੀ ਕੋਰਟ ਕੁਝ ਨਹੀਂ ਕਰ ਸਕਦੀ ਔਰ ਸਾਡੀ ਜਨਤਾ ਕੁਝ ਨਹੀਂ ਕਰ ਸਕਦੀ ਪੋਲਿਟਿਕਸ ਕਰ ਸਕਦੀ ਹੈ ਜੇ ਪ੍ਰਾਈਮ ਮਿੰਿਸਟਰ ਫੰਡ ਚ ਜਿਹੜੇ ਐਮਰਜੈਂਸੀ ਫੰਡ ਹੁੰਦੇ ਆ ਜਿੱਚ ਆਫਤਾਂ ਦੇ ਫੰਡ ਹੈ ਜਿੱਚ ਟੈਂਪੈਸਟ ਜਦੋਂ ਆਉਂਦੇ ਆ ਉਹਦੇ ਚ ਫੰਡ ਜਿਹੜੇ ਹੈਗੇ ਉਹ ਇਕੱਠਾ ਕਰਕੇ ਪਰ 8 ਬੰਦੇ ਆ ਜਿਨ੍ਹਾਂ ਨੂੰ ਬਚਾਉਣਾ ਹੈ ਕੁਛ ਉਹ ਵੀ ਪੈਸਾ ਪਾਉਣ ਕੁਛ ਇਹ ਵੀ ਪਾਉਣ ਕੁਛ ਏਜੰਸੀ ਵੀ ਪਾਉਣਗੇ ਐਨ ਭਰਾਏ ਸਾਹਿਬ ਜੀ ਜੇ ਉਹਨਾਂ ਨੂੰ ਰਿਕਵੈਸਟ ਕੀਤੀ ਜਾਵੇ ਜੇ ਉਹਨਾਂ ਦੇ ਫੈਮਿਲੀ ਕਰੇ ਤੇ ਬਚਾ ਸਕਦੇ ਉਹਨਾਂ ਨੂੰ ਅਫੀਸਰ ਆ ਬਹੁਤ ਵੱਡੇ ਰੈਂਕ ਤੋਂ ਜੁੜੇ ਆ ਉਹ ਰਿਟਾਇਰ ਹੋਏ ਆ ਔਰ ਮੇਰਾ ਖਿਆਲ ਉਹਨਾਂ ਦੀ ਜਾਨ ਬਚਾਉਣ ਲਈ ਉਹਨਾਂ ਨੂੰ ਚਾਹੀਦਾ ਇੱਕ ਤਾਰ ਅਰਦਾਸ ਕਰਨੀ ਚਾਹੀਦੀ ਆ ਦੂਜੀ ਜਿਹੜੇ ਪੈਸੇ ਦਾ ਇਨਵੋਲਵਮੈਂਟ ਹੈ ਗਿਆ ਪੈਸਾ ਇੰਡੀਆ ਨੂੰ ਪੇ ਕਰਨਾ ਪੈਊਗਾ ਸਰਕਾਰੀ ਤੌਰ ਤੇ ਜੇ ਕਰਨਗੇ ਦੇਣਗੇ ਤੇ ਫਿਰ ਬਚ ਸਕਦੇ ਨਹੀਂ ਤੇ ਉਹ ਉਹਨਾਂ ਨੂੰ ਜਿਹੜੀ ਫਾਂਸੀ ਦੀ ਸਜ਼ਾ ਹੋ ਗਈ ਕਾਨੂੰਨ ਬੜੇ ਸਖਤ ਆ ਹਾਂ ਤਦੇ ਕਰਕੇ ਜਾਨ ਨਹੀਂ ਨਾ ਬਖਸ਼ੀ ਉਹਨਾਂ ਨੇ ਆਪਣੇ ਇੰਡੀਆ ਚ ਨਹੀਂ ਇਸ ਤਰ੍ਹਾਂ ਦਾ ਹੈਗਾ ਜਿਸ ਤਰ੍ਹਾਂ ਤਾਂ ਉੱਥੇ ਹੈਗਾ ਅਰਬਨ ਕੰਟਰੀ ਦੇ ਵਿੱਚ ਸਜ਼ਾ ਸਖਤ ਸਖਤ ਸਜ਼ਾ ਹੈ ਹੋਰ ਪਿੱਛੇ ਜੇ ਵੀ ਹੋਇਆ ਸੀ ਕਿ ਇੱਕ ਬੱਚੇ ਦਾ ਇੱਕ ਮੁੰਡੇ ਦਾ ਸਰ ਕਲਮ ਕਰ ਦਿੱਤਾ ਗਿਆ ਕਿਉਂਕਿ ਉਹਦੇ ਕੋਲੋਂ ਗੁੱਸੇ ਚ ਆਪਣੇ ਕਜ਼ਨ ਬ੍ਰਦਰ ਦਾ ਕਤਲ ਹੋ ਗਿਆ ਸੀ ਆਪ ਇਹ ਜਨਤਾ ਦੇ ਸਾਹਮਣੇ ਕਰਦੇ ਬਿਲਕੁਲ ਸਰ ਕਲਮ ਜਿਹੜਾ ਨਾ 10 15 ਦਿਨ ਪਹਿਲਾਂ ਦੀ ਗੱਲ ਹੈ ਪੁਰਾਣੀਆਂ ਜਿਹੜੀਆਂ ਸਜ਼ਾਵਾਂ ਹੈ ਬਹੁਤ ਪੁਰਾਣੀਆਂ ਜੀ ਹੁਣ ਅੱਗੇ ਵਧੀਏ ਜੀ ਖैर ਸੋਸ਼ਲ ਮੀਡੀਆ ਦੇ ਉੱਤੇ ਗੱਲ ਚਾਈ ਹੋਈ ਹੈ ਕਿ ਭਾਰਤ ਤੇ ਕੈਨੇਡਾ ਦੇ ਵਿੱਚ ਜਿਹੜੇ ਸੁਖਾਵੇ ਰਿਸ਼ਤੇ ਬਣਨ ਜਾ ਰਹੇ ਨੇ ਵੀਜ਼ਾ ਸੇਵਾਵਾਂ ਬਹਾਲ ਹੋ ਗਈਆਂ ਨੇ ਤਾਂ ਉਹਦਾ ਸਵਾਗਤ ਕੀਤਾ ਜਾ ਰਿਹਾ ਭਾਰਤ ਵੱਲੋਂ ਵੀ ਕੈਨੇਡਾ ਵੱਲੋਂ ਵੀ ਔਰ ਨਾਗਰਿਕਾ ਵੱਲੋਂ ਤੇ ਕੀਤਾ ਜਾਣਾ ਕਿਉਂਕਿ ਉਹਨਾਂ ਦੀ ਬਲੇਬਲੀ ਹੋ ਗਈ ਉਹਨਾਂ ਨੂੰ ਹੀ ਨਾਗਰਿਕਾ ਸੋ ਇਹ ਸਾਰਾ ਸੋਸ਼ਲ ਮੀਡੀਆ ਭਰਿਆ ਪਿਆ ਔਰ ਹਰ ਪਾਸਿਓਂ ਵਧਾਈਆਂ ਸਵਾਗਤ ਔਰ ਫੋਨ ਵੀ ਕਰਦੇ ਪੈਨੇ ਇੱਕ ਦੂਜੇ ਨੂੰ ਰਿਸ਼ਤੇਦਾਰਾਂ ਨੂੰ ਭਈ ਆਵਾਂਗੇ ਆਵਾਂਗੇ ਤੁਸੀਂ ਵੀ ਆਓ ਤੁਸੀਂ ਵੀ ਆਓ ਸੋ ਵਧੀਆ ਗੱਲ ਹੈ ਕਹਿੰਦੇ ਤਰੀਕਾ ਬਦਲੋ ਨਾ ਜਿਹੜੇ ਵਿਆਹ ਦੇ ਕਾਰਡ ਵੰਡੇ ਸਪੈਸ਼ਲ ਕਾਰਡ ਆਏ ਹੋਏ ਨੇ ਇਹ ਹਮੇਸ਼ਾ ਸ਼ੋਹ ਚ ਤਰੀਕਾ ਦੀ ਵਿਆਹ ਦੀ ਗੱਲ ਕਰਦੇ ਨੇ ਕੋਈ ਨਹੀਂ ਮੈਂ ਨਾਲ ਹੀ ਚੱਲੂਗਾ ਜਿੱਥੇ ਜਿੱਥੇ ਤੁਸੀਂ ਜਾਣਾ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਸਾਡੀ ਗਲੀ ਵਿੱਚ ਪਤਾ ਨਹੀਂ ਹੁਣ ਕਿੰਨੇ ਵਿਆਹ ਹੋਏ ਆ ਇੱਕ ਤਾਂ ਕੱਲ ਸੀ ਅਜੇ ਬੇਟੀ ਦੀ ਮੈਰਿਜ ਸੀ ਕਿਸੇ ਦੀ ਉਹ ਪੁਲਿਸ ਆਫੀਸਰ ਸੀ ਉਹਨਾਂ ਦੀ ਬੇਟੀ ਦੀ ਮੈਰਿਜ ਆ ਇੱਕ ਦੂਸਰੇ ਕੰਟਰੈਕਟਰ ਆ ਠੇਕੇਦਾਰ ਉਹਨਾਂ ਦੀ ਬੇਟੀ ਦੀ ਮੈਰਿਜ ਸੀ ਉਹ ਬੇਟੀ ਕੈਨੇਡਾ ਤੋਂ ਆਈ ਆ ਔਰ ਮੁੰਡਾ ਨਿਊਜ਼ੀਲੈਂਡ ਰਹਿੰਦਾ ਉਹ ਵਿਆਹ ਵੀ ਹੋ ਗਿਆ ਹੁਣ ਜਿਹੜੇ ਹੈਗੇ ਆ ਸ਼ਬਦ ਕੀਰਤਨ ਤੇ ਕੀਰਤਨ ਦਰਬਾਰ ਉੱਥੇ ਔਰ 11 ਤਰੀਕ ਨੂੰ ਹੋਏਗਾ ਇਕ ਹੁਣੇ ਹੋ ਚੁੱਕਿਆ ਉਹ ਵੀ ਬਾਹਰੋਂ ਆਏ ਸੀਗੇ ਡੈਨਮਾਰਕ ਤੋਂ ਫੈਮਿਲੀ ਉਹਨਾਂ ਨੇ ਨਵੀਂ ਕੋਠੀ ਲਈ ਸੀ ਗ੍ਰੈਪ ਪ੍ਰਵੇਸ਼ ਸੀਗਾ ਆਪਣੇ ਘਰ ਦੀ ਚੱਟ ਸੀਗੀ ਉਹਨਾਂ ਨੇ ਵੀ ਬਹੁਤ ਵੱਡਾ ਕੀਰਤਨ ਦਰਬਾਰ ਔਰ ਸਾਰਿਆਂ ਨੂੰ ਬੁਲਾਇਆ ਔਰ ਬਹੁਤ ਜਗਮਗਾ ਕਰਦੇ ਉਹਨਾਂ ਦੇ ਘਰ ਆ ਬਤੀਆਂ ਜਗਦੀਆਂ ਅਰ ਸਾਡੀ ਗਲੀ ਐਸਲੇ ਇੰਨੀ ਰੋਸ਼ਨ ਹੋਈ ਆ ਤੁਸੀਂ ਕਦੀ ਆ ਕੇ ਵੇਖੋ ਹੀ ਸਕਦੇ ਮੈਂ ਜੀ ਜ਼ਰੂਰ ਆਣਾ ਮੈਂ ਤੁਹਾਡੇ ਨਾਲ ਵਿਆਹਾਂ ਤੇ ਵੀ ਜਾਣਾ ਹਾਂ ਇੰਜੋਏ ਕਰਨ ਵਾਸਤੇ ਜ਼ਰੂਰ ਜ਼ਰੂਰ ਵਿਆਹ ਵੀ ਆਗੇ ਬਹੁਤ ਬਿਲਕੁਲ ਆਗੇ ਤੇ ਸੋਸ਼ਲ ਮੀਡੀਆ ਇਸ ਵਕਤ ਛਾਇਆ ਹੋਇਆ 29 ਤਰੀਕ ਨੂੰ ਗੈਟ ਟੂਗੇਦਰ ਵੀ ਆਪਣੀ ਮਿਲਣਾ ਵੀ ਆ ਸਾਰੇ ਜਿਹੜੇ ਵੀ ਪੰਜਾਬ ਦੇ ਜਿੰਨੇ ਵੀ ਵੀਆਈਪੀ ਜਾਂ ਜਿੰਨੇ ਵੀ ਕਲਾਕਾਰ ਨੇ ਜਿੰਨੇ ਵੀ ਐਂਕਰ ਨੇ ਦੂਰਦਰਸ਼ਨ ਬਾਕੀ ਮੀਡੀਆ ਦੇ ਇਕੱਠੇ ਹੋ ਰਿਹਾ ਫਿਰਸਾ ਵਿਹਾਰ ਵਿੱਚ ਉੱਥੇ ਵੀ ਅਸੀਂ ਜਾਵਾਂਗੇ ਸਾਰੇ ਬਿਲਕੁਲ ਉੱਥੇ ਤਾਂ ਆਪਾਂ ਜਾਣਾ ਹੀ ਹੈ ਜ਼ਰੂਰ ਇਨਵਾਈਟਡ ਹੈਗੇ ਆ ਹਾਂ ਨਾਲੇ ਐਤਵਾਰ ਆ ਐਤਵਾਰ ਆ ਹਾਂ ਸੋ ਇਹ ਮਾਹੌਲ ਜਿਹੜਾ ਸੋਸ਼ਲ ਮੀਡੀਆ ਤੇ ਵੀ ਬਣਿਆ ਹੋਇਆ ਹੈ ਤੇ ਨਾਲ ਅਮਰੀਕਾ ਦੀਆਂ ਕੁਝ ਕੰਪਨੀਆਂ ਵੱਲੋਂ ਮੈਟਾ ਦੇ ਉੱਤੇ ਫੇਸਬੁੱਕ ਯਾਨੀ ਇਹ ਨਾਂ ਦੇ ਉੱਤੇ ਮੁਕੱਦਮੇ ਵੀ ਦਾਇਰ ਕੀਤੇ ਗਏ ਨੇ ਕਿ ਲਤ ਲਾਉਂਦੇ ਪੈ ਨੇ ਇਹ ਨੌਜਵਾਨ ਪੀੜੀ ਨੂੰ ਕਿ ਸਾਰਾ ਦਿਨ ਸੋਸ਼ਲ ਮੀਡੀਆ ਨਾਲ ਜੁੜੇ ਰਹੋ ਕਮੈਂਟ ਦਿੰਦੇ ਰਹੋ ਲਾਈਕਸ ਦੇਖਦੇ ਰਹੋ ਔਰ ਸਾਰਾ ਦਿਨ ਇਹੀ ਕੰਮ ਕਰਦੇ ਰਹੋ ਬਾਕੀ ਕੰਮ ਕੌਣ ਕਰੂਗਾ ਮੈਂ ਜੀ ਰੋਟੀ ਖਾਣ ਲੱਗਾ ਮੈਂ ਜੀ ਪਾਣੀ ਪੀਤਾ ਮੈਂ ਜੀ ਕੰਮ ਤੇ ਚੱਲਿਆ ਮੈਂ ਜੀ ਕੰਮ ਕਰਦਾ ਫਿਰ ਲੋਕੀ ਕੀ ਕਰਨ ਤੂੰ ਕੰਮ ਕਰੀ ਜਾਣਾ ਕਰੀ ਜਾ ਰੋਟੀ ਖਾਣੀ ਹੈ ਖਾਈ ਜਾ ਲੋਕਾਂ ਨੂੰ ਦੱਸਣਾ ਜ਼ਰੂਰ ਹੈ ਕਿਤੇ ਜਾ ਕੇ ਰੋਟੀ ਖਾਣ ਲੱਗਣਗੇ ਪਹਿਲਾਂ ਪਲੇਟਾਂ ਦੇ ਵਿੱਚੋਂ ਫੋਟੋ ਖਿੱਚ ਕੇ ਸੋਸ਼ਲ ਮੀਡੀਆ ਤੇ ਅਪਲੋਡ ਕਰਨੀ ਹੈ ਔਰ ਰੋਟੀ ਜਿਹੜੀ ਹੈ ਠੰਡੀ ਹੋ ਜਾਂਦੀ ਹੈ ਰੋਟੀ ਪਤਾ ਹੈ ਕਿ ਜਦੋਂ ਡਾਇਨਿਕ ਟੇਬਲ ਤੇ ਬੈਠੇ ਹਨ ਨਾਲ ਬੱਚੇ ਨਾਲ ਉਹਨਾਂ ਦਾ ਪਾਪਾ ਬੈਠਾ ਹੈ ਤੇ ਉਹਨਾਂ ਦੀ ਮਦਰ ਕਿਚਨ ਚੋਂ ਲੈ ਕੇ ਆਉਂਦੀ ਰੋਟੀ ਉਹਨਾਂ ਲਈ ਤੇ ਉਹ ਆਪਣੇ ਮੋਬਾਈਲ ਤੇ ਉਹਨਾਂ ਨੂੰ ਪਤਾ ਕੀ ਆ ਰਿਹਾ ਉਹਨਾਂ ਦੀ ਮਾਂ ਨੇ ਪਤਾ ਕੀਤਾ ਉਹਨਾਂ ਕੋ ਜਿਹੜੇ ਪੁਰਾਣੇ ਮੋਬਾਈਲ ਪਏ ਹਨ ਉਹਨਾਂ ਨੇ ਉਹ ਪਲੇਟ ਚ ਪਾਇਆ ਜਿੱਚ ਰੋਟੀਆਂ ਪਾਉਣੀਆਂ ਨਾ ਚਪਾਤੀ ਬਾਕਸ ਦੇ ਵਿੱਚ ਉਹਦੇ ਚ ਮੋਬਾਈਲ ਪਾਇਆ ਉਹਨਾਂ ਦਾ ਧਿਆਨ ਨਹੀਂ ਹੈਗਾ ਉਹ ਇੱਕ ਇੱਕ ਜਿੱਦਾਂ ਗਰਮ ਰੋਟੀ ਆ ਉਹਨੂੰ ਚਮਟੇ ਨਾਲ ਫੜ ਕੇ ਹੌਲੀ ਹੌਲੀ ਇੱਕ ਇੱਕ ਮੋਬਾਈਲ ਰੱਖ ਦਿੰਦੀ ਉਹਨਾਂ ਦੇ ਉਹਨਾਂ ਨੇ ਪਤਾ ਫਿਰ ਰੋਟੀ ਜਾਂ ਮੋਬਾਈਲ ਆ ਜਦੋਂ ਆਕੇ ਤਾਂ ਚੁੱਪ ਕਰਕੇ ਮੋਬਾਈਲ ਵਾਲ ਧਿਆਨਾ ਤਾਂ ਚੁੱਪ ਕਰਕੇ ਆ ਕੇ ਕਰਦੇ ਤਾਂ ਜਾਵੇ ਦੇ ਤਾਂ ਮੋਬਾਈਲ ਇੱਥੇ ਰੋਟੀ ਨਹੀਂ ਸਕਤ ਹੋਈ ਉਹ ਮਾਂ ਦੀ ਪਰੇ ਉਹ ਘੇਸਣ ਲੱਪੇ ਇੰਨਾ ਲੋਕਾਂ ਨੂੰ ਗਿਆ ਕਈ ਲੋਕ ਹੈਗੇ ਆ ਜਿਹੜੇ ਰੋਟੀ ਖਾ ਰਿਹਾ ਨਾ ਤੇ ਅੱਗੇ ਕੌਲੀ ਜਾਂ ਭਾਂਡਾ ਪਿਆ ਜਿੱਚ ਸਬਜ਼ੀ ਆ ਉਹਨਾਂ ਨੂੰ ਪਤਾ ਨਹੀਂ ਹੈਗਾ ਪੁੰਝੇ ਲਾਈ ਜਾਂਦੇ ਕਬਰੀ ਕੋਲੀ ਨਹੀਂ ਚ ਨਹੀਂ ਲਾਉਂਦੇ ਜ਼ਮੀਨ ਤੇ ਰੋਟੀਆਂ ਲਾਈ ਜਾਂਦੇ ਆ ਜਿਹੜੇ ਥੱਲੇ ਬੈ ਕੇ ਰੋਟੀ ਖਾਂਦੇ ਆ ਇਹ ਹਾਂ ਇੱਕ ਕੀ ਹੋਇਆ ਭਾਈ ਸਾਹਿਬ ਮੋਬਾਈਲ ਦੇਖਦੇ 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 ਆਪਣੇ ਘਰ ਆ ਗਏ ਆ ਤੇ ਉਹ ਆਪਣੇ ਘਰ ਨਹੀਂ ਗਏ ਦੂਜੇ ਦੇ ਘਰ ਚਲੇ ਗਏ ਕਿਉਂਕਿ ਫਲੈਟ ਸਿਸਟਮ ਹੈ ਨਾ ਕਿਸੇ ਹੋਰ ਦੇ ਫਲੈਟਸ ਜਾ ਕੇ ਬਹਿ ਗਏ ਡਰਾਈਂਗ ਰੂਮਸ ਬੈਠੇ ਮੋਬਾਈਲ ਦੇਖੀ ਜਾਂਦੇ ਨੇ ਉਧਰੋਂ ਜਿਹੜੀ ਵਾਈਫ ਹੈ ਉਸ ਘਰ ਦੀ ਵਾਈਫ ਹਾਂ ਇਦੀ ਵਾਈਫ ਨਹੀਂ ਇਹ ਤਾਂ ਕੋਈ ਬਾਹਰੋਂ ਉਪਰ ਆ ਗਿਆ ਨਾ ਉਹ ਕੋਈ ਜਿਹੜੀ ਲੇਡੀ ਹੈਗੀ ਹੈ ਉਹ ਵੀ ਮੋਬਾਈਲ ਦੇਖਦੀ ਪਈ ਆ ਕੇ ਚਾਹ ਦਾ ਕੱਪ ਰਾ ਕੇ ਚਲੀ ਗਈ ਉਹਨੂੰ ਮੈਨੂੰ ਪਤਾ ਮੇਰਾ ਬੰਦਾ ਕਿ ਕੌਣ ਹੈ ਕੌਣ ਹੈ ਉਹਨੂੰ ਨਹੀਂ ਪਤਾ ਮੇਰੇ ਘਰ ਦਾ ਕਿ ਕੋਈ ਹੋਰ ਹੈ ਉਹ ਆਪਣਾ ਮੋਬਾਈਲ ਦੇਖਦਾ ਰਿਹਾ ਚਾਹ ਪੀ ਵੀ ਜਾਂਦਾ ਐਨੇ ਨੂੰ ਜਿਹੜਾ ਅਸਲੀ ਮਾਲਕ ਹੈ ਉਹ ਆ ਗਿਆ ਉਹ ਵੀ ਮੋਬਾਈਲ ਦੇਖਦਾ ਪਿਆ ਉਹ ਜਦੋਂ ਅੰਦਰ ਵੜਿਆ ਉਹਨੇ ਦੇਖਿਆ ਕੋਈ ਹੋਰ ਬੈਠਾ ਹੈ ਕਹਿੰਦਾ ਸੌਰੀ ਭਾਈ ਸਾਹਿਬ ਮੈਂ ਗਲਤੀ ਨਾਲ ਕਿਸੇ ਹੋਰ ਦੇ ਘਰ ਆ ਗਿਆ ਸੌਰੀ ਫੀਲ ਕਰਕੇ ਆਪ ਬਾਹਰ ਬੰਦਾ ਉਹ ਬੈਠਾ ਹੈ ਘਰ ਹੀ ਨਹੀਂ ਮੇਰਾ ਇਹ ਘਰ ਮੇਰਾ ਨਹੀਂ ਹੈ ਇੱਥੇ ਕੋਈ ਹੋਰ ਬੈਠਾ ਹੈ ਉਹ ਆਪਣਾ ਆਪ ਸਾਰਾ ਭੁੱਲ ਗਏ ਇਹ ਹੁਣ ਮੈਟਾ ਨੇ ਜਿਹੜਾ ਕੀਤਾ ਹੈਗਾ ਇੰਸਟਾਗ੍ਰam ਤੇ ਫੇਸਬੁੱਕ ਤੇ ਜੋ ਕੁਝ ਹੋ ਰਿਹਾ ਸੀਗਾ ਅਮਰੀਕਾ ਨੇ ਇਹਨੂੰ ਰੋਕਣ ਦੀ ਯਤਨ ਕੀਤਾ ਉਹਨਾਂ ਤੇ ਮੁਕਦਮੇ ਦਾਇਰ ਕਰ ਦਿੱਤੇ ਕੰਪਨੀਆਂ ਤੇ ਔਰ ਇਹਦੇ ਵਿੱਚ ਅਲੜ ਮੁੰਡੇ ਅਲੜ ਕੁੜੀਆਂ ਨੌਜਵਾਨ ਜਿਹੜੇ ਹੈਗੇ ਕੱਚੀ ਉਮਰ ਦੇ ਬੱਚੇ ਆ ਔਰ ਗੇਮਾਂ 'ਤੇ ਖੇਡ ਰਹੇ ਆ ਉੱਤੇ ਮੈਸੇਜ ਕਰ ਰਹੇ ਆ ਪੋਸਟਾਂ ਪਾ ਰਹੇ ਆ ਔਰ ਕਈ ਤਰ੍ਹਾਂ ਦੀ ਵੀਡੀਓ ਪਾ ਰਹੇ ਆ ਅਸ਼ਲੀਲ ਵੀਡੀਓ ਵੀ ਪੈ ਰਹੀਆਂ ਬੱਚੇ ਖਰਾਬ ਹੋ ਰਿਹਾ ਔਰ ਬਹੁਤ ਉਹਨਾਂ ਦੀ ਜ਼ਿੰਦਗੀ ਖਰਾਬ ਹੋ ਰਹੀ ਆ ਔਰ ਇਹਨੂੰ ਰੋਕਣ ਦਾ ਯਤਨ ਅਮਰੀਕਾ ਨੇ ਪਹਿਲੀ ਵਾਰ ਕੀਤਾ ਅਮਰੀਕਾ ਹੀ ਹੁੰਦਾ ਹਰ ਚੀਜ਼ ਦੇ ਅੱਗੇ ਔਰ ਉਹਨਾਂ ਨੇ ਹੁਕਮ ਕਰਤਾ ਕਿ ਜਿਹੜੀ ਪ੍ਰਾਈਵੇਟ ਕੰਪਨੀਆਂ ਜੋ ਵੀ ਹੈ ਗ੍ਰਿਫਤਾਰ ਕਰੋ ਇਹਨਾਂ ਬੰਦਿਆਂ ਨੂੰ ਜਿਹੜੇ ਬੰਦੇ ਇਦਾਂ ਦੇ ਪੋਸਟਾਂ ਪਾ ਰਹੇ ਆ ਪਲੱਸ ਖੇਡ ਰਹੇ ਆ ਔਰ ਉਹਨਾਂ ਨੇ ਕਿਹਾ ਕਿ ਇਹਨੂੰ ਸਾਰੀਆਂ ਇੰਸਟਾਗ੍ਰam ਤੇ ਫੇਸਬੁੱਕ ਜਿਹੜੀਆਂ ਇਹਨਾਂ ਨੂੰ ਬੰਦ ਕਰੋ ਔਰ ਕਾਰਪੋਰੇਟ ਘਰਾਣਿਆਂ ਦੇ ਜਿਹੜੇ ਲੋਕ ਜ਼ਿਆਦਾ ਦੇ ਵਿੱਚ ਹੈਗੇ ਦੂਸਰੇ ਮਿਡਲ ਫੈਮਿਲੀ ਵੀ ਹੈਗੇ ਮਿਡਲ ਪਰਿਵਾਰ ਵੀ ਹੈਗੇ ਔਰ ਹਾਈਐਸਟ ਫੈਮਿਲੀ ਤੇ ਜਿਹੜੇ ਜਿਹੜੇ ਤਣਾੜ ਨੇ ਉਹ ਤਾਂ ਹੈ ਹੀ ਹੈ ਔਰ ਇਹ ਕੇਵਲ ਅਮਰੀ ਔਰ ਚైనా ਦੇ ਮੋਬਾਈਲ ਆ ਬਹੁਤ ਆਏ ਔਰ ਐਪਲ ਜਿਹੜਾ ਮੋਬਾਈਲ ਆ ਅਮਰੀਕਾ ਚ ਬਣਦਾ ਹੈਗਾ ਹੁਣ ਉਹ ਨਵੇਂ 15 ਵੀ ਆ ਗਿਆ ਐ ਦੂਸਰੇ ਪ੍ਰੋ ਔਰ 13 ਵੀ ਆ ਗਿਆ 14 ਵੀ ਆ ਗਿਆ ਔਰ ਲੋਕ ਉਹਦੇ ਚ ਇਹ ਨਹੀਂ ਗਏ ਕਿ ਆਪਣਾ ਘਰ ਬਣਾ ਲੈਣ ਜਾਂ ਆਪਣੇ ਘਰ ਦੇ ਲਈ ਕੋਈ ਚੀਜ਼ਾਂ ਵਸਤਾਂ ਖਰੀਦ ਲੈਣ ਪਹਿਲਾਂ ਮੋਬਾਈਲ ਖਰੀਦਦੇ ਆ ਮੁੰਡੇ ਕੁੜੀਆਂ ਔਰ ਬਾਕੀ ਚੀਜ਼ਾਂ ਨਹੀਂ ਖਰੀਦਦੇ ਚਾਹੇ ਉਹਨਾਂ ਦੇ ਤਾਂ ਤੇ ਕਪੜਾ ਹੈ ਜਾਂ ਨਹੀਂ ਹੈ ਖਾਣ ਪੀਣ ਦੀ ਕੁਝ ਘਰ ਹੈਗਾ ਜਾਂ ਨਹੀਂ ਹੈਗਾ ਮੋਬਾਈਲ ਵਾਲੇ ਪਾਸੇ ਪਹਿਲੋ ਚੋਅਸ ਬਣਦੀ ਆ ਔਰ ਇਹਨਾਂ ਨੇ ਹੁਣ ਰੋਕਣ ਲਾਂ ਦੀ ਕੋਸ਼ਿਸ਼ ਕੀਤੀ ਆ ਇਹਦੇ ਵਿੱਚ ਜੇ ਇਹਨਾਂ ਨੂੰ ਰੋਕ ਲਵਾਂਗੇ ਤੇ ਬੈਨ ਲਾ ਦਾਂਗੇ ਤੇ ਬੱਚੇ ਵੱਧ ਜਾਣਗੇ ਤੇ ਨਹੀਂ ਬੱਚਿਆਂ ਦੀ ਇਹ ਤਾਂ ਮੈਮਰੀ ਵੀ ਜਿਹੜੀ ਖਰਾਬ ਹੋ ਰਹੀ ਹੈ ਬੱਚੇ ਸ਼ਿਟਿੰਗ ਜ਼ਿਆਦਾ ਕਰਦੇ ਆ ਜਿਹੜਾ ਜਿਹੜਾ ਉਹਨਾਂ ਦਾ ਸਰੀਰ ਆ ਨਾ ਉਹ ਵੀ ਜਿਹੜਾ ਉਹ ਵੀ ਤੰਦਰੁਸਤ ਨਹੀਂ ਰਹਿੰਦਾ ਪੋਸ਼ਟਿਕ ਨਹੀਂ ਰਹਿੰਦੇ ਖਾਣ ਪੀਣ ਦੀ ਸਮਰੱਥਾ ਵੀ ਘਟ ਜਾਂਦੀ ਹੈ ਕਿਉਂਕਿ ਤੁਰਨਾ ਹੀ ਨਹੀਂ ਜਦੋਂ ਕਿ ਸੈਰ ਕਰਨੀ ਨਹੀਂ ਘੁੰਮਣਾ ਹੀ ਨਹੀਂ ਫਿਜ਼ੀਕਲ ਕੋਈ ਐਕਸਰਸਾਈਜ਼ ਨਹੀਂ ਕਰਨੀ ਔਰ ਕਿਸੇ ਜਿਮ ਤੇ ਨਹੀਂ ਜਾਣਾ ਕਿਤੇ ਬਾਹਰ ਐਕਸਰਸਾਈਜ਼ ਨਹੀਂ ਕਰਨੀ ਆਪ ਟੇਬਲ ਤੇ ਬੈਠ ਕੇ ਬਸ ਕੰਮ ਹੀ ਜਣੇ ਤਾਂ ਉਹਨਾਂ ਵੀ ਆਕੜ ਜਾਂਦੀ ਹੈ ਬੱਚਿਆਂ ਦੀ ਹੱਥ ਪੈਰ ਵੀ ਜਿਹੜੇ ਆ ਉਹ ਵੀ ਕੰਮ ਨਹੀਂ ਕਰਦੇ ਇਹਦੇ ਵਿੱਚ ਜਿਹੜੇ ਮੂਵਮੈਂਟ ਹੱਥ ਦੀ ਇਹ ਵੀ ਖਰਾਬ ਹੋ ਰਹੀ ਹੈ ਪਕੜ ਹੱਥ ਦੀ ਜਿਹੜੀ ਘਟ ਜਾਂਦੀ ਹੈ ਕਿਉਂਕਿ ਮੂਵਮੈਂਟ ਨਹੀਂ ਦਿੰਦੀ ਹੱਥ ਖੜਾ ਖੜਾ ਇੱਕ ਤਾਂ ਉਂਗਲ ਕੰਮ ਕਰਦੀ ਹੈ ਹੈਨਾ ਇਹ ਹੋ ਗਿਆ ਸਾਰਾ ਇਹ ਤੇ ਇਸ ਸਿਤਾਏ ਹੀ ਨਿਕਲੂਗਾ ਕਿ ਬੱਚੇ ਜਿਹੜੇ ਆਉਣ ਵਾਲੀ نسل ਆ ਨਾ ਜਿਹੜੀ ਬਿਲਕੁਲ ਅਪਾਹਜ ਹੋ ਜੂਗੀ ਔਰ ਬਿਲਕੁਲ ਦਿਮਾਗੀ ਤੌਰ ਤੇ ਜਿਹੜੇ ਹੈਗੇ ਆ ਜਿਹੜੇ ਬਿਲਕੁਲ ਕਮਜ਼ੋਰ ਹੋ ਜਾਣਗੇ ਦਿਮਾਗ ਵੀ ਔਰ ਇਸ ਕਰਕੇ ਇਹਨਾਂ ਨੇ ਬੈਨ ਕੀਤਾ ਵਾ ਅਮਰੀਕਾ ਨੇ ਰੋਗ ਤਲਾਤੀ ਹੁਣ ਕੋਈ ਆਉਣ ਵਾਲੀ ਜਨਰੇਸ਼ਨ ਬਚਦੀ ਹੈ ਕਿ ਨਹੀਂ ਬਚਦੀ ਔਰ ਅਮਰੀਕਾ ਤੋਂ ਲਾਵਾ ਬਾਕੀ ਜਿਹੜੇ ਡਿਵੈਲਪਿੰਗ ਕੰਟਰੀ ਆ ਉਹਨਾਂ ਚ ਵੀ ਪ੍ਰੋਬਲਮ ਆਏਗੀ ਔਰ ਚైనా ਚ ਤਾਂ ਹੈ ਹੀ ਹੈ ਚైనా ਦੀ ਨਫਰੀ ਪਾਪੂਲੇਸ਼ਨ ਬਹੁਤ ਜ਼ਿਆਦਾ ਅਸੀਂ ਦੂਜੇ ਨੰਬਰ ਤੇ ਆਉਂਦੇ ਆ ਅਸੀਂ ਇਹਦੇ ਚ ਵੀ ਬਹੁਤ ਅੱਗੇ ਆ ਇੰਸਟਾਗ੍ਰam ਔਰ ਫੇਸਬੁੱਕ ਦੇ ਰਹਾਈ ਔਰ ਜੋ ਪੋਸਟਾਂ ਦੇ ਦੇ ਰਿਆ ਔਰ ਲੋਕਾਂ ਦੀ ਲੜਾਈ ਵੀ ਦਿੱਤੇ ਹੁੰਦੀ ਹੈ ਪੋਸਟਾਂ ਪਾ ਕੇ ਹੁੰਦੀ ਹੈ ਇੱਕ ਦੂਜੇ ਨੂੰ ਜਿਹੜੇ ਮੈਸੇਜ ਜਾਣੇ ਆ ਉਹਦੇ ਤੇ ਉਹੀ ਹੁੰਦਾ ਫਿਜ਼ੀਕਲ ਲੜਾਈ ਵੀ ਖਤਮ ਹੋ ਗਈ ਪੋਸਟਾਂ ਜਿੰ ਪੈਂਦੀਆਂ ਉਹਨਾਂ ਤੇ ਮਿਹਣੇ ਦਿੱਤੇ ਜਾਂਦੇ ਆ ਉਹਨਾਂ ਤੇ ਗਾਲਾਂ ਦਿੱਤੀਆਂ ਜਾਂਦੀਆਂ ਔਰ ਬਹੁਤੀ ਅੰਗਰੇਜ਼ੀ ਕਈਆਂ ਦੇ ਹੈ ਵੀ ਮਾੜੀ ਹੈ ਕਈਆਂ ਦਾ ਪਤਾ ਨਹੀਂ ਲੱਗਦਾ ਅੰਗਰੇਜ਼ੀ ਲਿਖਦੇ ਅੰਗਰੇਜ਼ੀ ਹੈ ਇੰਗਲਿਸ਼ 'ਚ ਹੀ ਲਿਖਦੇ ਆ ਹਿੰਦੀ 'ਚ ਬਹੁਤ ਘੱਟ ਮੈਸੇਜ ਆਉਣਗੇ ਤੁਹਾਨੂੰ ਜਿਆਦਾ ਆਪਣੀ ਪੰਜਾਬੀ 'ਚ ਬਹੁਤ ਘੱਟ ਆਉਣਗੇ ਇੰਗਲਿਸ਼ ਇੰਗਲਿਸ਼ 'ਚ ਹੀ ਆਉਣਗੇ ਜਾਂ ਰੋਮਨ ਚਾ ਰਹੇ ਜਿਹੜੀ ਰੋਮਨ ਪਾਸ਼ਾਨਾ ਉਹਨੂੰ ਰੋਮਨ ਹੈ ਅੰਗਰੇਜ਼ੀ ਲਿਪੀ ਦੇ ਵਿੱਚ ਹੈ ਜਿਹੜੀ ਅੰਗਰੇਜ਼ੀ ਦੇ ਵਿੱਚ ਹੈ ਪਰ ਗੁਰਮੁਖੀ ਜਾਂ ਪੰਜਾਬੀ ਜਾਂ ਹਿੰਦੀ 'ਚ ਕੁਝ ਨਹੀਂ ਆਗਾ ਔਰ ਲੋਕ ਪਛਵਾਤਾਂ ਵੀ ਦੂਰ ਜਾ ਰਹੇ ਆ ਬਿਲਕੁਲ ਭਾਸ਼ਾ ਦੀ ਸਮੱਸਿਆ ਖੜੀ ਹੋ ਗਈ ਹੈ ਅਤੇ ਜਿਹੜੇ ਪੰਜਾਬੀ ਬਾਦ ਜਾ ਕੇ ਵਸੇ ਨੇ ਉਹ ਹਮੇਸ਼ਾ ਇਹ ਸੋਚਦੇ ਨੇ ਕਿ ਪੰਜਾਬੀ ਨੂੰ ਬਚਾ ਲਵਾਂਗੇ ਆਪਣੇ ਘਰ ਦੇ ਵਿੱਚ ਪੰਜਾਬੀ ਵਿਰਸੇ ਨੂੰ ਆਪਣੇ ਘਰ ਦੇ ਵਿੱਚ ਬਚਾ ਲਵਾਂਗੇ ਤੇ ਸਾਡੀ ਹੋਂਦ ਬਰਕਰਾਰ ਹੈ ਸਾਡੀ ਪਛਾਣ ਬਰਕਰਾਰ ਹੈ ਕਿਉਂਕਿ ਅਸੀਂ ਅੰਗਰੇਜ਼ਾਂ ਦੇ ਵਿੱਚ ਰਹਿੰਦੇ ਆ ਕਿਤੇ ਅੰਗਰੇਜ਼ ਹੀ ਨਾ ਬਣ ਜਾਈਏ ਕਿਤੇ ਸਾਡੇ ਬੱਚੇ ਅੰਗਰੇਜ਼ ਨਾ ਬਣ ਜਾਣ ਉਹਨਾਂ ਦੇ ਵਾਕ ਨਹੀਂ ਕਿਤੇ ਜ਼ਿੰਦਗੀ ਨਾਲ ਜਿਉਣ ਲੱਗ ਪੈਣ ਇਸ ਕਰਕੇ ਉਹਨਾਂ ਨੂੰ ਇਹ ਡਰ ਲੱਗਿਆ ਰਹਿੰਦਾ ਪਰ ਇਹ ਡਰ ਵੀ ਉਹਦੋਂ ਤੱਕ ਹੈ ਜਦੋਂ ਤੱਕ ਇਹ ਪੁਰਾਣੀ ਪੀੜੀ ਜਿਉਂਦੀ ਆ ਜਿਸ ਦਿਨ ਪਿਆ ਪੁਰਾਣੀ ਪੀੜੀ ਚਲੀ ਗਈ ਖਤਮ ਹੋ ਗਈ ਸਾਰਾ ਕੁਝ ਖਤਮ ਉਸ ਦਿਨ ਤੇ ਗੱਲ ਚਲੀ ਗਈ ਉਸ ਦਿਨ ਤੇ ਕਿਹੜਾ ਸਬਦਿਆਚਾਰ ਤੇ ਕਿਹੜੀ ਮਾਂ ਬੋਲੀ ਉਹ ਤਾਂ ਫਿਰ ਕੁਝ ਇੱਕ ਲੋਕ ਬਚਣਗੇ ਹਾਂ ਜੇ ਇਹ ਪੁਰਾਣੀ ਪੀੜੀ ਨਵੇਂ ਪੀੜੀ ਨੂੰ ਸੰਸਕਾਰ ਦੇਣ ਦੇ ਵਿੱਚ ਕਾਮਯਾਬ ਹੋ ਜਾਂਦੀ ਆ ਤਾਂ ਵੀ ਨਵੀਂ ਪੀੜ੍ਹੀ ਵੀ ਮਾਂ ਬੋਲੀ ਨੂੰ ਪਿਆਰ ਕਰੇਗੀ ਸੱਭਿਆਚਾਰ ਨੂੰ ਪਿਆਰ ਕਰੇਗੀ ਪੰਜਾਬ ਨੂੰ ਪਿਆਰ ਕਰੇਗੀ ਨਹੀਂ ਤਾਂ ਆਵਾ ਉੱਤਿਆ ਹੀ ਪਿਆ ਜਿੱਦਾਂ ਤੁਸੀਂ ਗੱਲ ਕਰਦੇ ਨੇ ਵਿਆਹਾਂ ਦੇ ਵਿੱਚ ਜਿਹੜੀ ਟ੍ਰੈਡੀਸ਼ਨ ਸੀ ਜਿਹੜੀਆਂ ਆਪਣੇ ਰਿਵਾਜ ਸੀ ਰਸਮਾਂ ਸੀਗੀਆਂ ਉਹ ਵੀ ਘਟ ਗਈਆਂ ਔਰ ਜਨਰੇਸ਼ਨ ਜਿਹੜੀ ਉਹਨੂੰ ਕੀ ਉਹਨੂੰ ਕੀ ਤੁਸੀਂ ਦੱਸੋਗੇ ਉਹਨਾਂ ਦਾ ਵਿਆਹ ਚ ਵੇਖ ਕੇ ਜਿਹੜੇ ਹੈਗਾ ਸਾਰਾ ਜਿਹੜੇ ਗੀਤ ਅੱਗੇ ਦਾਦਕੇ ਨਾਨਕੇ ਆਪੋ ਚ ਸਿਠਣੀਆਂ ਦਿੰਦੇ ਸੀ ਉਹ ਵੀ ਖਤਮ ਹੋ ਗਿਆ ਅੱਗੇ ਜਦੋਂ ਹੁੰਦੇ ਸੀ ਉਹ ਕੁੜੀ ਤੇ ਫਲਕਾਰੀ ਦੇ ਕੇ ਉਹਨੂੰ ਨਵਾਉਂਦੇ ਸੀਗੇ ਵਟਨਾ ਮਲਦੇ ਸੀਗੇ ਸਾਰਾ ਕੁਝ ਖਤਮ ਹੋ ਗਿਆ ਮਹਿੰਦੀ ਦੇਖ ਸੀਗੇ ਮਹਿੰਦੀ ਦੇ ਗੀਤ ਵੀ ਹੁੰਦੇ ਸੀਗੇ ਫਿਰ ਜਿਹੜਾ ਜਿਹੜਾ ਕੁੜੀਆਂ ਦਾ ਸੰਗੀਤ ਹੁੰਦਾ ਉਹਦੇ ਲਈ ਵੀ ਉਹ ਉਹਦੇ ਤੋਂ ਬਾਅਦ ਉਹਨਾਂ ਨੂੰ ਜਿਹੜਾ ਹੈਗਾ ਜਾਗੋ ਜਾਗੋ ਵੀ ਕੱਢੀ ਜਾਂਦੀ ਹੁਣ ਜਾਗੋ ਵੀ ਜਿਹੜੀਆਂ ਨੇ ਬਿਜਲੀ ਤੇ ਜਗਦੀ ਹੈ ਉਹਦੇ 'ਚ ਕੋਈ ਤੇਲ ਨਹੀਂ ਪਾਉਂਦਾ ਡਿਜੀਟਲ ਜਾਗੋ ਡਿਜੀਟਲ ਇਹ ਤਾਂ ਕਿ ਜਾਗੋ ਵਿੱਚੋਂ ਤੇਲ ਮੁਕਿਆ ਹੈ ਨਾ ਤੇਲ ਪਾਉਗੇ ਨਸੀਬਾਂ ਵਾਲੀ ਉਹਦੇ ਵਿੱਚ ਅਮਲੀ ਬਣਦੇ ਸੀ ਗੀਤ ਬਣਦੇ ਅਮਲੀ ਹੁੰਦੇ ਸੀਗੇ ਉਹਨਾਂ ਦੇ ਮੰਜੀਆਂ ਮੁੱਧੀਆਂ ਮਾਰਦੇ ਸੀ ਹੁਣ ਰੋਕਦੇ ਸੀ ਜਾਗੋ ਹੁਣ ਮਤਲਬ ਜੱਗਦੇ ਪਏ ਨੇ ਹੁਣ ਨਵਾਂ ਗੀਤ ਬਣੂਗਾ ਨਾ ਜਾਗੋ ਦੇ ਵਿੱਚ ਸੈਲ ਮੁਕਿਆ ਸੈਲ ਮੁਕਿਆ ਸੈਲ ਪਾਉਗੀ ਨਸੀਬਾਂ ਵਾਲੀ ਆ ਬਸ ਉਹ ਸੈਲ ਤੇ ਆਗੇ ਬੈਟਰੀ ਤੇ ਆਗੇ ਜਾਗੋ ਇਹ ਹੋ ਗਿਆ ਫਿਰ ਆਉਣ ਵਾਲੀ ਜਨਰੇਸ਼ਨ ਨੂੰ ਤਾਂ ਆਪਾਂ ਕਹਿੰਦੇ ਉਹ ਨੇੜੇ ਨਹੀਂ ਆਉਂਦੀ ਪਰ ਜਦੋਂ ਸਾਡਾ ਕੋ ਟੈਡੀਸ਼ਨ ਰਸਮ ਰਵਾਜ਼ ਪਰੰਪਰਾ ਸਭਿਆਚਾਰਿਕ ਵਾਅਦ ਗਿਆ ਤਾਂ ਸਿੱਕੀ ਦੱਸਾਂਗੇ ਉਹਨਾਂ ਉਹਨਾਂ ਬੱਚਿਆਂ ਨੂੰ ਕੀ ਦੱਸਾਂਗੇ ਬੱਚੇ ਅਸੀਂ ਵੀ ਆਪਣੇ ਮਾਮਾ ਤੋਂ ਜਾਂ ਉਹਨਾਂ ਜੋ ਗੁੜਤੀਆਂ ਲਈਆਂ ਉਹਦਾ ਸਿੱਖਿਆ ਵਿਆਹ ਵੇਖਿਆ ਆਪਾਂ ਵੀ ਵਿਆਹ ਤੇ ਬਰਾਤ ਕਿੱਦਾਂ ਜਾਂਦੀ ਘੋੜੀਆਂ ਤੇ ਜਾਂਦੀ ਬਰਾਤ ਬਹੁਤ ਕਾਰਾਂ ਨਹੀਂ ਹੁੰਦੀਆਂ ਬਿਲਕੁਲ ਬਹੁਤ ਘਟ ਬੱਚਿਆ ਸਭਿਆਚਾਰ ਗੱਲਾਂ ਚ ਹੀ ਰਹਿ ਗਿਆ ਬਿਲਕੁਲ ਬਿਲਕੁਲ ਬਹੁਤ ਘਟ ਬੱਚਿਆ ਇਸ ਕਰਕੇ ਜਿੰਨਾ ਬੱਚਿਆ ਉਹਨਾਂ ਕੀ ਸੰਭਲੋ ਨਹੀਂ ਤਾਂ ਫਿਰ ਬਾਬਾਈ ਉੱਤੇ ਆਪਣਾ ਜਦਵਾ ਖਤਮ ਹੋ ਗਿਆ ਸਾਰਾ ਕੁਝ ਖਤਮ ਹਾਂ ਸੋ ਅੱਗੇ ਤੁਰੀਏ ਜੀ ਅਗਲੀ ਗੱਲ ਇਹ ਹੈ ਕਿ ਆਪਾਂ ਗੱਲ ਕੀਤੀ ਕਿ ਸਾਰੀਆਂ ਵਿਧਾਈਆਂ ਵੀ ਹੋ ਰਹੀਆਂ ਨੇ ਕੈਨੇਡਾ ਨਾਲ ਜੋ ਸਾਡੇ ਸੁਖਾਵੇ ਰਿਸ਼ਤੇ ਬਣਦੇ ਪਏ ਨੇ ਵੀਜ਼ੇ ਖੁੱਲ ਚੁੱਕੇ ਨੇ ਪਰ ਇਹਦੇ ਵਿੱਚ ਜਿਹੜੀ ਡਿਪਲੋਮੈਟਸ ਦੀ ਪ੍ਰੋਬਲਮ ਹੈ ਉਹ ਹਜੇ ਉੱਥੇ ਹੀ ਖੜੀ ਹੈ ਕਿ ਡਿਪਲੋਮੈਟਸ ਦਾ ਕਿੱਦਾਂ ਕੀਤਾ ਜਾਵੇ ਕਿਉਂਕਿ ਵਿਆਨਾ ਦਾ ਜਿਹੜਾ ਸਮਝੌਤਾ ਹੈ ਉਹਦੇ ਮੁਤਾਬਿਕ ਵਿਆਨਾ ਕਨਵੈਨਸ਼ਨ ਜਿਹੜਾ ਹੈ ਯੂਨੋ ਦੇ ਵਿੱਚ ਹੋਇਆ ਉਹਦੇ ਮੁਤਾਬਿਕ ਹੀ ਹਰ ਇੱਕ ਦੇਸ਼ ਨੂੰ ਚੱਲਣਾ ਪੈਣਾ ਤੇ ਹੁਣ ਜਿਹੜੀ ਹੈ ਡਿਪਲੋਮੈਟਸ ਦੇ ਮੁੱਦੇ ਦੇ ਉੱਤੇ ਨਿਊਜ਼ੀਲੈਂਡ ਕੈਨੇਡਾ ਦੀ ਹਿਮਾਇਤ ਵੀ ਕਰ ਰਿਹਾ ਸਪੋਰਟ ਕਰ ਰਿਹਾ ਔਰ ਇੰਡੀਆ ਨੂੰ ਇਹ ਗੱਲ ਥੋੜੀ ਹੈਂਡਲ ਕਰਨੀ ਲੱਗ ਰਿਹਾ ਕਿ ਕਿੱਦਾਂ ਹੈਂਡਲ ਕਰੀਏ ਕਿਉਂਕਿ ਹੁਣ ਪਹਿਲਾਂ ਕੈਨੇਡਾ ਇਕੱਲਾ ਸੀਗਾ ਹੁਣ ਬਹੁਤ ਸਾਰੇ ਦੇਸ਼ ਉਹਨੂੰ ਸਪੋਰਟ ਕਰ ਰਹੇ ਨੇ ਇਸ ਮੁੱਦੇ ਦੇ ਉੱਤੇ ਜੋ ਨਿਜਰ ਹਤਿਆਕਾਂਡ ਹੋਇਆ ਹਾਂ ਇਹ ਪੈਲ ਨੂੰ ਤਾਂ ਜਿਹੜਾ ਇਸ ਮੁੱਦੇ ਤੇ ਨਾ ਨਿਊਜ਼ੀਲੈਂਡ ਨੇ ਕੋਈ ਆਪਣਾ ਐਲਾਨਨਾਮਾ ਨਹੀਂ ਕੀਤਾ ਆਸਟ੍ਰੇਲੀਆ ਆ ਗਿਆ ਸੀ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਨਾਲ ਨਾਲ ਹੀ ਆ ਔਰ ਇਹਨਾਂ ਦੀ ਪਾਲਿਸੀਜ਼ ਜਾਂ ਐਮਬੈਸੀ ਦੀਆਂ ਜ਼ਰੈਨ ਦਾ ਜਾਂ ਲੋਕਾਂ ਨੂੰ ਬੁਲਾਉਣ ਦਾ ਜਾਂ ਉਹਦੇ ਵਿੱਚ ਜਿੰਨੇ ਵੀ ਵੀਜ਼ੇ ਦਿੰਦੇ ਆ ਇੱਕ ਤਰੀਕੇ ਦੇ ਆ ਜੇ ਨਿਊਜ਼ੀਲੈਂਡ 'ਚ ਐਨ ਆਰ ਆਈ ਬੈਠੇ ਆ ਜਾਂ ਸਿਟੀਜ਼ਨ ਆ ਉਹ ਜਦੋਂ ਮਰਜ਼ੀ ਆਸਟ੍ਰੇਲੀਆ ਚ ਵੱਸ ਸਕਦਾ ਜੇਲਾ ਉੱਥੋਂ ਦਾ ਐਨ ਆਰ ਆਈ ਆ ਪੀ ਆਰ ਆ ਜਾਂ ਜੋ ਵੀ ਅਗ ਲੋਕ ਨੂੰ ਮੁੰਡੇ ਆ ਰਹੇ ਆ ਔਰ ਉਹਨਾਂ ਦੀ ਪਾਲਿਸੀ ਇੱਕੋ ਹੀ ਆ ਇਹ 5 ਆਈਸ ਜਿਹੜੇ ਆ ਉਹਨਾਂ ਦਾ ਜਿਹੜਾ ਗਰੁੱਪ ਚਾ ਨਿਊਜ਼ੀਲੈਂਡ ਵੀ ਵਿੱਚ ਆਸਟ੍ਰੇਲੀਆ ਕੈਨੇਡਾ ਅਮਰੀਕਾ ਫ੍ਰਾਂਸ ਔਰ ਆਸਟ੍ਰੇਲੀਆ ਪੰਜ 5 ਆਈਸ ਉਹਦੇ ਵਿੱਚੋਂ ਇਹ ਪਹਿਲੀ ਵਾਰ ਬੋਲਿਆ ਨਿਊਜ਼ੀਲੈਂਡ ਨਿਊਜ਼ੀਲੈਂਡ ਜਿਹੜਾ ਜਾ ਗਿਆ ਤੇ ਬੜਾ ਸ਼ਾਂਤ ਦੇਸ਼ ਆ ਇਹਦੇ ਵਿੱਚ ਔਰ ਪਹਿਲਾਂ ਜਦ ਸੰਤਕਾ ਪ੍ਰਾਈਮ ਮਿਨਿਸਟਰ ਸੀ ਇਹਨਾਂ ਦੇ ਨਿਊਜ਼ੀਲੈਂਡ ਦੇ ਹੁਣ ਹੋਰ ਆ ਉਹ ਖੁਦ ਆਪ ਲੈਣ ਜਾਂਦੀ ਬੀਬੀ ਆਈਪੀ ਜਿਹੜੇ ਆਉਂਦੇ ਸੀ ਨਾ 에ਰਪੋਰਟ ਤੋਂ ਆਪ ਗੱਡੀ ਚਲਾ ਕੇ ਲੈ ਕੇ ਜਾਂਦੀ ਸੀ ਉਹਨਾਂ ਦਾ ਇੱਕ ਬੱਚਾ ਸੀਗਾ ਪਾਰਲੀਮੈਂਟ 'ਚ ਆਪ ਹੀ ਬੱਚੇ ਨੂੰ ਬਿਠਾ ਕੇ ਨਾਲ ਗੋਦੀ 'ਚ ਤੇ ਫਿਰ ਸਵਾਗਤ ਕਰਦੀ ਸਾਰਿਆਂ ਦਾ ਔਰ ਉਹ ਨਿਊਜ਼ੀਲੈਂਡ ਦੇ ਵਿੱਚ ਤੁਹਾਡੇ ਟੈਂਕ ਜਿਹੜੇ ਆ ਨਾ ਸੜਕਾਂ ਤੇ ਖੜੇ ਆ ਕਿ ਕਿਸੇ ਕਿਸ ਨੇ ਸਰਾਹਤ ਲੱਗਦੀ ਨਹੀਂ ਇਹ ਆਈਲੈਂਡ ਟਾਪੂ ਆ ਔਰ ਇਹਦੇ 'ਚ ਇਹਦੀ ਜਿਹੜੀ ਪੋਪੂਲੇਸ਼ਨ ਉਹ ਵੀ ਬਹੁਤ ਥੋੜੀ ਆ 50 ਲੱਖ ਦੇ ਕਰੀਬ ਕਰੀ ਪੋਪੂਲੇਸ਼ਨ ਆ ਔਰ ਛੇਪਾ ਜਿਹੜੇ ਅਰਬ ਕੰਟਰੀ ਨੂੰ ਦੁੱਧ ਉਥੋਂ ਦਿੱਤਾ ਜਾਂਦਾ ਹਰ ਸ਼ਿਪ ਜਿਹੜੇ ਆਗੇ ਬਹੁਤ ਵੱਡੇ ਵੱਡੇ ਉੱਥੇ ਆ ਗਿਆ business ਬਹੁਤ ਅੱਛੇ ਉਹਨਾਂ ਦੇ ਔਰ ਬੜਾ ਸ਼ਾਂਤ ਦੇਸ਼ ਹੈਗਾ ਔਰ ਇਹਦੀ ਸਾਰੀ ਜਿਹੜੀ ਮੇਲ ਜੋਲ ਹੈਗਾ ਉਹ ਆਸਟ੍ਰੇਲੀਆ ਨਾਲ ਹੁਣ ਇਹਨੇ ਨਵਾਂ ਜਿਹੜਾ ਐਲਾਨਨਾਮਾ ਕੀਤਾ ਵਾ ਕੈਨੇਡਾ ਦੇ ਹਮੈਦ ਦਾ ਔਰ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਇੰਡੀਆ ਨੂੰ ਥੋੜਾ ਸੁਧਰਨਾ ਚਾਹੀਦਾ ਹੈਗਾ ਕਿਉਂਕਿ ਉਹਦੇ ਵਿੱਚ ਇਹਨਾਂ ਦੇ ਸਰਕਾਰੀ ਉਹਨਾਂ ਦੇ ਮੇਲ ਮਲਾਪ ਸਾਡੇ ਨਾਲ ਵੀ ਇੰਡੀਆ ਦੇ ਬਹੁਤ ਹੈਗੇ ਸਾਡੇ ਐਨਆਰਆਈ ਵੀਰ ਬਹੁਤ ਉੱਥੇ ਨਿਊਜ਼ੀਲੈਂਡ ਚ ਬੈਠੇ ਆ ਔਰ ਉਹ ਕਹਿੰਦੇ ਕਿ ਜੇ ਅਸੀਂ ਅਮਰੀਕਾ ਜੋ ਕਰ ਰਿਹਾ ਜੋ ਅਮਰੀਕਾ ਦੀ ਹਮਾਇਤ ਆ ਉਹ ਵੀ ਅਸੀਂ ਉਸੇ ਤਰ੍ਹਾਂ ਦੀ ਕਰਾਂਗੇ ਕੈਨੇਡਾ ਦੀ ਹਮਾਇਤ ਲਈ ਅਸੀਂ ਖੜੇ ਆ ਪੰਜ ਕੰਟਰੀ ਔਰ ਇਹ ਇਹਨਾਂ ਨੇ ਕਿਹਾ ਕਿ ਇੰਡੀਆ ਨੂੰ ਇਹ ਨਹੀਂ ਹੁੰਦਾ ਕਿ ਪੰਜਾਂ ਦੇਸ਼ਾਂ ਨੂੰ ਜਿਹੜੇ ਸਬੰਧ ਬਗੜਾ ਲਏ ਆਪਣੇ ਔਰ ਉਹਨਾਂ ਨੂੰ ਚਾਹੀਦਾ ਵੀ ਜਿਸ ਤਰ੍ਹਾਂ ਸਮੂਥ ਚੱਲ ਰਿਹਾ ਜਿਸ ਤਰ੍ਹਾਂ ਇੱਕ ਸੁਰਤਾ ਚ ਚੱਲ ਰਿਹਾ ਉਸੇ ਤਰ੍ਹਾਂ ਚੱਲਣਾ ਚਾਹੀਦਾ ਹੈਗਾ ਔਰ ਦੂਜਾਂ ਨੇ ਕਿਹਾ ਕਿ ਜਿਹੜੀ ਵੀਡੀਓ ਅਸੀਂ ਅਸੀ ਆਸਟ੍ਰੇਲੀਆ ਦੇ ਨਾਲ ਹੀ ਭੇਜੀ ਗਈ ਹੈ ਆਸਟ੍ਰੇਲੀਆ ਨੇ 1.5 ਮਿੰਟ ਦੀ ਜਿਹੜੀ ਵੀ ਵੀਡੀਓ ਭੇਜੀ ਇਹਨਾਂ ਨੂੰ ਕਿ ਆਹ ਬੰਦੇ ਮਾਰਨ ਆਲੇ ਜੋ ਪੂਰੇ ਦਾ ਪੂਰਾ ਦੱਸ ਦਿੱਤਾ ਔਰ ਉਹਨਾਂ ਨੇ ਵੀ ਕਿਹਾ ਕਿ ਜਸਟਨ ਟਰੂਡੋ ਨੇ ਕੋਈ ਝੂਠ ਨਹੀਂ ਬੋਲਿਆ ਐ ਸੱਚ ਜੋ ਕੁਝ ਹੋਇਆ ਵਾ ਉਹਨਾਂ ਉਹਨਾਂ ਕਹਿੰਦਾ ਕਿ ਤੁਹਾਡੇ ਬੰਦੇ ਨੇ ਮਾਰਿਆ ਇਹ ਤਾਂ ਕੈਨੇਡਾਈ ਕੈਨੇਡਾ ਦੇ ਲੋਕਾਂ ਦਾ ਕੋਈ ਵੀ ਮੇਲ ਮਲਾਪ ਨਹੀਂ ਨਾਮ ਆਏ ਮਾਰਨ ਲਈ ਇੱਕ ਬੰਦਾ ਮਾਰਿਆ ਉਸ ਤੋਂ ਬਾਅਦ ਆਉਂਦੇ ਜਿਹੜੇ ਬੰਦੇ ਤੁਹਾਡੇ ਆਉਂਦੇ ਆ ਇੱਥੇ ਜਾਂ ਜਿਹੜੇ ਡਿਕਲੇਅਰ ਕੀਤੇ ਜਾਂਦੇ ਆ ਅਫੈਂਡਰ ਜਿਹਨਾਂ ਨੂੰ ਉਹਨਾਂ ਨੂੰ ਪਗੋੜੇ ਕਹਿ ਦਿੰਦੇ ਆ ਉਹ ਕਿੱਦਾਂ ਆ ਜਾਂਦੇ ਤੁਹਾਡੇ ਕੋਲ ਇੱਕ ਕੰਟਰੀ ਤੋਂ ਜਾਂ ਪੰਜਾਬ ਚੋਂ ਆਉਣਾ ਨਿਕਲਣਾ ਟੜਕੂ ਜਿੰਨੀ ਸੀਆਈਡੀ ਗੁਪਿਆ ਜਲਸੀਆਂ ਉਹ ਕੀ ਕਰਦੀਆਂ ਉਹਨਾਂ ਨੂੰ ਪਤਾ ਹੈਗਾ ਕਿ ਵਾਇਆ ਨੇਪਾਲ ਆ ਰਿਹਾ ਔਰ ਦੋ ਦੋ ਪਾਸਪੋਰਟ ਬਣਾ ਕੇ ਆ ਰਿਹਾ ਖੰਨਾ ਜੀ ਔਰ ਇਹ ਕਿਦਾਂ ਜਿਹੜੀ ਆਂਖ ਮਚੋਲੀ ਖੇਡਦੇ ਨੇ ਨਾਲ ਪੁਲਿਸ ਨੂੰ ਨਹੀਂ ਪਤਾ ਲੱਗਦਾ ਕੀ ਹੋ ਰਿਹਾ ਹੈਗ ਨਹੀਂ ਜਿੰਨੀ ਸੀਆਈਡੀ ਸਾਡੀ ਇੱਥੇ ਆ ਵਿਜੀਲੈਂਸ ਬਾਅਦ ਚ ਤੋਂ ਉਹਨਾਂ ਤੇ ਹਮਲੇ ਕਰ ਦਿੰਦੀ ਆ ਇੰਨਾ ਕੋਈ ਵਿਜੀਲੈਂਸ ਕੋ ਤਾਂ ਆਪਣੇ ਨਹੀਂ ਬੰਦੇ ਫੜੇ ਜਾਂਦੇ ਜਿੱਥੇ ਦੇਖ ਲਓ ਪਕੌੜਾ ਹੋ ਗਿਆ ਸੀਗਾ ਮਨਾ ਮਨਪ੍ਰੀਤ ਬਾਦਲ ਹੁਣ ਜ਼ਮਾਨਤ ਲੈ ਕੇ ਬਹਿ ਗਿਆ ਹੁਣ ਉਹਨਾਂ ਨੂੰ ਉਹਨੂੰ ਕੋਈ ਡਾਰੀ ਨਹੀਂ ਦਿਆ ਉਹਨੂੰ ਕੈਪਚਰ ਨਹੀਂ ਕਰ ਸਕੇ ਹਾਂ ਨੇ ਉਹਦੇ ਵਿੱਚ ਖੈਰਾ ਸਾਹਿਬ ਨੂੰ ਇਹਨਾਂ ਨੇ ਪਹਿਲੋਂ ਫੜ ਲਿਆ ਉਹ ਤਾਂ ਜੇ ਵੀ ਜੁਡੀਸ਼ੀਅਲ ਮਾਨ ਚੱਲ ਰਿਹਾ ਉਹਨਾਂ ਦਾ ਔਰ ਕਈ ਜਿਹੜੇ ਹੈਗੇ ਆ ਮੰਤਰੀ ਉਹਨਾਂ ਨੂੰ ਇਹ ਫੜਨ ਜੋਗੇ ਰਏ ਹੀ ਨਹੀਂ ਗਏ ਔਰ ਉਹਦੇ ਚ ਕਈ ਅਜੇ ਜਾ ਕੇ ਅਮਰੀਕਾ ਚ ਬੈਠੇ ਆ ਫਿਰ ਉਹਾਂ ਦੇ ਨਿਕਲ ਜਾਂਦੇ ਆ ਪਤਾ ਨਹੀਂ ਉਹ ਕਿੱਦਾਂ ਦੀ ਟਿਕਟ ਲੈਂਦੇ ਆ ਕਿੱਦਾਂ ਦੀ ਪਾਸਪੋਰਟ ਬਣਾਉਂਦੇ ਆ ਹੁਣ ਮਨਪ੍ਰੀਤ ਬਾਦਲੇ ਆਪਣਾ ਪਾਸਪੋਰਟ ਦੇ ਦਿੱਤਾ ਇਹਨਾਂ ਨੂੰ ਪਿਆ ਲੋ ਪਾਸਪੋਰਟ ਜਿਹੜੀ ਇਨਕੁਆਰੀ ਹੈ ਮੈਂ ਅਜੇ ਠੀਕ ਨਹੀਂਗਾ ਮੈਂ ਨਹੀਂ ਆਉਂਗਾ ਵਕੀਲ ਮੇਰਾ ਆ ਰਿਹਾਗਾ ਇਹ ਗੱਲ ਹੈਗੀ ਆ ਵੱਡੇ ਬੰਦੇ ਨੂੰ ਨਹੀਂ ਫੜਦੇ ਦੂਜਿਆਂ ਨੂੰ ਫੜਦੇ ਆ ਪੁਲਿਸ ਅਫੀਸ ਉਹ ਉਹ ਨਵਿੰਦ ਸਿੰਘ ਜਿਹੜੇ ਸੀ ਜਿਹੜੇ ਐਸਐਚਓ ਸੀ ਜਿਨ੍ਹਾਂ ਨੇ ਢਿੱਲੋਂ ਬ੍ਰਦਰ ਦੇ ਵਿੱਚ ਜਿਹੜੇ ਉਹਨਾਂ ਨੇ ਦਰਿਆਵ ਚ ਛਾਲ ਮਾਰ ਕੇ ਆਪਣੀ ਜਾਨਾਂ ਦੇ ਦਿੱਤੀਆਂ ਦੋ ਬੱਚੇ ਸੀ ਉਹਨਾਂ ਦੇ ਜਸ਼ਨਬੀਰ ਔਰ ਮਾਨਮਜੀਤ ਔਰ ਉਹ ਤੋਂ ਬਾਅਦ ਉਹਨੇ ਜ਼ਮਾਨਤ ਦੀ ਦੋ ਅਰਜ਼ੀਆਂ ਦਿੱਤੀਆਂ ਇੱਕ ਤਾਂ ਕਪੂਰਥਲ ਦਿੱਤੀ ਸੀ ਕੈਨਸਲ ਹੋ ਗਈ ਮੁੜ ਕੇ ਦੂਜੀ ਦਿੱਤੀ ਆ ਜ਼ਮਾਨਤ ਲਈ ਹਾਈ ਕੋਰਟ ਚ ਉਹ ਵੀ ਕੈਨਸਲ ਹੋ ਗਈ ਹੁਣ ਉਹ ਅਜੇ ਤੱਕ ਅਰੈਸਟ ਨਹੀਂ ਕੀਤਾ ਅਜੇ ਤੱਕ ਵੀ ਸਾਰਾ ਕੁਝ ਉੱਤੇ ਦਾ ਉੱਤੇ ਹੀ ਆ ਔਰ ਇਹ ਆ ਸਾਡੀ ਪੁਲਿਸ ਦਾ ਹਾਲ ਜੁਡੀਸ਼ਰੀ ਤਾਂ ਕੰਮ ਕਰ ਜਾਂਦੀ ਹੈ ਆਪਣਾ ਪਰ ਇਹ ਨਹੀਂ ਫੜਦੇ ਕਿਸੇ ਨੂੰ ਕਿਉਂਕਿ ਵੱਡੇ ਬੰਦੇ ਨੂੰ ਨਹੀਂ ਫੜਨਗੇ ਗਰੀਬ ਆਦਮੀ ਨੂੰ ਫੜ ਲੈਂਦੇ ਆ ਉਹਦੇ ਘਰ ਤੇ ਰੇਡ ਕਰਕੇ ਆਟੈਕ ਕਰਕੇ ਨਹੀਂ ਤਾਂ ਫਿਰ ਉਹਦਾ ਪਰਿਵਾਰ ਹੀ ਲੈ ਆਉਂਦੇ ਵੀ ਤੂੰ ਇੱਥੇ ਲਾਇਆ ਫਿਰ ਆਪਣਾ ਡਰਦਾ ਮਹਾਰਾ ਆ ਜਾਂਦਾ ਇਹ ਸਾਡਾ ਕਾਨੂੰਨ ਆ ਇਹ ਸਾਡੀ ਪੁਲਿਸ ਆ ਇਹ ਸਾਡੇ ਫੜੋ ਫੜੀ ਦਾ ਜਿਹੜਾ ਨੁਕਤੇ ਆ ਕਿ ਕਿਸ ਤਰ੍ਹਾਂ ਸੀ ਫੜਦੇ ਆ ਤੇ ਕਿਸ ਤਰ੍ਹਾਂ ਸੀ ਉਹਨੂੰ ਗ੍ਰਿਫਤਾਰ ਕਰਦੇ ਆ ਇੱਥੇ ਤਕੜੇ ਦਾ 7ਵੀਂ ਵੀ ਸਵਾਲੀ ਗੱਲ ਹੈ ਜਿਹਨੂੰ ਅਸੀਂ ਕਹਿੰਦੇ ਉੱਥੇ ਆ ਕੇ ਨਵੇੜਾ ਹੁੰਦਾ ਹਾਂ ਜੀ तकरीदा दा सत्ती दीं सो यानी कानून कुछ नहीं ना संविधान कुछ नहीं किताबें ही हो किताबें तारा लाती है ने फलाने लाती है तकरे <laughs> दा ता फिर पैसा बोलदा वड्डियां लग हाँ वड्डियां गल्ला ने बते लोग वड्डियां गल्ला और पैसा बोलदा वो ना व्हेन मनी स्पीक्स एवरीथिंग ट्रुथ कीप्स साइलेंट जब पैसा बोल दे सच दी बोलती बंद हो जाती है इसयाने कहंदे ने और यही देखदा पया कि यही वापरदा पया जरूर ਸੋ ਆਪਾਂ ਅੱਗੇ ਤੁਰੀਏ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਜੀ ਉਹਦੇ ਲਈ ਐਸਜੀਪੀਸੀ ਨੂੰ ਹਜੇ ਤੱਕ ਪਰਵਾਨਗੀ ਨਹੀਂ ਮਿਲੀ ਦੇਖੋ ਕਿੱਥੋਂ ਅਸੀਂ ਦਰਬਾਰ ਸਾਹਿਬ ਤੇ ਆ ਗਏ ਆ ਸੁਖਾਂ ਵੀ ਗੱਲ ਕਰਨ ਲੱਗੇ ਆ ਚੈਨ ਮਿਲਣ ਲੱਗਾ ਕਿੱਥੇ ਅਸੀਂ ਇਹ ਸਾਰੇ ਪੰਬਲ ਪੂਸੇ ਵਿੱਚੋਂ ਨਿਕਲ ਕੇ ਜਦੋਂ ਦਰਬਾਰ ਸਾਹਿਬ ਪਹੁੰਚਦੇ ਆ ਤਾਂ ਚੈਨ ਮਿਲਦਾ ਜਰੂਰ ਉਹ ਸਿੱਧਾ ਪ੍ਰਸਾਰਣ ਸ਼੍ਰੋਮਣੀ ਕਮੇਟੀ ਕਰਨਾ ਚਾਹੁੰਦੀ ਪਰ ਪਰਵਾਨਗੀ ਨਹੀਂ ਮਿਲਦੀ ਉਹਦੀ ਉਡੀਕ ਵਿੱਚ ਬੈਠੇ ਨੇ ਇਹ ਹੈ ਕਿ ਇਹਨਾਂ ਨੇ ਜਿਹੜਾ ਸਿੱਧਾ ਪ੍ਰਸਾਰਣ ਨੂੰ ਦਰਬਾਰ ਸਭ ਤੋਂ ਕਰਨਾ ਸੀਗਾ ਉਹਦੇ ਲਈ ਇਹਨਾਂ ਨੇ ਆਗਿਆ ਮੰਗੀ ਸੀਗੀ ਸੈਂਟਰ ਕੋਲੋਂ ਔਰ ਉਹਦੇ ਮਨਿਸਟਰ ਨੇ ਅਨਰਾਗ ਠਾਕਰ ਜੀ ਜਿਹੜੇ ਇਨਫੋਰਮੇਸ਼ਨ ਬ੍ਰਾਡਕਾਸਟ ਮਿਨਿਸਟਰੀ ਹੈ ਔਰ ਜਿਹੜੇ ਕੈਬਨਿਟ ਮੰਤਰੀ ਸਾਰੇ ਹੁੰਦੇ ਆ ਪਰ ਇਹਨਾਂ ਨੇ ਉੱਥੇ ਐਪਲੀਕੇਸ਼ਨ ਦਿੱਤੀ ਹੈ ਡਿਜੀਟਲ ਚੈਨਲ ਖੋਲਣ ਦੀ ਪਰ ਇਹਨਾਂ ਨੂੰ ਅਜੇ ਤੱਕ ਕੋਈ ਵੀ ਉੱਥੋਂ ਪ੍ਰਵਾਨਗੀ ਨਹੀਂ ਮਿਲੀ ਔਰ ਇਸ ਕਰਕੇ ਨਹੀਂ ਮਿਲੀ ਕਿ ਸਾਰੇ ਦਾ ਸਾਰਾ ਜੇ ਜੇ ਮਨਸੂਬਾ ਉੱਥੇ ਦਾ ਉੱਥੇ ਹੀ ਖੜਾ ਜਿਹਾ ਖੜਾ ਹੀ ਆ ਔਰ ਇਹਨਾਂ ਨੇ ਨਾਲ ਲੱਗਦਾ ਇੱਕ ਪੀਟੀਸੀ ਚੈਨਲ ਆ ਉਹਦੇ ਤੇ ਜਿਹੜਾ ਸਿੱਧਾ ਪ੍ਰਸਾਰਣ ਜਾ ਰਿਹਾ ਗੁਰਬਾਣੀ ਦਾ ਮਨੋਰ ਕੀਰਤਨ ਉਤੋਂ ਟੈਲੀਕਾਸਟ ਹੋ ਰਿਹਾ ਔਰ ਉਹ ਉਹਦੇ ਤੇ ਹੁਣ ਇਹਨਾਂ ਨੇ ਉਹਨੇ ਰੋਕ ਲਈ ਸੀ ਭਗਵੰਤ ਮਾਨ ਜੀ ਨੇ ਕਿ ਇਹਨੂੰ ਸਾਰੇ ਚੈਨਲ ਨੂੰ ਦਿੱਤਾ ਜਾਵੇ ਨਾ ਕਿ ਇੱਕੋ ਚੈਨਲ ਦੀ ਮਨੋਪੋਲੀ ਹੋਵੇ ਔਰ ਉਹਨਾਂ ਨੇ ਕਿਹਾ ਤਾਂ ਕਿ ਪਰਿਵਾਰਵਾਦ ਦਾ ਚੈਨਲ ਹੈਗਾ ਇਹ ਬਾਦਲ ਸਾਹਿਬ ਦਾ ਚੈਨਲ ਆ ਹੁਣ ਉਹਨਾਂ ਨੇ ਮੋਟਾ ਕਰਕੇ ਉੱਤੇ ਐਜੀਪੀਸੀ ਦਾ ਲਾਤਾ ਉਹਨਾਂ ਨੇ ਇੱਕ ਸਾਈਡ ਤੇ ਇੱਕ ਕਾਰਨਰ ਤੇ ਇੱਕ ਕਾਰਨਰ ਤੇ ਸਿੱਧਾ ਪ੍ਰਸਾਰਣ ਦਰਬਾਰ ਸਾਹਿਬ ਤੋਂ ਆ ਹੁਣ ਉਹਨਾਂ ਨੇ ਸਿੱਧਾ ਹੀ ਕਰ ਦਿੱਤਾ ਕੰਮ ਉਹ ਤੋਂ ਟੈਲੀਕਾਸਟ ਹੋ ਰਿਹਾ ਔਰ ਬਕਾਇਦਾ ਤੌਰ ਤੇ ਇਹਨਾਂ ਦਾ ਇੱਕ YouTube ਤੇ ਵੀ ਚੈਨਲ ਸ਼ੁਰੂ ਹੋ ਗਿਆ ਉਹਨਾਂ ਦਾ ਸਿੱਧਾ ਪ੍ਰਸਾਰਣ ਦਾ ਉਹ ਲੋਕ ਘੱਟ ਦੇਖਦੇ ਆ ਸਿੱਧਾ ਜਿਹੜਾ ਚੈਨਲ ਤੋਂ ਜ਼ਿਆਦਾ ਆ ਰਿਹਾ ਕਿਉਂਕਿ ਉਹ ਤੇ ਜਾਊਗਾ ਤੇ ਫਿਰ ਤੁਹਾਡਾ ਉਹ ਸਕਰੀਨ ਤੇ ਜਾਂ ਮੋਬਾਈਲ ਤੇ ਆਉਂਦਾ ਔਰ ਉਹ ਜਿਹੜਾ ਇਹ ਚੈਨਲ ਇਸ ਤਰ੍ਹਾਂ ਦਾ ਡਿਜੀਟਲ ਖੋਲਣਾ ਚਾਹ ਰਿਹਾ ਕਿ ਜਿਹੜੇ ਅਰਬ ਕੰਟਰੀ ਚ ਵੀ ਜਾਵੇ ਔਰ 168 ਵਿਚਾਂ ਵਿੱਚ ਜਾਣ ਦੀ ਇਹਨਾਂ ਦੇ ਵਿਉਂਤ ਬਣਾਈਆਂ ਕਿ ਉਹਨਾਂ ਵਿੱਚ ਅਪਰੋਚ ਉੱਥੋਂ ਤੱਕ ਜਾਊਗੀ ਕਿ ਤੁਰਕੀ ਬਾਣੀ ਆਏ ਸਗਲਿ ਚਿੰਤ ਮਟਾਈ ਉਸ ਦੇ ਮੁਖਵਾਕ ਰਾਈ ਉਹ ਕਹਿੰਦੇ ਇਹਦੇ ਵਿੱਚ ਜਿਹੜਾ ਫਰਮਾਨ ਗੁਰਗ੍ਰੰਥ ਸਾਹਿਬ ਜੀ ਦਾ ਮੁਖਵਾਕ ਉਹ ਵੀ ਜਾਇਆ ਕਰੂਗਾ ਔਰ ਉਹਦੇ ਵਿੱਚ ਲੋਕ ਸੋ ਜਿਆਦਾ ਸੁਣਨਾ ਚਾਹੁੰਦੇ ਆ ਔਰ ਉਹਦੇ ਵਿੱਚ ਅਨੰਦ ਸਾਹਿਬ ਦੀ ਬਾਣੀ ਵੀ ਆਏਗੀ ਔਰ ਗੁਰੂ ਬਾਣੀ ਤੋਂ ਇਲਾਵਾ ਨਾਲ-ਨਾਲ ਸ਼ਬਦ ਕੀਰਤਨ ਵੀ ਬਿਲਕੁਲ ਰਾਗੀ ਤੋਂ ਬਹੁਤ ਵਧੀਆ ਹੈ ਗੁਰਗਨਾਨ ਸਾਹਿਬ ਕਤਈ ਰਾਗਾ ਵਿੱਚ ਸੰਗਹ ਬਾਣੀ ਆ ਉਹਨਾਂ ਦੀ ਔਰ ਉਹਦੇ ਵਿੱਚ 15 ਭਗਤਾਂ ਦੀ ਬਾਣੀ ਹੈ ਔਰ ਸਾਰੇ ਭਗਤਾਂ ਤੋਂ ਇਲਾਵਾ ਬਾਕੀ ਜਿਹੜੇ ਸੂਫੀ ਫਕੀਰ ਸੀ ਉਹਨਾਂ ਦੀ ਵੀ ਹੈ ਬਾਬਾ ਫਰੀਦ ਜੀ ਦੀ ਹੈ ਬਾਬਾ ਫਰੀਦ ਜੀ ਤੋਂ ਇਲਾਵਾ ਕਬੀਰ ਸਮਾ ਜੀ ਦੀ ਵੀ ਬਾਣੀ ਹੈ ਇੱਕ ਅੱਛਾ ਕਿ ਬਾਣੀ ਨੂੰ ਆਪਣੇ ਜੀਵਨ ਵਿੱਚ ਉਤਾਰੋ ਤੇ ਇਹਦੇ ਉੱਤੇ ਤੁਰੋ ਵੀ ਅਮਲ ਕਰੋ ਇਹਦੇ ਉੱਤੇ ਅਮਲ ਕਰੋ ਜੀ 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 ਸੋ ਅੱਗੋਂ ਮੈਂ ਪੰਜਾਬ ਬੋਲਦਾ ਜੀ ਇੱਕ ਖੁੱਲੀ ਬਹਿਸ ਕਰਨਾ ਚਾਹੁੰਦੇ ਨੇ ਭਗਵਾਨ ਜੀ ਮਾਨ ਆਪਣੇ ਵਿਰੋਧੀ ਧਿਰ ਨਾਲ ਮੈਂ ਪੰਜਾਬ ਬੋਲਦਾ ਸਰਲੇਖ ਦਿੱਤਾ ਇਸ ਬਹਿਸ ਨੂੰ ਹੁਣ ਇਹਦੀ ਰੂਪਰੇਖਾ ਐਲਾਨ ਕੀਤੀ ਜਾ ਰਹੀ ਹੈ। ਔਰ ਕੈਨ ਵਾਲੇ ਤਾਂ ਕਹਿੰਦੇ ਨੇ ਕਿ ਇਹ ਵੀ ਇੱਕ ਤਮਾਸ਼ੇ ਦੀ ਇੱਕ ਹੋਰ ਕੜੀ ਹੈ ਇਹ ਚੋਂ ਨਿਕਲਣਾ ਕੀ ਹੈ ਕਿਉਂਕਿ ਸਾਰੇ ਜਾਣੇ ਬਹਿਸ ਤਾਂ ਕਰਦੇ ਹੀ ਰਹਿੰਦੇ ਹੋ ਇਹ ਇੱਕ ਦਿਨ ਇਹਨੂੰ ਸਮਰਪਿਤ ਕਰਨਾ ਤਾਂ ਠੀਕ ਹੈ ਖਰਚੇ ਹੋਰ ਕਰਨੇ ਤਾਂ ਠੀਕ ਹੈ ਇਹ ਵੀ ਕਰਕੇ ਦੇਖ ਆ ਇਹ ਕੱਲ ਇਹਨਾਂ ਨੇ ਐਲਾਨ ਕੀਤਾਗਾ ਕਿ ਪੰਜਾਬ ਡੇ ਤੇ 1 ਨਵੰਬਰ ਨੂੰ ਪੰਜਾਬ ਖੇਤੜੀ ਬੜੀ ਯੂਨੀਵਰਸਿਟੀ ਦੇ ਐਡੀਟੋਰੀਅਮ ਦੇ ਵਿੱਚ ਇਹਦਾ ਯੋਜਨ ਕੀਤਾ ਜਾ ਰਿਹਾ ਤੇ ਉਹਦੇ ਵਿੱਚ ਐਂਕਰ ਦਾ ਵੀ ਉਹਨਾਂ ਨੇ ਨਾਮ ਅਨਾਉਂਸ ਕਰ ਦਿੱਤਾ ਨਿਰਮਲ ਜੋੜਾ ਜੀ ਹੋਣਗੇ ਪ੍ਰੋਫੈਸਰ ਨਿਰਮਲ ਜੋੜਾ ਉਹ ਕਰਨਗੇ ਪਰ ਉਹਦੇ ਚ ਵੀ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਨੇ ਇਹਦੀ ਆਲੋਚਨਾ ਕੀਤੀ ਹੈ ਕਿ ਉਹ ਜਿਹੜੇ ਐਂਕਰ ਨੇ ਉਹ ਪੋਲਿਟਿਕਸ ਨੂੰ ਇਹਨਾਂ ਜਾਣਨ ਵਾਲੇ ਨੇਗੇ ਉਹਨਾਂ ਨੂੰ ਇਹ ਨਹੀਂ ਪਤਾ ਹੈਗਾ ਉਹ ਕਲਚਰਲ ਪ੍ਰੋਗਰਾਮ ਕਰਦੇ ਰਹੇ ਦੂਰਦਰਸ਼ਨ ਤੇ ਪ੍ਰੋਗਰਾਮ ਕਰਦੇ ਰਹੇ ਸਾਰੇ ਔਰ ਉਹਨਾਂ ਬੋਲਣ ਤੇ ਤਾਂ ਬਹੁਤ ਅੱਛੇ ਨੇ ਉਹ ਪੰਜਾਬ ਖੇਤੀ ਬੜੀ ਯੂਨੀਵਰਸਿਟੀ ਚ ਪ੍ਰੋਫੈਸਰ ਆਇਆ ਉਹ ਅੱਜਕੱਲ ਪੰਜਾਬ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਉਹ ਡਾਇਰੈਕਟਰ ਨੇ ਉੱਥੇ ਤੇ ਉਹਦੇ ਵਿੱਚ ਜੋ ਬਾਕੀ ਜਿਹੜੀਆਂ ਚੀਜ਼ਾਂ ਉਹਨਾਂ ਕੋਲ ਹੈ ਆ ਪਰੇ ਦੇ ਵਿੱਚ ਇਹਨਾਂ ਨੇ ਕਿਹਾ ਕਿ ਜਿਹੜਾ ਬੋਲਣ ਦੇ ਵਿੱਚ ਉਹਨਾਂ ਨੂੰ ਪੋਲਿਟਿਕਸ ਦਾ ਪੰਜਾਬ ਦੀ ਰਾਜਨੀਤੀ ਦਾ ਪੰਜਾਬ ਦੇ ਸੰਧਾਨਾਂ ਦਾ ਪੰਜਾਬ ਦੇ ਜੋ ਹੋਏ ਨੇ ਹਾਲਾਤ ਸੀ ਉਹਨਾਂ ਦਾ ਐਸਪੀਐਲ ਦਾ ਮੁੱਦਾ ਜਿਹੜਾ ਉਹ ਜ਼ਿਆਦਾ ਗਰਮਾਉਣਾ ਹੈਗਾ ਉਹਦੇ ਤੇ ਵੀ ਇਹਨਾਂ ਨੂੰ ਡਿਟੇਲਸ ਸਾਡੀ ਹੋਣੀ ਚਾਹੀਦੀ ਹੈ। ਮਤਲਬ ਐਦਾਂ ਦਾ ਬੰਦਾ ਚਾਹੀਦਾ ਹੈ ਜਿਹੜਾ ਪੋਲਿਟੀਕਲ ਪਿਛੋਕੜ ਤੋਂ ਹੋਵੇ। ਹਾਂ ਜਿਹੜਾ ਉਹਦਾ ਘਰਾਣਾ ਇਸ ਤਰ੍ਹਾਂ ਦਾ ਹੋਵੇ ਕਿ ਉਹਨੂੰ ਪਤਾ ਹੋਵੇ ਉਹਨੇ ਅੱਖੀਂ ਵੇਖਿਆ ਵੀ ਥੋੜਾ ਮੱਚੇ ਹੋਵੇ। ਪੁਰਾਣਾ ਬੰਦਾ ਹੋਵੇ। ਔਰ ਜਖਰ ਸਾਹਿਬ ਨੇ ਤੇ ਹਾਂ ਜਹਾਂ ਮੜਾਤੀ ਪਿਆ ਜਾਵਾਂਗੇ ਔਰ ਅਕਾਲੀ ਦਲ ਦੇ ਵੀ ਸ਼ਹਿਦਾਸ ਆ ਸਕਿਆ ਪ੍ਰਤਾਪ ਸਿੰਘ ਬਾਜਵਾ ਵੀ ਆਉਣਗੇ ਐਕਸਪਰਟਸ ਕਹਿੰਦੇ ਨੇ ਜੀ 20 ਹੋਇਆ ਆ ਜੀ 20 ਤੋਂ ਜੀ 21 ਬਣ ਗਿਆ ਸਾਊਥ ਅਫਰੀਕਾ ਨੂੰ ਵੀ ਨਾਲ ਜੋੜ ਲਿਆ ਬੜੀਆਂ ਗੱਲਾਂ ਬੜੇ ਵਾਦੇ ਹੋਏ 4000 ਕਰੋੜ ਖਰਚ ਹੋਇਆ 3-4 ਦਿਨ ਲੱਗੇ ਰਹੇ ਹਾਂ ਰਿਜ਼ਲਟ ਕੀ ਨਿਕਲੇ ਨਿਕੜਾ ਕੁਝ ਨਹੀਂ ਕੈਨੇਡਾ ਦੇ ਨਾਲ ਪਾਣੀ ਰੜਕਕੇ ਕੁਝ ਨਹੀਂ ਹੋਇਆ ਉਸ ਤੋਂ ਬਾਅਦ ਹਮਾਸ ਔਰ ਇਜ਼ਰਾਈਲ ਦਾ ਔਰ ਜਿਹੜਾ ਇੰਟਰਨੈਸ਼ਨਲ ਕੋਰੀਡੋਰ ਬਣਾਉਣਾ ਸੀਗਾ ਮਿਡਲ ਈਸਟ ਇੰਡੀਆ ਐਂਡ ਅਮਰੀਕਾ ਉਹ ਘਟਾਈ ਚ ਹੈ ਸਹੀ ਗੱਲ ਮਤਲਬ ਯੂਨੋ ਦੀ ਕੋਈ ਸੁਣਦਾ ਨਹੀਂ ਉਹ ਵੀ ਤਾਂ ਇੱਕ ਵੱਡੀ ਸਸਤਾ ਹੈ ਉੱਥੇ ਵੀ ਬਹਿਸ ਕਰਕੇ ਉੱਥੇ ਵੀ ਗੱਲਾਂ ਕਰਕੇ ਵੀ ਤੋਂ ਪਾਵਰ ਇਸਤੇਮਾਲ ਕਰੀਏ ਮਨਮਰਜ਼ੀ ਹੁੰਦੀ ਹੈ ਹੁਣ ਇਹ ਤਾਂ ਇੱਕ ਛੋਟੀ ਜੀ ਬਹਿਸ ਹੈ ਇਹ ਚੋਕੀ ਨਿਕਲਣਾ ਵੈਸੇ ਜਿਹੜੀ ਗੱਲ ਕਰਨੀ ਸੀ ਨਾ ਭਗਵੰਤ ਮਾਨ ਸਰਕਾਰ ਨੇ ਉਹ ਇਹਨਾਂ ਨੇ ਛੱਡ ਹੀ ਦਿੱਤੀ ਗੱਲ ਜਿੱਚ ਜਿਹੜਾ ਮਾਮਲਾ ਇਸ ਵੇਲੇ ਬੜਾ ਪੇਚੀਦਾ ਔਰ ਬੜਾ ਗਰਮਾਇਆ ਮਾਮਲਾ ਕੈਨੇਡਾ ਦਾ ਔਰ ਕਿੱਦਾਂ ਜਿਵੇਂ ਪੰਜਾਬੀਆਂ ਨੇ ਆਉਣਾ ਸੀ ਜਿਹੜੇ ਆਪਾਂ ਹੁਣੇ ਜ਼ਿਕਰ ਕਰਕੇ ਟਿਆ ਇਹਦੇ ਵਿੱਚ ਇਹਨਾਂ ਨੇ ਕੋਈ ਐਲਾਨ ਨਹੀਂ ਕੀਤਾ ਜਾਂ ਇਹਨਾਂ ਨੇ ਕੋਈ ਲੈਟਰ ਨਹੀਂ ਲਿਖਿਆ ਇਹਨਾਂ ਨੂੰ ਚਾਹੀਦਾ ਸੀ ਵਿਦੇਸ਼ ਮੰਤਰੀ ਨੂੰ ਮਿਲਦਾ ਜਾ ਕੇ ਜਾਂ ਉਹਦੇ ਚ ਮੋਦੀ ਸਾਹਿਬ ਨੂੰ ਕਹਿੰਦੇ ਔਰ ਉਹਨਾਂ ਕਹਿੰਦੇ ਕਿ ਪੰਜਾਬ ਦੇ ਲੋਕ ਆਉਣਾ ਚਾਹ ਰਹੇ ਆ ਤੁਸੀਂ ਕੀ ਬੈਨ ਕਰ ਦਿੱਤਾ ਉਹ ਕਿੱਧਰ ਜਾਣਗੇ ਲੋਕ ਔਰ ਪੰਜਾਬ ਦੇ ਸਭ ਤੋਂ ਜ਼ਿਆਦਾ ਲੋਕ ਉੱਥੇ ਬੈਠੇ ਆ ਔਰ ਜਿਹੜੇ ਐਸਰੇ ਵਿਚਾਰੇ ਵਿਆਹਾਂ ਸ਼ਾਦੀਆਂ ਤੋਂ ਉਨੇ ਬੈਠੇ ਆ ਘਰ ਦੇ ਬੱਚਿਆਂ ਨੂੰ ਮੰਡ ਤੋਂ ਬੈਠੇ ਆ ਮੇਲੇ ਮਸਾਵੇ ਵੇਖਣੇ ਉਤੋਂ ਬੈਠੇ ਆ ਦੂਰ ਬੈਠੇ ਆ ਕੱਲ ਇਹ ਹੈ ਨਾ ਜੋ ਮਾਹਿਰ ਮੰਨਦੇ ਨੇ ਜਿਹੜਾ ਸੜਕ ਤੇ ਬੈਠਾ ਸੜਕ ਤੇ ਸੁੱਤਾ ਪਿਆ ਉਹਨੂੰ ਰੋਟੀ ਨਹੀਂ ਮਿਲੀ ਹਾਂ ਉਹਨੂੰ ਪੁੱਛੋ ਇਹ ਤਮਾਸ਼ਿਆਂ ਦਾ ਕੀ ਮਤਲਬ ਹੈ ਇਹ ਚੁ ਕੀ ਨਿਕਲਣਾ ਹੈ ਔਰ ਜੇ ਗੱਲ ਕੀਤੀ ਜਾਵੇ ਇਹ ਕਰਨੇ ਨਹੀਂ ਚਾਹੀਦੇ ਇਹ ਬਹਿਸ ਕਰਨੀ ਨਹੀਂ ਚਾਹੀਦੀ ਹਾਂ ਜੇ ਤੁਸੀਂ ਕਹੋ ਇੰਟਰਨੈਸ਼ਨਲ ਜਾਂ ਨੈਸ਼ਨਲ ਲੈਵਲ ਤੇ ਫਿਰ ਹਿੰਦੀ ਬੋਲ ਕੇ ਐਸਾ ਤਾਂ ਹੋਣਾ ਚਾਹੀਏ ਐਸਾ ਨਹੀਂ ਹੋਗਾ ਤਾਂ ਕੈਸੇ ਚਲੇਗਾ ਇਹ ਤਾਂ ਲੋਕਤੰਤਰ ਹੈ ਅਰੇ ਬਾਬਾ ਇਹ ਤਾਂ ਚੋਂ ਨਿਕਲਦਾ ਕੀ ਪਿਆ ਤੁਹਾਨੂੰ ਰੱਜ ਕੇ ਰੋਟੀ ਮਿਲਦੀ ਪਈ ਹੈ ਖਾਣ ਨੂੰ ਇਸ ਕਰਕੇ ਤੁਹਾਨੂੰ ਸੁਆਦ ਆਉਂਦਾ ਪਿਆ ਤਾਨੂੰ ਚੰਗਾ ਲੱਗਦਾ ਇਹੋ ਜੀਆਂ ਗੱਲਾਂ ਕਰਨਾ ਉਹਨੂੰ ਪੁੱਛ ਕੇ ਦੇਖੋ ਜਿਹਨੂੰ 2 ਦਿਨ ਹੋ ਗਏ ਰੋਟੀ ਨਹੀਂ ਮਿਲੀ ਉਹਨੂੰ ਪੁੱਛੋ ਇਸ ਤਮਾਸ਼ੇ ਚੋਂ ਕੀ ਨਿਕਲਣਾ ਇਹ ਵੈਸ ਪਹਿਲਾਂ ਉਦੋਂ ਹੁੰਦੀ ਆ ਜਦੋਂ ਸੋਸ਼ਲ ਮੀਡੀਆ ਨਹੀਂ ਸੀ ਹੁਣ ਤਾਂ ਸੋਸ਼ਲ ਮੀਡੀਆ ਤੇ ਸਾਰਾ ਕੁਝ ਹੋ ਰਿਹਾ ਉੱਤੇ ਗੱਲਬਾਤ ਹੋ ਰਹੀ ਹੈ ਦਾ ਜਵਾਬ ਹੀ ਦਿੱਤਾ ਜਾ ਰਿਹਾ ਸਾਰੀ ਲੋਕਾਂ ਤੱਕ ਗੱਲ ਪਹੁੰਚਦੀ ਹੈ ਹੁਣ ਜੇ ਉੱਥੇ ਜਾਣ ਕੇ ਪੈਸਾ ਕਿੰਨਾ ਬਰਬਾਦ ਹੋਊਗਾ ਉਹਦੇ ਵਿੱਚ ਲੋਕ ਵੀ ਇਕੱਠੇ ਹੋਣੇ ਆ ਪਬਲਿਕ ਵੀ ਜਾਣੀ ਆ ਔਡੀਅেন্স ਦੇ ਬੈਂਡ ਲਈ ਵੀ ਹੈਗਾ ਖਾਨਪਿੰਡ ਵੀ ਰੱਖਣਾ ਪਊਗਾ ਪੋਲਿਟੀਕਲ ਪਾਰਟੀਆਂ ਵੀ ਜਾਣਗੀਆਂ ਔਰ ਫਿਰ ਵੀ ਇਹਨਾਂ ਨੇ ਉਹਦੇ ਵਿੱਚ ਸਿਟਿੰਗ ਅਰੇਂਜਮੈਂਟ ਉਹਦੇ ਵਿੱਚ ਵੀ ਵੀਆਈਪੀ ਬੈਠਣਗੇ ਅਤੇ ਵੀਆਈਪੀ ਬੈਠਣਗੇ ਅਤੇ ਪ੍ਰੈਸ ਬੈਠੇਗੀ ਪੈਸਾ ਬਰਬਾਦ ਕਰਨਗੇ ਉਹ ਹੀ ਪੈਸਾ ਤੁਸੀਂ ਗਰੀਬਾਂ ਦੇ ਨਾਲ ਲੋਕ ਜਿਹੜੇ ਵਿਚਾਰੇ ਲੋੜਾ ਜਿਹਨਾਂ ਨੂੰ ਪੈਸੇ ਦਾ ਤਮਾਸ਼ਾ ਹੈ ਔਰ ਇਹ ਪੂਰੀ ਦੁਨੀਆ ਦੇ ਵਿੱਚ ਇਹ ਤਮਾਸ਼ੇ ਚੱਲਦੇ ਰਹਿੰਦੇ ਨੇ ਰਾਜਨੀਤੀ ਦੇ ਵਿੱਚ ਇਵੈਂਟ ਕ੍ਰੀਏਟ ਕਰਨਾ ਨਿਊਜ਼ ਕ੍ਰੀਏਟ ਕਰਨਾ ਫੋਟੋਗ੍ਰਾਫੀ 4 ਦਿਨ ਛਾਈ ਰਹੇਗੀ ਪ੍ਰੈਸ ਦੇ ਵਿੱਚ ਆ ਹੋਇਆ ਤੇ ਉਹ ਹੋਇਆ ਉਹਨਾਂ ਨੇ ਇਹ ਬੋਲਿਆ ਉਹਨਾਂ ਨੇ ਉਹ ਬੋਲਿਆ ਅ ਸਾਰੇ ਜਾਣੇ ਪੰਜਾਬ ਦਾ ਭਲਾ ਕਰਨਾ ਚਾਹੁੰਦੇ ਨੇ ਓਕੇ ਫਿਰ ਇੱਕ ਦੂਜੇ ਦੇ ਕਾਲਰ ਕਿਉਂ ਫੜੇ ਹੋਏ ਨੇ ਕਰੋ ਭਲਾ ਹਮ ਨਾ ਤੂੰ ਮੇਰਾ কুর্তা ਫਾੜ ਮੈਂ ਤੇਰਾ কুর্তা ਫਾੜਾਂ ਕਿਉਂਕਿ ਸਵਾਦ ਹੁੰਦਾ ਔਰ ਲੋਕਾਂ ਨੂੰ ਇਹ ਦੇਖ ਕੇ ਸਵਾਦ ਆਉਂਦਾ ਕਿਉਂਕਿ ਅਸੀਂ ਬੇਸਿਕਲੀ ਤਮਾਸ਼ਾ ਦੇਖਣਾ ਪਸੰਦ ਕਰਦੇ ਹਾਂ ਸੋ ਇਹ ਚੱਲਦਾ ਪਿਆ ਚਲੋ ਆਪਾਂ ਅੱਗੇ ਚੱਲੀਏ ਜੀ ਉਮੀਦ ਕਰੀਏ ਕਿ ਇਹੋ ਕੁਝ ਨਿਕਲ ਆਵੇ ਚਲੋ ਕਰ ਲਓ ਵੀ ਇਹ ਵੀ ਡਿਸਕਸ਼ਨ ਵੀ ਕਰ ਲਓ ਮਾਹਰੇ ਕਹਿੰਦੇ ਨੇ ਇਹੋ ਨਿਕਲ ਆਵੇ ਪਰ ਕਰਨੇ ਕਰਨਾ ਵਿਰੋਧੀ ਧਿਰਾਂ ਨੇ ਤੇ ਰੌਲਾ ਪਾਉਣਾ ਜਾਂ ਜੋ ਕਰਨਾ ਇੰਪਲੀਮੈਂਟ ਤੇ ਨੇ ਕਰਾ ਕੀ ਹੋਣਾ ਜੇ ਇਹਨਾਂ ਨੇ ਡਿਮਾਂਡ ਕੀਤੀ ਵੀ ਆ ਤੁਸੀਂ ਮਸਲਾ ਕਿਉਂ ਨਹੀਂ ਕਰ ਰੱਖਿਆ ਆ ਮਸਲਾ ਵਾ ਐਸ ਵੀ ਆ ਲੜਾ ਜਿਹੜਾ ਤੁਸੀਂ ਸਰਵੇਖਣ ਕਰਾਉਣ ਦੇ ਜੇ ਪਾਣੀ ਅਸੀਂ ਨਹੀਂ ਦੇਣਾ ਇੱਥੇ ਲੋਕਾਂ ਨੇ ਜਾਂ ਪਬਲਿਕ ਨੇ ਜਾਂ ਨੇਤਾ ਨੇ ਰੌਲਾ ਪਾਉਣਾ ਔਰ ਕਿਉਂ ਨਹੀਂ ਪਹਿਲਾਂ ਐਲਾਨ ਕਰ ਦਿੰਦੇ ਕਿ ਅਸੀਂ ਪਾਣੀ ਨਹੀਂ ਦੇਵਾਂਗੇ ਤੁਹਾਡੀ ਰਾਏ ਸਾਡੇ ਨਾਲ ਹੈਗੀ ਹੈ ਇੱਕੋ ਹੀ ਗੱਲ ਹੈਗੀ ਹੈ ਇੰਪਲੀਮੈਂਟ ਤੇ ਸਰਕਾਰ ਨਹੀਂ ਕਰਨਾ ਵਿਧਾਨ ਸਭਾ 'ਚ ਕੀ ਹੁੰਦਾ ਹਾਂ ਉੱਥੇ ਵੀ ਤਾਂ ਡਿਸਕਸ਼ਨ ਹੋਣੀ ਹੁੰਦੀ ਹੈ ਨਾ ਉੱਥੇ ਵੀ ਤੇ ਇਹ ਮੈਂ ਪੰਜਾਬ ਬੋਲਦਾ ਉੱਥੇ ਵੀ ਤੇ ਹੋ ਸਕਦਾ ਹੋ ਸਕਦਾ ਸੀ ਉੱਥੇ ਵੀ ਹੋ ਸਕਦਾ ਉੱਥੇ ਕੋਲ ਕਰੋ ਕਿਹਨੇ ਰੋਕਿਆ ਉਹ ਸਪੈਸ਼ਲ ਇਵੈਂਟ ਕ੍ਰੀਏਟ ਕਰਨਾ ਇਹ ਕੀ ਹੈ ਮਤਲਬ ਡਿਗੋਰ ਥੀਟਰ 'ਚ ਨਾ ਪਰਮਿਸ਼ਨ ਨਹੀਂ ਉਹ ਨਹੀਂ ਮਿਲੀ ਇਹਨਾਂ ਨੂੰ ਕਿਉਂਕਿ ਉੱਥੇ ਗਵਰਨਰ ਸਾਹਿਬ ਹੈ এনवायरमेंट ਹੈ ਗਵਰਨਰ ਸਾਹਿਬ ਨੇ ਉੱਥੇ ਨਹੀਂ ਰਹਿਣ ਦਿੱਤਾ ਹੁਣ ਇਹਨਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕਰ ਲਿਆ ਕਿਉਂਕਿ ਵਾਈਸ ਚਾਂਸਲਰ ਜਿਹੜੇ ਚਾਂਸਲਰ ਨੇ ਇਸ ਵੇਲੇ ਯੂਨੀਵਰਸਟੀਆਂ ਦੇ ਭਗਵੰਤ ਮਾਨ ਜੀ ਖੁਦ ਔਰ ਉਹਦੇ ਵਿੱਚ ਗਵਰਨਰ ਦੀ ਇਨਵਾਲਵਮੈਂਟ ਨਹੀਂ ਹੈਗੀ ਜੋ ਜਿਹੜੀ ਮਰਜੀ ਯੂਨੀਵਰਸਿਟੀ ਦੇ ਵਿੱਚ ਆਪਣਾ ਇਸ ਤਰ੍ਹਾਂ ਦਾ ਸਮਾਗਮ ਰੱਖ ਸਕਦੇ ਆ ਉਹਨਾਂ ਚੁਣ ਲਈ ਖੇਤੀਬਾੜੀ ਯੂਨੀਵਰਸਿਟੀ ਹੁਣ ਉਹਦੇ ਵਿੱਚ ਪਬਲਿਕ ਵੀ ਲੋਕ ਇਕੱਠੇ ਹੋਣੇ ਆ ਲੋਕਾਂ ਨੇ ਵੀ ਆਉਣਾ ਛਾੜਾ ਪਊਗਾ ਇਹ ਮੱਛੀ ਮੰਡੀ ਬਣ ਜਾਣੀ ਆ ਕਾਵਾਂ ਰੌਲੀ ਜਿਨਾਂ ਦੀ ਉਹ ਹੋਊਗੀ ਬਾਈ ਕੱਲ੍ਹ ਲੈਣ ਤੋਂ ਸਮਾਗਮ ਜੀ 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 ਇਹ ਵੀ ਇੱਕ ਸਾਡੇ ਅੱਖ ਤੇ ਰੁਕਣਾ ਨਹੀਂ ਦਿੰਦਾ ਕਰਨਾ ਤਾਂ ਆ ਬਲਕਾਰ ਜੀ ਹਮ ਉਹਨਾਂ ਆਪਣੇ ਸੀਐਮ ਸਾਹਿਬ ਦੇ ਖਿਲਾਫ ਕੋਈ ਟਿੱਪਣੀਆਂ ਵੀ ਕੀਤੀਆਂ ਨੇ ਪਰਮਬੰਸ ਸਿੰਘ ਨੇ ਬੰਟੀ ਸਾਹਿਬ ਹਮ ਔਰ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਉਹਨਾਂ ਦੇ ਖਿਲਾਫ ਟਿੱਪਣੀਆਂ ਕੀ ਹੋਈਆਂ ਨੇ ਇਹ ਜਿਹੜਾ ਮਿਸਟਰ ਗਰੇਵਾਲ ਗਾਇਕ ਨੇ ਲੋਕ ਗਾਇਕ ਉਹਨਾਂ ਦਾ ਗਾਣਾ ਸੀਗਾ ਉਹਨੂੰ ਇਹਨਾਂ ਨੇ ਐਡਿਟ ਕਰਕੇ ਆਵਾਜ਼ ਉਹ ਰਹਿਣ ਦਿੱਤੀ ਕੇਜਰੀਵਾਲ ਸਾਹਿਬ ਔਰ ਭਗਵੰਤ ਮਾਨਤੇ ਬਹੁਤ ਟਿੱਪਣੀਆਂ ਹੋਈਆਂ ਔਰ ਉੱਚ ਬੁਰਾ ਭਲਾ ਕੁਝ ਨਾ ਕੁਝ ਕੀਤਾ ਗਿਆ ਤੇ ਉਹ ਹੁਣ ਉਹਦਾ ਜਿਹੜਾ ਇਹਨਾਂ ਨੇ ਐਫਆਈਆਰ ਲਾਜ ਕਰਵਾ ਕੇ ਤੇ ਉਪਰਮੰਸ ਬੰਤੀ ਰਮਾਣਾ ਅਕਾਲੀ ਨੇਤਾ ਉਹਨਾਂ ਨੂੰ ਇਹਨਾਂ ਨੇ ਗ੍ਰਿਫਤਾਰ ਕਰ ਲਿਆ ਕਰੋ ਔਰ ਅਰੈਸਟ ਕਰਕੇ ਉਹਨਾਂ ਉੱਤੇ ਕੇਸ ਦਰਜ ਕਰਨਗੇ ਜਿੱਚ ਉਹਨਾਂ ਨੇ ਉਹਦੀ ਲਾਇਆ ਕਿ ਇਹਨਾਂ ਨੇ ਉਹਦੀ ਜਿਹੜੀ ਆ ਗਾਣੇ ਦੀ ਛੇੜਛਾੜ ਕਰਕੇ ਤੇ ਭਗਵੰਤ ਮਾਨ ਦੇ ਤੇ ਕੇਰਵਾਲ ਸਾਹਿਬ ਤੇ ਬਹੁਤ ਟਿੱਪਣੀਆਂ ਕੀਤੀਆਂ ਔਰ ਅਕਾਲੀ ਦਲ ਦੇ ਨੇਤਾ ਨੇ ਜਿਹੜੇ ਸੁਖਵੀਰ ਬਾਦਲ ਜੀ ਉਹਨਾਂ ਨੇ ਵੀ ਸਮਾਗਮ ਕੀਤਾ ਉਹਨਾਂ ਕਿਹਾ ਕਿ ਇਹਦੇ ਵਿੱਚ ਬਹੁਤ ਕੇਸ ਨੇ ਜਿਹਦੇ ਵਿੱਚ ਆਪ ਸਰਕਾਰ ਨੇ ਸਾਡੇ ਜਿਹੜੇ ਕਰਮਚਾਰੀ ਨੇ ਸਾਡੇ ਅਧਿਕਾਰੀ ਨੇ ਉਹਨਾਂ ਨੂੰ ਤੰਗ ਕਰ ਰਹੇ ਆ ਬੇਲਵਾਜਾਈ ਔਰ ਇਹ ਦੇ ਵਿੱਚ ਤਾਂ ਕਿਹਾ ਕਿ ਬਹੁਤ 24 ਘੰਟੇ ਦੇ ਵਿੱਚ ਹੀ ਕੋਈ 22-25 ਹਜ਼ਾਰ ਦੇ ਕਰੀਬ ਲੋਕਾਂ ਦੇ ਵਿਊ ਆ ਗਏ ਸੀ ਜਦੋਂ ਇਹ ਗਾਣੇ ਤੇ ਟਿੱਪਣੀਆਂ ਆਈਆਂ ਔਰ ਉਹਦੇ ਵਿੱਚ ਲੋਕਾਂ ਵੱਲੋਂ ਸੰਕੇਤ ਵੀ ਆਇਆ ਕਿ ਬਹੁਤ ਅੱਛਾ ਗਾਣਾ ਬਹੁਤ ਉਹਦੇ ਵਿੱਚ ਜਿੰਨੀਆਂ ਟਿੱਪਣੀਆਂ ਨੂੰ ਸੁਣ ਕੇ ਕਮੈਂਟਸ ਆਏ ਆ ਬਹੁਤ ਲੋਕਾਂ ਦੇ ਆਏ ਆ ਔਰ ਕਈਆਂ ਨੇ ਉਹ ਮੁੰਡੇ ਨੂੰ ਗਾਲ੍ਹਾਂ ਵੀ ਕੱਢੀਆਂ ਵੀ ਉਹ ਗਲਤ ਕੀਤਾ ਕਈਆਂ ਨੇ ਫੇਵਰਚ ਕੀਤਾ ਕਈ ਕੁਝ ਹੰਦਾ ਦਿੱਤੇ ਔਰ ਉਹਦੇ ਵਿੱਚ ਅਕਾਲੀ ਸਰਕਾਰ ਜਿਹੜੀ ਨਾਰਾਜ਼ ਹੋਈ ਹੈ ਕਿ ਸਾਡੇ ਇੱਕ ਅਧਿਕਾਰੀ ਸਾਡੇ ਨੇਤਾ ਨੂੰ ਇਹਨਾਂ ਨੇ ਰੈਸਟ ਕਰ ਲਿਆ ਔਰ ਉਹਦੇ ਵਿੱਚ ਜੇ ਲੋਕਤੰਤਰ ਉਹਨਾਂ ਕਿਹਾ ਬੋਲਣ ਦੀ ਆਜ਼ਾਦੀ ਸਾਰਿਆਂ ਨੂੰ ਜੇ ਬੋਲਦੇ ਆ ਤਾਂ ਉਹਦੇ ਵਿੱਚ ਕੋਈ ਇਹਨਾਂ ਨੂੰ ਮਾੜਾ ਨਹੀਂ ਕੀਤਾ ਘਰੇਵਾਲ ਜੀ ਦਾ ਗਾਣਾ ਸੀਗਾ ਜਿਹਨੂੰ ਇਹਨਾਂ ਨੇ ਤੋੜ ਮੋੜ ਕੇ ਐਡਿਟ ਕਰਕੇ ਰੀ ਐਡਿਟ ਕਰਕੇ ਉਹਨੂੰ ਉਹਨਾਂ ਨੇ ਪਾਤਾ ਫੇਸਬੁੱਕ ਤੇ ਔਰ ਉਹਦੇ ਤੇ ਇੰਸਟਾਗ੍ਰਾਮ ਤੇ ਔਰ ਕਈ ਜਗ੍ਹਾ ਤੇ ਲੋਕਾਂ ਨੂੰ ਉਹਨਾਂ ਨੇ ਗੁਮਰਾਹ ਵੀ ਕੀਤਾ ਤਮਾਸ਼ਾ ਕੀਤਾ ਤਮਾਸ਼ਾ ਕੀਤਾ ਔਰ ਦੇਖੋ ਪੰਜਾਬ ਦਾ ਮੁੱਖ ਮੰਤਰੀ ਆ ਜਾਂ ਕੇਜਰੀਵਾਲ ਸਾਹਿਬ ਇਹ ਨਿਕਲ ਨਹੀਂ ਰਿਹਾ ਇਹਦਾ ਨਹੀਂ ਚਾਹੀਦਾ ਸਿਰਫ ਆਪਣਾ ਚੈਨਲ ਚਲਾਉਣ ਵਾਸਤੇ ਆਪਣੇ ਵਿਊਜ਼ ਲੈਣ ਵਾਸਤੇ ਕਿ ਮੇਰਾ ਚੈਨਲ ਹਿੱਟ ਹੋ ਜਾਏ ਔਰ ਮੈਂ ਪੈਸੇ ਕਮਾਉਣ ਲੱਗ ਪਾਵਾਂ ਇਸ ਕਰਕੇ ਇਦਾਂ ਦੀਆਂ ਉਟਪਟਾਂਗ ਹਰਕਤਾਂ ਕਰਨ ਵਾਸਤੇ ਬੜੇ ਲੋਕ ਬੈਠੇ ਨੇ ਔਰ ਇਦਾਂ ਦੀਆਂ ਉਟਪਟਾਂਗ ਹਰਕਤਾਂ ਖੁੱਲੇ ਆਮ ਚੱਲਦੀਆਂ ਨੇ ਪੈਸਾ ਕਮਾਉਣ ਦੇ ਤੁਹਾਨੂੰ ਗੱਲ ਸਹੀ ਜਿਹਨੇ ਵੀਵਰਸ ਆਉਣਗੇ ਜਿਹਨੇ ਕਮੈਂਟਸ ਕਰਨਗੇ ਉਹਨਾਂ ਨੂੰ ਪੇਮੈਂਟ ਹੁੰਦੀ ਹੈ ਕਿਸੇ ਹੱਦ ਤੱਕ ਵੀ ਜਾਂਦੇ ਨੇ ਵੀਵਸ ਲੈਣ ਵਾਸਤੇ ਬਿਲਕੁਲ ਬਿਲਕੁਲ ਸੋ ਅੱਗੇ ਆਪਾਂ ਚੱਲੀਏ ਜੀ ਇੱਕ ਹੋਰ ਮੁੱਦਾ ਲੈ ਲੈਂਦੇ ਆ ਐਨਸੀਆਰਟੀ ਦੀਆਂ ਕਿਤਾਬਾਂ ਚੋਂ ਇੰਡੀਆ ਦੀ ਥਾਂ ਹਾਂ ਭਾਰਤ ਭਾਰਤ ਆਏਗਾ ਹਾਂ ਯਾਨੀ ਸਿਲੇਬਸ ਚੇਂਜ ਹੋਣਾ ਹੈ ਆ ਇਹ ਤੁਹਾਡੀ ਗੱਲ ਠੀਕ ਹੈ ਜਦੋਂ ਜੀ 20 ਦੀ ਸੰਮੇਲਨ ਹੋਇਆ ਸੀਗਾ ਉਦੋਂ ਵੀ ਇਹਨਾਂ ਜਰਮਾਨ ਜੋਗਰਾਸ਼ਪਤੀ ਜੀ ਨੇ ਉਹਨਾਂ ਨੂੰ ਉਹਨਾਂ ਪ੍ਰੈਜ਼ੀਡੈਂਟ ਨਹੀਂ ਪ੍ਰੈਜ਼ੀਡੈਂਟ ਆਫ ਇੰਡੀਆ ਨਹੀਂ ਪ੍ਰੈਜ਼ੀਡੈਂਟ ਆਫ ਭਾਰਤ ਉਹਨਾਂ ਦਾ ਜਿਹੜਾ ਨਾਮ ਨੇਮ ਪਲੇਟ ਸੀ ਉਹ ਲਿਖੀ ਸੀ ਉੱਥੇ ਉਦੋਂ ਤੋਂ ਸ਼ੁਰੂ ਹੋ ਗਿਆ ਫਿਰ ਇਹਨਾਂ ਨੇ ਕੈਬਨਟ ਮੀਟਿੰਗ ਵੀ ਕੀਤੀ ਸੀ ਉਹ ਚੰਨਾ ਨੇ ਕਿਹਾ ਕਿ ਬਹੁਤ ਜਲਦੀ ਜਲਦੀ ਇਹਦਾ ਨਾਮ ਬਦਲ ਦਿੱਤਾ ਜਾਊਗਾ ਇੰਡੀਆ ਦਾ ਹੁਣ ਇਹਨਾਂ ਨੇ ਜਿਹੜਾ ਐਨਸੀਆਰਟੀ ਦੀਆਂ ਕਿਤਾਬਾਂ ਨੇ ਜਿਹਦੇ ਚ ਸਿਲੇਬਸ ਆ ਉਹ ਚੋਂ ਰਿਮੂਵ ਕਰਤਾ ਇੰਡੀਆ ਔਰ ਉਹਦੇ ਵਿੱਚ ਭਾਰਤ ਆ ਗਿਆ ਹੁਣ ਬੱਚਾ ਬੱਚਾ ਨੇ ਤਾਂ ਭਾਰਤ ਪੜ੍ਹਨਾ ਔਰ ਜਿਹੜੇ ਬੱਚੇ ਸਾਡੇ ਬਾਹਰ ਨੇ ਸਟੂਡੈਂਟ ਆ ਜਿਹੜੇ ਸਟੱਡੀ ਵੀਜ਼ੇ ਤੇ ਗਿਆ ਉਹ ਇੰਡੀਆ ਦਾ ਨਾਮ ਨਹੀਂ ਲੈਂਦੇ ਉਹ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਕਿ ਤੁਸੀਂ ਕਿਹੜੀ ਕੰਟਰੀ ਚੋਂ ਆਏ ਜੇ ਤੇ ਕਿਹੜੀ ਕੰਟਰੀ ਨੂੰ ਬਿਲਾਉਂ ਕਰਦੇ ਜੇ ਤਾਂ ਇੰਡੀਆ ਹੀ ਕਹਿੰਦੇ ਆ ਕਿਉਂਕਿ ਇੰਡੀਆ ਬਾਹਰਲੇ ਦੇਸ਼ਾਂ ਨੂੰ ਇੰਡੀਆ ਹੀ ਸਮਝਾਉਂਦਾ ਭਾਰਤ ਨਹੀਂ ਆਉਂਦਾ ਕਿਉਂਕਿ ਨਾਂ ਇੰਡੀਆ ਦਾ ਪਪੂਲਰ ਹੋ ਗਿਆ ਪਰ ਜੇ ਬਦਲਣਾ ਸੀਗਾ ਉਦੋਂ ਬਦਲਦੇ ਜਦੋਂ ਅੰਗਰੇਜ਼ਾਂ ਨੇ ਇੰਡੀਆ ਦਾ ਨਾਂ ਦਿੱਤਾ ਸੀ ਅੰਗਰੇਜ਼ ਦੇ ਕੇ ਕਹਿੰਡਿਆ ਉਹਨਾਂ ਨੇ ਇਹ ਨਾਂ ਦਿੱਤਾ ਜਦੋਂ ਉਹਨਾਂ ਦੀ ਅਜੇ ਵੀ ਇਹ ਆਪਣੀ ਆਬਾਦੀ ਹੈ ਉਹਨਾਂ ਦੀ ਇਹ ਕਲੋਨੀ ਆ ਉਹ ਆਉਂਦੇ ਉਹਨਾਂ ਨੂੰ ਆਪਣਾ ਵੀਜ਼ਾ ਨਹੀਂ ਲੈਂਦੇ ਅੰਗਰੇਜ਼ਾਂ ਜੇ ਵੀ ਆਉਂਦੇ ਔਰ ਉਹ ਇੰਡੀਆ ਕਿਹਾ ਕਿ ਅੰਗਰੇਜ਼ ਇਹਨੂੰ ਭਾਰਤ ਨਹੀਂ ਕਹਣਗੇ ਕਿਉਂਕਿ ਉਹਨਾਂ ਦਾ ਦਿੱਤਾ ਹੋਇਆ ਨਾਂ ਬ੍ਰਿਟਿਸ਼ ਕੰਪਨੀਆ ਉਹਨਾਂ ਨੂੰ ਨਾਂ ਦਿੱਤਾ ਗਿਆ ਜਦੋਂ ਬ੍ਰਿਟਿਸ਼ ਕੰਪਨੀ ਆਈ ਇੱਥੇ ਕੋਲਕਾਤਾ ਚ ਸਭ ਤੋਂ ਪਹਿਲਾਂ ਇਹ ਮੁੜ ਕੇ ਪੂਰੇ ਭਾਰਤ ਚ ਆ ਗਈ ਆ ਔਰ ਉਦੋਂ ਤਾਂ ਨਹੀਂ ਇਹਨਾਂ ਨੇ ਬਦਲਿਆ ਹੁਣ ਦੇਖੋ 75 ਸਾਲਾਂ ਤੋਂ ਬਾਅਦ ਹੁਣ ਇਹਨਾਂ ਨੂੰ ਚੇਤਾ ਆ ਗਿਆ ਕਿ ਅਸੀਂ ਇਹਦਾ ਨਾਂ ਬਦਲੀਏ ਪਹਿਲਾਂ ਨਹੀਂ ਪਤਾ ਲੱਗਾ ਜਾਂ ਇਸ ਗਵਰਨਮੈਂਟ ਨੇ ਜਦੋਂ 14 ਚ ਆਈ ਹੈ ਭਾਜਪਾ 10 ਸਾਲ ਹੋ ਗਏ ਉਦੋਂ 10 ਸਾਲ ਹੋ ਗਏ ਇਹਨਾਂ ਦੇ ਤੇ ਮਈ ਚ ਇਹਨਾਂ ਨੇ ਹੁਣ ਚਲੇ ਜਾਣਾ ਹੁਣ ਜਾਂਦ ਜਾਂਦੇ ਇਹ ਕੰਮ ਕਰ ਗਿਆ ਤੇ ਜਿਹਦੇ ਜਿਹਦੇ ਚੈਨ 33% ਰਿਜ਼ਰਵੇਸ਼ਨ ਦਿੱਤੀ ਹੈ ਡੇਡਿਸ ਨੂੰ ਔਰਤਾਂ ਨੂੰ ਔਰ ਉਹ ਇੰਪਲੀਮੈਂਟ ਨਹੀਂ ਕੀਤਾ ਅਜੇ ਤੱਕ ਜਿਹੜੀ ਚੀਜ਼ ਇੰਪਲੀਮੈਂਟ ਕਰਨੀ ਹੈ ਉਹ ਕੀਤੀ ਨਹੀਂ ਇੰਪਲੀਮੈਂਟ ਦੂਜੀ ਹੋ ਗਿਆ ਆ ਗਿਆ ਵਨ ਨੇਸ਼ਨ ਵਨ ਇਲੈਕਸ਼ਨ ਉਹ ਵੀ ਕੀਤਾ ਮਤਲਬ एक्सपर्ट्स दे मੰਦਦੇ ਨੇ ਕਿ ਇਹ ਸਾਰੇ ਚੁਣਾਈ ਸ਼ਗੂਫੇ ਨੇ ਬਸ اور ਚੋਣਾਂ ਤਾਂ ਪਹਿਲਾਂ ਛੱਡੇ ਜਾ ਰਹੇ ਨੇ ਉੱਪਰ ਵਿਧਾਨ ਸਭਾ ਦੀ ਫਿਰ ਚੋਣਾਂ ਹੋ ਰਹੀਆਂ ਪੰਜ ਜਿਹੜੇ ਸਟੇਟ ਹਨਾਂ ਚ ਚੋਣਾਂ ਹੋ ਰਹੀਆਂ ਰਾਜਸਥਾਨ ਚੋਣੇ ਦਿਲਗਾਨਾ ਚੋਣੀਆਂ ਬਾਕੀ ਹੋਰ ਵੀ ਜਿਹੜੇ ਮਧ ਪ੍ਰਦੇਸ਼ ਇਹਨਾਂ ਚ ਹੋ ਰਹੀਆਂ ਇਹਨਾਂ ਚ ਉਹ ਜਵਾਨ ਨੇਸ਼ਨ ਵਨ ਇਲੈਕਸ਼ਨ ਦੇ ਨਹੀਂ ਹੈਗਾ ਕੋਈ ਵੀ ਸਾਰਾ ਉਹਨਾਂ ਦਾ ਉਹ ਵੀ ਐਲਾਨ ਹੀ ਆ ਬਿਲਕੁਲ ਔਰ ਮੇਨ ਗੱਲ ਇਹ ਹੈ ਕਿ ਜੋ ਭਾਰਤ ਦੇ ਜਨਤਾ ਦੀ ਆਵਾਜ਼ ਹੈ ਉਹ ਪੂਰੀ ਹੋਣੀ ਚਾਹੀਦੀ ਹੈ ਜੀ ਜੀ ਜੋ ਭਾਰਤ ਦੇ ਜਨਤਾ ਦੀ ਦਿਲ ਦੀ ਆਵਾਜ਼ ਹੈ ਉਹ ਪੂਰੀ ਹੋਣੀ ਚਾਹੀਦੀ ਹੈ ਔਰ ਇਲੈਕਸ਼ਨਸ ਦੇ ਵਿੱਚ ਉਹ ਦੇਖਣ ਨੂੰ ਮਿਲਣਾ ਮੈਂ ਗੱਲ ਆ ਫਿਰ ਉੱਥੇ ਉਹ ਨਾ NCERT ਦੀ ਜਿਹੜੀ ਕਿਤਾਬਾਂ ਨੇ ਜਿਹੜੀਆਂ ਉਹ ਮੁਹैया ਕਰਦੇ ਸਟੂਡੈਂਟਸ ਨੂੰ ਪੜ੍ਹਸਾਲਾ ਚਾਉਂਦੀਆਂ ਨੇ ਉਹਦਾ ਕਰਿਕुलम ਬਣਦਾ ਹੈਗਾ ਜਿਹੜਾ ਸਿਲੇਬਸ ਬਣਦਾ ਉਹ ਸਾਰਾ ਕੁਝ ਜੇ ਉਹਦੇ ਵਿੱਚ ਇਹਨਾਂ ਨੇ ਉਹ ਜਿਹੜਾ ਹੁਣ ਭਾਰਤ ਦਾ ਨਾਮ ਐਡ ਕਰ ਰਹੇ ਆ ਤੇ ਇਹਨਾਂ ਨੂੰ ਇਹ ਵੀ ਚਾਹੀਦਾ ਕਿ ਜਿਹੜੇ ਸਾਡੇ ਸ਼ਹੀਦ ਨੇ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਲਈ ਜਦੋ ਜਹਾਦ ਕੀਤੀ ਆ ਔਰ ਜਿਹੜੀਆਂ ਜਿਹੜੀਆਂ ਗੁਲਾਮੀ ਦੀਆਂ ਜ਼ੰਜੀਰਾਂ ਉਹਨਾਂ ਨੂੰ ਤੋੜ ਕੇ ਤੇ ਚੰਗੀ ਆਵਾਵਾ ਦਿੱਤੀ ਆ ਜਿਸ ਦੇਸ਼ ਨੂੰ ਆਜ਼ਾਦ ਬਣਾਇਆ ਔਰ ਉਹਨਾਂ ਦਾ ਕੋਈ ਸਿਲੇਬਸ ਨਾ ਨੀਗਾ ਉਹਨਾਂ ਨੂੰ ਕਈਆਂ ਤੋਂ ਤਾਂ ਡਿਲੀਟ ਕਰਦੇ ਗਏ ਕੱਢ ਦਿੱਤੇ ਗਏ ਵਿਚ ਰੱਖੇ ਨਹੀਂ ਗੇ ਜਿੱਚ ਕਈ ਜਗ੍ਹਾ ਤੇ ਭਗਤ ਸਿੰਘ ਦੀ ਜਿਹੜੀ ਜੀਵਨੀ ਸੀਗੀ ਉਹਨਾਂ ਦੀ ਜੀਵਨੀ ਉਹਨਾਂ ਦਾ ਸਿਲੇਬਸ ਸੀਗਾ ਉਹਨਾਂ ਦੇ ਲੈਸਨ ਸੀਗੇ ਉਹ ਰਿਮੂਵ ਹੋ ਗਿਆ ਬਹੁਤ ਬਰੀਆਂ ਪੰਚਿਕਰ ਵੀ ਕੀਤਾ ਸੀਗਾ ਜੱਲਿਆਂ ਵਾਲਾ ਬਾਗ ਜਿੱਥੇ ਇੰਨਾ ਵੱਡਾ ਕੁਰਬਾਨੀਆਂ ਦਾ ਸਿਲਸਿਲਾ ਹੋਇਆ ਜਿੱਥੇ ਗੋਲੀਆਂ ਚਲਾਈਆਂ ਅੰਗਰੇਜ਼ਾਂ ਨੇ ਅਡਵਾਇਰ ਨੇ ਕਿੰਨੇ ਲੋਕ ਖੂਜ ਡਿੱਗਿਆ ਕਿੰਨੇ ਮੌਤ ਦੇ ਘਾਟ ਉਤਾਰੇ ਗਏ ਉਸ ਜਿਹੜੀ ਜਗਾ ਜਾਂ ਜਿਹੜੀ ਆਮਰ ਸਰਚਸ ਤੇ ਜਗ ਆ ਗਿਆ ਦਰਬਾਰ ਸਾਹਿਬ ਤੋਂ ਜਦੋਂ ਅਪ ਜਾਣੇ ਪਹਿਲੋਂ ਨਜ਼ਰ ਆਉਂਦੀ ਏ ਖੱਬੇ ਹੱਥ ਉਹਦਾ ਕੁਛ ਨਹੀਂ ਅਜੇ ਤੱਕ ਕਿਸੇ ਵੀ ਨਹੀਂ ਜਗਾ ਤੇ ਸਿਲੇਬਸ ਚ ਨਹੀਂ ਆਇਆ ਇਹੋ ਜਿਹੀ ਚੀਜ਼ਾਂ ਨੂੰ ਐਡ ਕਰਨਾ ਚਾਹੀਦਾ ਨਾ ਕਿ ਬਾਕੀ ਚੀਜ਼ਾਂ ਜਿਹੜੀਆਂ ਰੱਖਣੀਆਂ ਵਾਲ ਰੱਖਣ ਵਾਲੀਆਂ ਉਹਨਾਂ ਨੂੰ ਨਹੀਂ ਡਿਲੀਟ ਕਰਨਾ ਚਾਹੀਦਾ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਜਿਹੜੀਆਂ ਬੱਚਿਆਂ ਨੂੰ ਪੈਗਾਮ ਦੇਣ ਮੈਸੇਜ ਦੇਣ ਬੱਚਿਆਂ ਨੂੰ ਪਤਾ ਲੱਗੇ ਸਾਡਾ ਦੇਸ਼ ਕੀ ਹੈ ਕਿੱਥੋਂ ਤੁਰਿਆ ਔਰ ਕਿੱਥੇ ਆ ਕੇ ਖਲੋਤਾ ਇਹਦੀ ਕੀ ਜੀਵਨੀ ਹੈ ਕੀ ਲੋਕ ਗਾਥਾ ਹੈ ਦੀ ਉਹ ਚੀਜ਼ ਬਾਰੇ ਨਹੀਂ ਦੱਸਦੇ ਕੋਈ ਇਹ ਸਿਲੇਬਸ ਬਣਾਉਣ ਵਾਲੇ ਵੀ ਇਦਾਂ ਦੇ ਆ ਬੱਚਿਆਂ ਦੇ ਲਈ ਇਹ ਬਿਲਕੁਲ ਗੁੰਮਰਾਹ ਕਰਨ ਵਾਲੀ ਜਿਹੜੀ ਗੱਲ ਆ ਕਿਹਾ ਜਾਂਦਾ ਹੈ ਕਿ ਜਦੋਂ ਦੇਸ਼ ਆਜ਼ਾਦ ਹੋਇਆ ਉਸ ਤੋਂ ਬਾਅਦ ਵੀ ਜਿਹੜੀਆਂ ਪਾਠਕ੍ਰਮ ਦੇ ਵਿੱਚ ਪੁਸਤਕਾਂ ਬਣੀਆਂ ਉਹਦੇ ਵਿੱਚ ਵੀ ਜਿਹੜਾ ਇਤਿਹਾਸ ਲਿਖਿਆ ਗਿਆ ਉਹ ਵੀ ਜੋ ਆਥੈਂਟਿਕ ਇਤਿਹਾਸ ਹੈ ਜੋ ਸੱਚਾ ਇਤਿਹਾਸ ਹੈ ਉਹ ਨਹੀਂ ਆਇਆ ਜੀ ਹਮੇਸ਼ਾ ਮੌਕੇ ਦੇ ਮੁਤਾਬਿਕ ਛੇੜਖਾਨੀ ਹੋਈ ਹੈ ਆ ਇਤਿਹਾਸ ਦੇ ਨਾਲ ਜੋ ਸਾਡੇ ਸਕਾਲਰਸ ਨੇ ਨਾ హిస్టోరియన్స్ ਨੇ ਉਹ ਇਹ ਗੱਲ ਕਹਿੰਦੇ ਨੇ ਆ ਔਰ ਜੇ ਹੁਣ ਵੀ ਇਤਿਹਾਸ ਦੇ ਨਾਲ ਛੇੜਖਾਨੀ ਕਰਦੇ ਆ ਤਾਂ ਵਾਕਈ ਤੁਹਾਡੀ ਗੱਲ ਠੀਕ ਹੈ ਕਿ ਬੱਚਿਆਂ ਨੂੰ ਨਹੀਂ ਪਤਾ ਲੱਗਣਾ ਕਿ ਭਾਰਤ ਇੰਡੀਆ ਇਹਦਾ ਸੁਨਹਿਰਾ ਇਤਿਹਾਸ ਕੀ ਹੈ ਕਿੱਦਾਂ-ਕਿਦਾਂ ਦੇ ਵੀਰ ਯੋद्धा ਸਾਡੇ ਇਤਿਹਾਸ ਦੇ ਵਿੱਚ ਰਹੇ ਨੇ ਆ ਉਹਨਾਂ ਨੇ ਕੀ-ਕੀ ਕੀਤਾ ਚਾਹੇ ਉਹ ਆਮ ਨਾਗਰਿਕ ਸੀਗੇ ਚਾਹੇ ਉਹ ਰਾਜਾ ਮਹਾਰਾਜਾ ਸੀ ਚਾਹੇ ਉਹ ਰਾਣੀਆਂ ਸੀ ਉਹਨਾਂ ਨੇ ਕੀ-ਕੀ ਕੰਮ ਕੀਤੇ ਨੇ ਉਹਨਾਂ ਮਹਾਨ ਲੋਕਾਂ ਨੇ ਉਹ ਸਾਨੂੰ ਪਤਾ ਨਹੀਂ ਲੱਗਣਾ ਗੁਰੂ ਸਹਿਬਾਨ ਦੇ ਸ਼ਖਸੀਅਤ ਬਾਰੇ ਹੋਣਾ ਚਾਹੀਦਾ ਹੈ ਤਾਂ ਇਦਾਂ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਜੀਵਨੀ ਔਰ ਉਹਨਾਂ ਦੇ ਜੋ ਉਹਨਾਂ ਨੇ ਜੁੱਦ ਕੀਤੇ ਜਦੋਂ ਜੋ ਬੱਚਿਆਂ ਦਾ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਵਾ ਔਰ ਉਹਨਾਂ ਦੀ ਜੀਵਨੀ ਜਿਹੜੀ ਆ ਅਨੰਦਪੁਰ ਸਾਹਿਬ ਦੀ ਜਿਹੜੀ ਸਾਰਾ ਇਤਿਹਾਸ ਹੈ ਔਰ ਪਹਾੜੀ ਰਾਜਾਂ ਨਾਲ ਵੀ ਜੁੱਦ ਕਰਦੇ ਰਹੇ ਆ ਮੁਗਲਾਂ ਨਾਲ ਪਠਾਣਾ ਨਾਲ ਉਹਨਾਂ ਨੇ ਜੁੱਦ ਕੀਤੇ ਆ ਔਰ ਉਹ ਤੋਂ ਬਾਅਦ ਜਦੋਂ ਆ ਗਾ ਮਹਾਰਾਜਾ ਰਣਜੀਤ ਸਿੰਘ ਨੇ ਖਾਲਸਾ ਰਾਜ ਦੀ ਸਥਾਪਨਾ ਕੀਤੀ ਹੈ ਉਹਨਾਂ ਬਾਰੇ ਦੱਸਣਾ ਚਾਹੀਦਾ ਸ਼ਿਵਾਜੀ ਬਾਰੇ ਸ਼ਿਵਾਜੀ ਮਰਾਠਾ ਸ਼ੋਕਾ ਸਮਾਰਟ ਜਿਹੜਿਆ ਉਹਨਾਂ ਬਾਰੇ ਉਹਨਾਂ ਨੇ ਸ਼ੋਕਾ ਜੀ ਨੇ ਕੰਮ ਕੀਤਾ ਚੰੜੰਗਾ ਦਾ ਯੁੱਧ ਪਲਾਸੀ ਦੀ ਲੜਾਈ ਹੈ ਪਾਣੀਪਤ ਦੀ ਲੜਾਈ ਹੈ ਚਣਕ ਦੇ ਕੋਟੇਲੇ ਚਣਕ ਕੇ ਬਾਰੇ ਦੱਸਣਾ ਚਣਕਿਆ ਬਾਰੇ ਔਰ ਜਿਹੜੇ ਇਤਿਹਾਸ ਹੈਗਾ ਉਹਨਾਂ ਬਾਰੇ ਹੈ ਹੀ ਨਹੀਂਗਾ ਦੇਖੋ ਜਦੋਂ ਮੈਂ ਕਾਲਜ ਪੜਦਾ ਇਕਨੋਮਿਕਸ ਮੇਰਾ ਸਬਜੈਕਟ ਹੈ ਤੇ ਮੈਂ ਆਪਣੇ ਪ੍ਰੋਫੈਸਰ ਸਾਹਿਬ ਨਾਲ ਗੱਲ ਕੀਤੀ ਮੈਂ ਕਿਹਾ ਤੁਸੀਂ ਮੈਨੂੰ ਕੇਨਸ ਪੜਾ ਰਹੇ ਹੋ ਐਡਮ ਸਮਿਥ ਪੜਾ ਰਹੇ ਹੋ ਇਹ ਸਾਰੇ ਅੰਗਰੇਜ਼ ਜਿਹੜੇ ਇਕਨੋਮਿਸਟ ਨੇ ਪੜਾ ਰਹੇ ਹੋ ਇਹ ਸਾਡੇ ਦੇਸ਼ ਦਾ ਚਣਕ ਕਿੱਥੇ ਗਿਆ ਕਟੇਲੇ ਜਿਹੜਾ ਸਭ ਤੋਂ ਪਹਿਲਾ ਅਰਥ ਸ਼ਾਸਤਰੀ ਹੈ ਉਹ ਕਿੱਥੇ ਗਿਆ 2000 ਸਾਲ 22000 ਸਾਲ ਪੁਰਾਣੀ ਪੁਸਤਕ ਉਹ ਸਾਰਾ ਅੱਜ ਵੀ ਲਾਗੂ ਹੁੰਦਾ ਹੈ ਮੈਨੂੰ ਦੱਸੋ ਅਕਬਰ ਦਾ ਜਿਹੜਾ ਟੈਕਸ ਕਲੈਕਸ਼ਨ ਦਾ ਸਿਸਟਮ ਹੈ ਉਹ ਮਾਡਲ ਅੱਜ ਵੀ ਪਾਰ ਸਰਕਾਰ ਫੋਲੋ ਕਰਦੀ ਆ ਉਹ ਸਿਸਟਮ ਕਿੱਥੇ ਮੈਨੂੰ ਪੜਾਉਂਦੇ ਪਏ ਹੋ ਕਿਉਂਕਿ ਉਹ ਬੈਸਟ ਸਿਸਟਮ ਕਿਹਾ ਜਾਂਦਾ ਹੈ ਔਰ ਪੂਰੀ ਦੁਨੀਆ ਦੀ ਇਕਨੋਮੀਜ਼ ਦੇ ਉੱਤੇ ਵੀ ਇਨਾ ਸਿਸਟਮਸ ਦਾ ਅਸਰ ਹੈ ਹਾਂ ਇਹਨਾਂ ਨੇ ਬੜਾ ਕੰਮ ਕੀਤਾ ਕਿਉਂ ਨਹੀਂ ਦਿਖਾਉਂਦੇ ਅਕਬਰ ਦਾ ਬਹੁਤ ਵੱਡਾ ਕੰਮ ਨੌਰਤਨ ਸੀ ਉਹਨਾਂ ਦੇ ਸਾਰੇ ਧਰਮਾਂ ਦਾ ਇਕੱਠਾ ਕੀਤਾ ਸੀ ਦਿਨੇ ਇਲਾਹੀ ਚਲਾਇਆ ਸੀ ਦਿਨੇ ਇਲਾਹੀ ਸੋ ਕੁਝ ਲੋਕ ਔਰ ਅਸ਼ੋਕ ਦਾ ਗ੍ਰੇਟ ਜਿਹਨੂੰ ਬਹੁਤ ਅਸ਼ੋਕ ਸਮਰਾਟ ਕਹਿੰਦੇ ਆ ਔਰ ਜੋ ਚਾਣਕ ਦੇ ਮਾਡਲ ਨੂੰ ਲੈ ਕੇ ਤੁਰਦੇ ਸੋ ਇਹ ਸਭ ਗੱਲਾਂ ਜਿਹੜੀਆਂ ਨੇ ਇਹ ਕਿਉਂ ਨਹੀਂ ਪੜਾਈਆਂ ਗਈਆਂ ਤੇ ਅੱਗੋ ਪ੍ਰੋਫੈਸਰ ਸਾਹਿਬ ਹੱਸ ਪਏ ਵਿਹਾਰ ਤੋਂ ਤੇ ਸਿਲੇਬਸ ਹੀ ਬਦਲਣਾ ਚਾਹੁੰਨਾ ਹਾਂ ਉਹਨਾਂ ਦਾ ਵੀ ਵਾਹ ਨਹੀਂ ਨਾ ਸਿਲੇਬਸ ਤਾਂ ਫਿਰ ਪੂਰਾ ਹੀ ਆਉਣਾ ਸਿਲੇਬਸ ਤਾਂ ਉੱਤੋਂ ਜਿਹੜੀ ਸਿਲੇਬਸ ਨੀਤੀ ਬਣਾਉਣ ਵਾਲੇ ਉਹਨਾਂ ਨੇ ਮੈਂ ਕਿਹਾ ਜੀ ਮੈਂ ਕੀ ਚਾਹੁੰਨਾ ਮੁੱਦਾ ਇਹ ਨਹੀਂ ਹੈ ਮੁੱਦਾ ਇਹ ਹੈ ਕਿ ਕੀ ਹੋਣਾ ਚਾਹੀਦਾ ਸਾਡੇ ਦੇਸ਼ ਦੇ ਜਿਹੜੇ ਸ਼ਾਸਤਰੀ ਨੇ ਅਰਥ ਸ਼ਾਸਤਰੀ ਨੇ ਜਾਂ ਜਿਹੜੀ ਸਖਸ਼ੀਤਾ ਨੇ ਉਹਨਾਂ ਨੂੰ ਲੈ ਜਾਓ ਪੁਰਾਣੀ ਇੰਨਾ ਇਤਿਹਾਸ ਗੁਰੂ ਨਾਨਕ ਸਾਹਿਬ ਦੀ ਇਕਨੋਮੀ ਪੜਾਓ ਨਾ ਕਿਰਤਕਾਰ ਵੰਡ ਛਕ ਨਾਮ ਝਾ ਬੜਾ ਕੁਛ ਹੋਹੀ ਇਕਨੋਮੀ ਹੈ ਔਰ ਉਸ ਤੋਂ ਪੁੱਥੇ ਪਿੱਛੇ ਚਲੇ ਜਾਓ ਗੁਰੂ ਬਰਸਪਤੀ ਦੀ ਇਕਨੋਮੀ ਹਾਂ ਸ਼ੁਕਰਾਚਾਰੇ ਦੀ ਇਕਨੋਮੀ ਪਤਾ ਨਹੀਂ ਕਿੱਥੇ ਕਿੱਥੇ ਬੈਠੇ ਆ ਬਸ ਉਹਨਾਂ ਦਾ ਆਪ ਹੀ ਨਹੀਂ ਪਤਾ ਇਹਨਾਂ ਨੂੰ ਨਾ ਇਹਨਾਂ ਪੜਿਆ ਹੀ ਹੈਗਾ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਇਕਨੋਮੀ ਬਾਰੇ ਦੱਸਿਆ ਦੱਸੋ ਨਾ ਸੰਜੀਵਾਲਤਾ ਦਾ ਸੰਦੇਸ਼ ਇਕਨੋਮੀ ਇਹ ਹੁੰਦੀ ਹੈ ਬੜਾ ਕੁਛ ਹੈ ਪੜਾਉਂਦੇ ਹੀ ਨਹੀਂ ਹਾਂ ਬਸ ਉਹੀ ਅਸੀਂ ਏ ਸਮਝਿਆ ਕਿ ਜਿੰਨੀ ਅਕਲ ਹੈਗੀ ਆ ਉਹ ਅੰਗਰੇਜ਼ਾਂ ਨੂੰ ਹੈਗੀ ਆ ਸਾਡੇ ਭਾਰਤ ਦੇ ਲੋਕਾਂ ਨੂੰ ਤਾਂ ਕੁਝ ਪਤਾ ਹੀ ਨਹੀਂ ਆ ਸੋ ਇਹ ਜਿਹੜਾ ਮਾਹੌਲ ਸਿਰਜਿਆ ਜਾ ਰਿਹਾ ਹੈ ਨਾ ਇਹ ਸਹੀ ਨਹੀਂ ਹੈ ਉਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਭਾਰਤ ਦੇ ਬੱਚਿਆਂ ਨੂੰ ਭਾਰਤ ਬਾਰੇ ਪਤਾ ਨਹੀਂ ਲੱਗਣਾ ਨਹੀਂ ਲੱਗਣਾ ਬਿਲਕੁਲ ਸੋ ਆਪਣੇ ਆਈਡੀਆ ਜਰੂਰ ਸਾਨੂੰ ਭੇਜੋ ਤੇ ਸਾਡਾ ਚੈਨਲ ਪੰਜਾਬ ਮਿਲ ਯੂਐਸਏ ਟੀਵੀ ਸਬਸਕ੍ਰਾਈਬ ਕਰੋ ਬਿਲਕੁਲ ਕਰ ਜੀ ਜਰੂਰ ਜੀ ਸਤਿ ਸ੍ਰੀ ਅਕਾਲ